ਹਾਂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਬਹੁਤ ਹੀ ਪਿਆਰੀ ਸੀਰੀਜ਼ ਬੱਚੋ ਆਪਾਂ ਸਟਾਰਟ ਕੀਤੀ ਹੋਈ ਹੈ ਪੰਜਾਬ ਜੀਕੇ ਦੇ ਰਿਲੇਟਡ, ਜਿਹਦੇ ਵਿੱਚ ਫਿਰ ਆਪਾਂ ਅੱਜ ਬਹੁਤ ਹੀ ਇੰਪੋਰਟੈਂਟ ਕੁਐਸਚਨ ਆਪਾਂ ਸੋਲਵ ਕਰਨ ਜਾ ਰਹੇ ਹਾਂ। ਇੰਪੋਰਟੈਂਟ ਵੈਸੇ ਮਜਬੂਰੀ 'ਚ ਹੀ ਕਹਿਣਾ ਪੈਂਦਾ ਕਿਉਂਕਿ ਸਟਾਰਟਿੰਗ ਦੇ ਵਿੱਚ ਬੱਚੋ ਹੋਰ ਕੁਛ ਜ਼ਿਆਦਾ ਬੋਲਣ ਨੂੰ ਨਹੀਂ ਹੁੰਦਾ। ਵੈਸੇ ਇੰਪੋਰਟੈਂਟ ਆਪਣੀਆਂ ਸਾਰੀਆਂ ਕਲਾਸਿਸ ਹੀ ਹੁੰਦੀਆਂ। ਪਹਿਲੀਆਂ 5 ਕਲਾਸਾਂ ਜੋ ਆਪਾਂ ਲਾਈਆਂ ਮੇਰੇ ਹਿਸਾਬ ਨਾਲ ਉਹ ਇਦੂ ਵੀ ਜ਼ਿਆਦਾ ਇੰਪੋਰਟੈਂਟ ਹੈ, ਅੱਜ ਕਰਾਂਗੇ ਉਦੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਸੋ ਸਾਰੇ ਪਾਸੇ ਬਸ ਇੰਪੋਰਟੈਂਟ ਇੰਪੋਰਟੈਂਟ ਹੀ ਹੈ, ਬਸ ਸਮਝ ਲਓ ਵੀ ਕਹਿਣ ਨੂੰ ਆਪਣੇ ਕੋਲ ਸ਼ਬਦ ਨਹੀਂ ਹੁੰਦਾ, ਫਿਰ ਆਪਾਂ ਕਹਿ ਦਿੰਦੇ ਵੀ ਅੱਜ ਦਾ ਸਵਾਲ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ ਨਾ। ਚਲੋ ਅੱਜ ਫਿਰ ਆਪਾਂ ਕਲਾਸ ਨੰਬਰ 6ਵੀਂ ਤੇ ਪਹੁੰਚ ਚੁੱਕੇ ਹਾਂ। ਸੋ ਕਲੀਅਰ ਹੈ ਵੀ ਅੱਜ ਦੀ ਕਲਾਸ ਦੇ ਵਿੱਚ ਛਿੱਕੇ ਹੀ ਲੱਗਣਗੇ, ਦੇਖਦੇ ਹਾਂ ਫਿਰ ਅੱਜ ਦੀ ਕਲਾਸ ਦੇ ਵਿੱਚ ਆਪਣਾ ਵੀ ਜ਼ਬਰਦਸਤ ਬੈਟਿੰਗ ਕੌਣ ਕਰੇਗਾ, ਕ੍ਰਿਸ ਗੇਲ ਸਿਕਸ਼ਕਿਆਂ ਦੀ ਮਸ਼ੀਨ ਕੌਣ ਬਣੇਗਾ। ਵੈਰੀ ਗੁੱਡ ਫਤਿਹ ਸਤਿੰਦਰ, ਵੈਰੀ ਗੁੱਡ ਸੋਨੀ ਸ਼ਰਮਾ, ਜਸਪ੍ਰੀਤ ਕੌਰ, ਬਲਕਾਰ ਗਿੱਲ, ਵੈਰੀ ਗੁੱਡ ਅਮਨਦੀਪ, ਸੁਖਵੀਰ ਸ਼ਰਮਾ ਸਾਹਿਬ, ਗੀਤ, ਗੁਰਵਿੰਦਰ ਸਿੰਘ, ਸਾਰੇ ਹੀ ਬੱਚਿਆਂ ਦਾ ਬਹੁਤ ਬਹੁਤ ਭਾਈ ਸਵਾਗਤ ਹੈ। ਸੋ ਮੇਰੇ ਹਿਸਾਬ ਨਾਲ ਮੈਂ ਮੰਨ ਕੇ ਚੱਲਦਾ ਹਾਂ ਵੀ ਜੋ ਵੀ ਬੱਚਾ ਅੱਜ ਆਪਣੇ ਨਾਲ 6ਵੀਂ ਕਲਾਸ ਦੇ ਵਿੱਚ ਜੁੜ ਰਿਹਾ ਵੀ ਪਹਿਲੀਆਂ 5 ਕਲਾਸਿਸ ਦੀ ਪ੍ਰੋਪਰ ਰਿਵੀਜ਼ਨ ਕਰ ਚੁੱਕਿਆ, ਕਿਉਂਕਿ ਇੱਕ ਦਿਨ 'ਚ ਆਪਾਂ ਇੱਕ ਕਲਾਸ ਹੀ ਲਾਉਣੀ ਹੈ, ਉਹਦੇ ਵਿੱਚ ਵੀ ਆਪਾਂ ਮਤਲਬ ਮੰਨ ਕੇ ਚੱਲੋ ਵੀ 8 ਤੋਂ 10 ਕੁਸ਼ਚਨ ਆਪਾਂ ਸੋਲਵ ਕਰਦੇ ਹੁੰਦੇ ਹਾਂ। ਸੋ ਰਿਵੀਜ਼ਨ ਜੇਕਰ ਤੁਸੀਂ ਨਾਲ ਦੀ ਨਾਲ ਕਰੋਗੇ ਤਾਂ 20-25 ਦਿਨਾਂ ਦੇ ਬਾਅਦ ਪੰਜਾਬ ਜੀਕੇ ਤੁਹਾਡੀ ਮੁੱਠੀ ਦੇ ਵਿੱਚ ਹੋਣੀ ਹੈ, ਬਹੁਤ ਹੀ ਚੰਗਾ ਸਕੋਰ ਕਰੋਗੇ ਤੁਸੀਂ, ਠੀਕ ਹੈ ਨਾ। ਹਾਂ ਧਰਮ ਸਿੰਘ ਕਹਿੰਦਾ ਜੀ ਬੁਮਰਾ ਨੰਬਰ 1। ਹਾਂ ਬੁਮਰਾ ਵੀ ਵੈਸੇ ਜ਼ਬਰਦਸਤ ਡੰਡੇ ਪੱਟਦਾ, ਕੁਛ ਅੱਕ ਵਾਲੀ ਗੱਲ ਨਹੀਂ, ਵਰਲਡ ਕਲਾਸ ਬੋਲਰ ਹੈ ਬੁਮਰਾ, ਤੇ ਨੰਬਰ 1 ਪੋਜੀਸ਼ਨ ਤੇ ਉਹ ਪਹੁੰਚ ਚੁੱਕੇ ਹੈ। ਅਖਬਾਰ ਤੇ ਵੀ ਇਹ ਚੀਜ਼ ਮੈਂ ਨੋਟ ਕੀਤੀ, ਅੱਜ ਕਰੰਟ ਅਫੇਅਰ ਦੇ ਵਿੱਚ ਵੀ ਕਾਫੀ ਆ ਰਿਹਾ ਸੀਗਾ, ਠੀਕ ਹੈ ਨਾ। ਚਲੋ ਫਿਰ ਆਪਾਂ ਪਰ ਅੱਜ ਛਿੱਕੇ ਲਾਉਣੇ ਹੈ। ਵੈਸੇ ਬੁਮਰਾ ਨੇ ਕਿਹਾ ਛਿੱਕੇ ਹੀ ਬਹੁਤ ਲਾਏ ਸੀਗੇ ਟੈਸਟ ਮੈਚ ਦੇ ਵਿੱਚ, ਬੁਮਰੇ ਨੇ 1 ਓਵਰ ਦੇ ਵਿੱਚ ਸਭ ਤੋਂ ਜ਼ਿਆਦਾ ਰਨ ਸਕੋਰ ਕੀਤੇ ਸੀ, ਉਹ ਵੀ ਇੰਗਲੈਂਡ ਦੇ ਵਿੱਚ। ਐਵੇਂ ਨਾ ਜਾਣੋ ਤੁਸੀਂ ਬੁਮਰਾ, ਬੁਮਰਾ ਵੀ ਮੋਸਟ ਟਰਸਟਡ ਬੋਲਰ ਤਾਂ ਹੈਗੀ ਹੈ, ਉਹ ਮੋਸਟ ਟਰਸਟਡ ਬੈਟਸਮੈਨ ਵੀ ਹੈ। ਚਲੋ ਫਿਰ ਹਾਂ ਸ਼ੁਰੂ ਤੋਂ ਬੱਚਾ ਆਪਾਂ ਵੀ ਗੱਲ ਕਰ ਲਈਏ, ਰਿਕਾਰਡਡ ਕਲਾਸ ਦੇਖਦੇ ਹੁੰਦੇ ਹੋ, ਵੈਰੀ ਗੁੱਡ। ਹਾਂ ਸਤਿੰਦਰ ਕੌਰ, ਵੈਰੀ ਗੁੱਡ, ਜੋ ਬੱਚਾ ਲਾਈਵ ਕਲਾਸਿਸ ਨਹੀਂ ਲਗਾ ਸਕਦਾ, ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਰਿਕਾਰਡਡ ਕਲਾਸਾਂ ਲਾਓ, ਕੋਈ ਚੱਕਰ ਵਾਲੀ ਗੱਲ ਨਹੀਂ। ਆਪਾਂ ਕੋਈ ਲਾਈਵ ਦੇ ਵਿੱਚ ਇੱਥੇ ਕੋਈ ਰੈਲੀ ਵਾਲਾ ਕੰਮ ਨਹੀਂ ਕਰਨਾ, ਆਪਾਂ ਇਕੱਠ ਨਹੀਂ ਦਿਖਾਉਣਾ, ਲਾਈਕ ਸ਼ੇਅਰ ਸਬਸਕ੍ਰਾਈਬ ਵਾਲਾ ਕੰਮ ਨਹੀਂ ਕਰਨਾ। ਮੇਰਾ ਇਹਨਾਂ ਸੈਸ਼ਨ ਦਾ ਮੇਨ ਮਕਸਦ ਇਹ ਹੈ ਵੀ ਜੋ ਮੈਂ ਦੱਸਣਾ ਚਾਹੁੰਦਾ, ਜੋ ਮੈਨੂੰ ਨੌਲੇਜ ਹੈ ਉਹ ਪੰਜਾਬ ਦੇ ਬੱਚਿਆਂ ਨੂੰ ਹੋਣੀ ਚਾਹੀਦੀ ਹੈ, ਤਾਂ ਜੋ ਤੁਸੀਂ ਪੇਪਰ ਦੇ ਵਿੱਚ ਉਹ ਚੀਜ਼ ਕੀ ਹੈ ਸਹੀ ਟਿਕ ਲਾ ਸਕੋ। ਇੰਨਾ ਹੀ ਆਪਣਾ ਮਕਸਦ ਹੈ, ਸਹੀ ਸਲਾਹ ਤੇ ਸਹੀ ਰਾਹ। ਤੇ ਅੱਜ ਦੀ ਬੱਚੋ ਮੇਰੀ ਸਹੀ ਸਲਾਹ ਇਹੀ ਹੈ ਵੀ 2024 ਦੇ ਜਿੰਨੇ ਵੀ ਪੇਪਰਾਂ ਦੇ ਸਾਰੇ ਰਾਹ ਹੈ ਉਹ ਆਪਣੇ ਭਾਈ ਸਿਲੈਕਸ਼ਨ ਕਿੱਟ ਵਿੱਚ ਦੀ ਟੱਪਦੇ ਹੈ। ਸੋ ਬਸ ਇਹੀ ਅੱਜ ਦੀ ਮੇਰੀ ਸਲਾਹ ਹੈ। ਸੋ ਇਹ ਮਤਲਬ 1 ਸਟੋਪ ਸੋਲਿਊਸ਼ਨ ਹੈ, ਪ੍ਰੋਪਰ ਕੰਟੈਂਟ ਹੈ, ਪ੍ਰੋਪਰ ਟੈਸਟ ਸੀਰੀਜ਼ ਹੈ, ਈਚ ਐਂਡ ਐਵਰੀ ਸੈਕਸ਼ਨ ਕੰਪਲੀਟ ਡਿਟੇਲ ਦੇ ਵਿੱਚ ਹੈ। ਸੋ ਇਹ ਮਸਟ ਹੈ ਬੱਚਿਓ, ਮਸਟ ਹੈ, ਮੈਂ ਬਾਰ ਬਾਰ ਕਹਿ ਰਿਹਾ, ਠੀਕ ਹੈ ਨਾ। ਵੈਰੀ ਗੁੱਡ, ਹਾਂ ਗੁਲਸ਼ਿੰਦਰ ਭੀਮ ਸਿੰਘ, ਵੈਰੀ ਗੁੱਡ। ਹਾਂ ਬਰਾੜ ਖੁਸ਼ੀ, ਐਡਵਰਟੀਜ਼ਮੈਂਟ ਨੰਬਰ ਬੱਚੋ ਹਲੇ ਤਾਂ ਐਗਜ਼ਾਮਸ ਦੇ ਵਿੱਚ ਦੇਖੋ, ਜਿਹੜੇ ਹਿਸਾਬ ਨਾਲ ਆਪਾਂ ਕਹਿੰਦੇ ਸੀਗੇ ਵੀ ਆਪਣਾ 31 ਜਨਵਰੀ ਤੱਕ ਪੰਜਾਬ ਪੁਲਿਸ ਦਾ ਨੋਟੀਫਿਕੇਸ਼ਨ ਆਊਗਾ ਜਾਂ ਪਟਵਾਰੀ ਦਾ ਆਊਗਾ, ਹਜੇ ਤੱਕ ਉਹ ਵੀ ਆਸ ਹੈਗੀ ਹੈ ਵੀ 15 ਫਰਵਰੀ ਤੱਕ, ਕਿਉਂਕਿ 15 ਫਰਵਰੀ ਤੱਕ ਖਬਰ ਆ ਰਹੀ ਹੈ, ਉਦੋਂ ਬਾਅਦ ਫਿਰ ਆਪਣੇ ਪੰਚਾਇਤਾਂ ਦਾ ਐਲਾਨ ਹੋਊਗਾ ਵੋਟਾਂ ਦਾ, ਮਤਲਬ ਸਮਝ ਗਏ ਮੇਰੀ ਗੱਲ। ਚਲੋ ਫਿਰ ਅੱਜ ਫਿਰ ਆਪਾਂ ਸੁਖਣਾ ਕਰਨੀ ਵੀ ਪੋਲਿਟੀ ਹੈ, ਲੈ ਪੰਚਾਇਤਾਂ ਦੀ ਗੱਲ ਆਪਾਂ ਪਹਿਲੀਆਂ 'ਚ ਹੀ ਛੇੜ ਲਈ। ਵੈਸੇ ਅੱਜ ਦੇ ਸਵਾਲਾਂ ਦੇ ਵਿੱਚ ਤੁਸੀਂ ਬਹੁਤ ਕੰਫਰਟੇਬਲ ਫੀਲ ਕਰੋਗੇ, ਹਾਂ ਸਿੱਖਣ ਨੂੰ ਹਮੇਸ਼ਾ ਇਹ ਤਰ੍ਹਾਂ ਵਿੱਚੋਂ ਮਿਲਣਾ ਹੀ ਮਿਲਣਾ। ਸੋ ਆਹ ਆਪਣੀ ਐਪ ਹੈ ਜੋ ਤੁਸੀਂ ਪਲੇ ਸਟੋਰ 'ਤੇ ਜਾ ਕੇ ਬੱਚੋ ਡਾਊਨਲੋਡ ਕਰਨੀ ਹੈ, ਰੁਪਿੰਦਰ ਸਿੱਧੂ ਅਕੈਡਮੀ, ਸਮਝ ਗਏ ਮੇਰੀ ਗੱਲ। ਜਿਨ੍ਹਾਂ ਬੱਚਿਆਂ ਕੋਲ ਆਈਫੋਨ ਹੈ ਉਹਨਾਂ ਕੋਲ ਭਾਈ ਐਪ ਸਟੋਰ ਹੈ, ਉਹ ਆਪਦੇ ਐਪ ਸਟੋਰ 'ਤੇ ਜਾ ਕੇ ਸਰਚ ਕਰਨਗੇ ਕਲਾਸ ਪਲੱਸ,
ਉਦੋਂ ਬਾਅਦ ਬੱਚੋ ਇੱਕ ਕੋਡ ਮੰਗਿਆ ਜਾਏਗਾ, ਉਹ ਕੋਡ ਤੁਸੀਂ ਆਪਣਾ 5 ਅੱਖਰ ਦਾ ਕਰਨਾ ਫਿੱਲ, ਤੇ ਅੱਜ ਦੀ ਕਲਾਸ ਦੀ ਸ਼ੁਰੂਆਤ ਮੇਰੇ ਹਿਸਾਬ ਨਾਲ ਸਾਰੇ ਹੀ ਬੱਚੇ ਸਹੀ ਜਵਾਬ ਨਾਲ ਕਰਨਗੇ। ਵੈਰੀ ਗੁੱਡ ਅਗਰਵਾਲ ਸਾਹਿਬ ਪਹੁੰਚ ਚੁੱਕੇ ਆ, ਨਵਦੀਪ ਕੌਰ ਵੈਰੀ ਗੁੱਡ। ਸਿਲੈਕਸ਼ਨ ਕਿੱਟ ਨਹੀਂ ਹੋਈ ਜੀ, ਗੁਰਚਿੰਦਰ ਕੌਰ ਸਿਲੈਕਸ਼ਨ ਕਿੱਟ ਕੀ ਨਹੀਂ ਹੋਈ ਜੀ, ਮਾੜਾ ਜਿਹਾ ਕਮੈਂਟ ਇੱਕ ਵਾਰੀ ਦੁਬਾਰੇ ਪੂਰਾ ਕਰ ਦਿਓ, ਠੀਕ ਹੈ ਨਾ। ਚਲੋ ਵੀ ਸਟੀਵਨ, ਕਿਆ ਨਾਮ ਹੈ, ਸਟੀਵਨ ਰਾਜਪੂਤ, ਵੈਰੀ ਗੁੱਡ ਨੇਮ ਯਾਰ, ਕਿਆ ਬਾਤ ਹੈ, ਹੈਂ, ਆਪਦੇ ਜਵਾਕਾਂ ਦੇ ਨਾਮ ਕਹਿੰਦੇ ਜੌਨ ਤੇ ਸਟੀਵ ਰੱਖੇ ਹੈ, ਤੁਸੀਂ ਤਾਂ ਸਟੀਵਨ ਯਾਦ ਕਰਾਤਾ। ਹਾਂ ਅਗਰਵਾਲ ਸਾਹਿਬ ਦੀ ਗੱਲ ਮੰਨ ਲਿਆ ਕਰੋ ਵੀ ਆਟੋਮੈਟਿਕ ਆਪੇ ਆਪਦਾ ਲਾਈਕ ਲੂਈਕ ਕਰਦਿਆ ਕਰੋ, ਕਮੈਂਟ ਵਗੈਰਾ ਤਾਂ ਵੈਸੇ ਤੁਸੀਂ ਜਦੋਂ ਵੀਡੀਓ ਪੂਰੀ ਹੁੰਦੀ ਉਦੋਂ ਬਾਅਦ 'ਚ ਕਰਦਿਆ ਕਰੋ। ਲਗਭਗ ਸਾਰੇ ਬੱਚਿਆਂ ਦਾ ਜਵਾਬ ਆ ਰਿਹਾ ਏ, ਹੈਂ, ਤੁਸੀਂ ਇਹਦੇ ਵਿੱਚ ਵੀ ਇਹ ਦੱਸੀ ਜਾਂਦੇ ਹੋ, ਇਹ ਉਹ ਤੁਸੀਂ ਕਿਉਂ ਮੈਥੋਂ ਟੰਬੇ ਖਾਣੇ, ਪਹਿਲਾ ਸਵਾਲ ਹੈ, ਇਦੂ ਜਾਲੀ ਸਵਾਲ ਨਹੀਂ ਮੈਂ ਪਾ ਸਕਦਾ ਸੀਗਾ। ਆ ਹੁਣ ਸਾਰੇ ਬੀ ਵਾਲੇ ਪਾਸੇ ਹੋ ਗਏ ਨਾ ਮੌਜ ਨਾਲ, ਹਲੇ ਵੀ ਫਤਿਹ ਬੋਕਸਰ, ਇਹ ਬੋਕਸਰ ਦੇ ਮੈਨੂੰ ਘਸੋਨੇ ਇੱਕ ਮਾਰਨਾ ਪੈਣਾ, ਬੋਕਸਿੰਗ ਮੈਨੂੰ ਲੱਗਦਾ ਮੈਨੂੰ ਪਹਿਲੇ ਸਵਾਲ 'ਚ ਖੇਡਣੀ ਪੈ ਜਾਣੀ ਹੈ। ਉਹ ਮੈਂ ਉਪ ਰਾਜ ਪ੍ਰਮੁੱਖ ਪੁੱਛਿਆ, ਉਪ ਰਾਜ ਪ੍ਰਮੁੱਖ, ਪਹਿਲੀ ਗੱਲ ਤਾਂ ਪੈਪਸੂ, ਮੈਂ ਤੁਹਾਨੂੰ ਲਾਸਟ ਕਲਾਸ 'ਚ ਕੀ ਦੱਸਿਆ ਸੀਗਾ ਵੀ ਪੈਪਸੂ ਦੀ ਸਾਰੀ ਆਪਾਂ ਪੋਸਟਮਾਰਟਮ ਜਾਂਚ ਪੜਤਾਲ ਅਗਲੇ ਸਵਾ ਅਗਲੀ ਸਿੱਖ ਕਲਾਸ ਅੱਗੇ ਸ਼ੁਰੂ ਕਰਾਂਗੇ, ਅੱਜ ਆਪਣੀ 6ਵੀਂ ਕਲਾਸ ਹੈ। ਸੋ ਪੈਪਸੂ ਵਿੱਚ ਬਣਿਆ ਕਦੋਂ ਸੀਗਾ, 15 ਜੁਲਾਈ 1948 ਦੇ ਵਿੱਚ, ਤੇ 20 ਅਗਸਤ 1948 ਨੂੰ ਪੈਪਸੂ ਨੇ ਆਪਦੀ ਵਿੱਚੋਂ ਇੱਕ ਅਲੱਗ ਸਰਕਾਰ, ਮਤਲਬ ਪੰਜਾਬ ਤੋਂ ਅਲੱਗ ਕਹਿ ਰਿਹਾ, ਪੈਪਸੂ ਦੀ ਗਵਰਨਮੈਂਟ ਅਸਟੈਬਲਿਸ਼ ਕੀਤੀ ਗਈ। ਤੇ ਯਾਦ ਰੱਖਿਓ ਪੈਪਸੂ ਦਾ ਉਦਘਾਟਨ ਕਿਹਨੇ ਕੀਤਾ ਸੀ, ਸਰਦਾਰ ਪਟੇਲ ਨੇ। ਸੋ ਮੈਡਮ ਆਪਾਂ ਸਵਾਲ ਤੇ ਆਉਣੀ ਆ ਵਾਪਸ, ਕਹਿੰਦੇ ਯਾਦਵਿੰਦਰ ਸਿੰਘ, ਯਾਦਵਿੰਦਰ ਸਿੰਘ ਇਹ ਬੱਚੋ ਆਪਣਾ ਮਹਾਰਾਜਾ ਆਫ ਪਟਿਆਲਾ, ਇਹ ਸੀਗਾ ਜੀ ਰਾਜ ਪ੍ਰਮੁੱਖ, ਇਹ ਸੀਗਾ ਰਾਜ ਪ੍ਰਮੁੱਖ, ਜਿਵੇਂ ਆਪਾਂ ਅੱਜ ਕਹਿ ਦਿੰਦੇ ਹਾਂ ਗਵਰਨਰ, ਅੱਜ ਆਪਣੇ ਸਟੇਟਾਂ ਦੇ ਵਿੱਚ ਜਿਵੇਂ ਬਨਵਾਰੀ ਲਾਲ ਪੁਰੋਹਿਤ ਆਪਣੇ ਪੰਜਾਬ ਦੇ 29ਵੇਂ ਗਵਰਨਰ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ, ਸਮਝ ਲਓ ਇਹ ਪੈਪਸੂ ਦਾ ਪਹਿਲਾ ਗਵਰਨਰ ਹੈ। ਵੈਸੇ ਅੱਜ ਕੱਲ੍ਹ ਲੈਫਟੀਨੈਂਟ ਗਵਰਨਰ ਦੇ ਨਾਲ ਜਾਂ ਵਾਈਸ ਗਵਰਨਰ ਦੀ ਪੋਸਟ ਸਟੇਟਾਂ 'ਚ ਨਹੀਂ ਹੁੰਦੀ, ਬਟ ਪੈਪਸੂ ਨੇ ਨਾਲ ਇੱਕ ਉਪ ਰਾਜ ਪ੍ਰਮੁੱਖ ਬਣਾਇਆ ਸੀ ਬੱਚੋ, ਉਹ ਸੀ ਆਪਣਾ ਜਗਤਜੀਤ ਸਿੰਘ। ਉਹ ਕੌਣ ਸੀਗਾ, ਜਗਤਜੀਤ ਸਿੰਘ, ਜਗਤਜੀਤ ਸਿੰਘ। ਵੈਸੇ ਯਾਦਵਿੰਦਰ ਨੂੰ ਤਾਂ ਬੱਚਾ ਬੱਚਾ ਜਾਣਦਾ ਯਾਰ, ਯਾਦਵਿੰਦਰ ਨੂੰ ਤਾਂ ਪਤਾ ਹੀ ਹੈ ਮਹਾਰਾਜਾ ਆਫ ਪਟਿਆਲਾ, ਲੋਕ ਦੇ ਭਾਪੇ ਨੂੰ ਵੀ ਜਾਣਦੇ ਭੁਪਿੰਦਰ ਸਿਉਂ ਨੂੰ, ਲੋਕ ਇਹਦੇ ਮੁੰਡੇ ਨੂੰ ਵੀ ਜਾਣਦੇ ਆ ਕੈਪਟਨ ਅਮਰਿੰਦਰ ਸਿਉਂ ਨੂੰ, ਪਰ ਜਗਤਜੀਤ ਸਿੰਘ ਰਾਜਾ ਕਿੱਥੋਂ ਦਾ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ, ਜੋ ਉਪ ਰਾਜ ਪ੍ਰਮੁੱਖ ਹੈ ਇਹ ਬੱਚੋ ਮਹਾਰਾਜਾ ਆਫ ਕਪੂਰਥਲਾ, ਮਹਾਰਾਜਾ ਆਫ ਕਪੂਰਥਲਾ। ਸੋ ਇਹ ਦੋਨੇ ਆਫੀਸ਼ਲਸ ਬਹੁਤ ਜ਼ਿਆਦਾ ਮੇਨ ਹੈ, ਕਿਉਂਕਿ ਦੋਨੇ ਕੀ ਹੈ, ਰਾਜ ਪ੍ਰਮੁੱਖ ਤੇ ਉਪ ਰਾਜ ਪ੍ਰਮੁੱਖ। ਤੇ ਜੇਕਰ ਆਪਾਂ ਪੈਪਸੂ ਦੇ ਪਹਿਲੇ ਸੀਐਮ ਦੀ ਗੱਲ ਕਰੀਏ, ਜੇਕਰ ਬੱਚੋ ਪੈਪਸੂ ਦੇ ਪਹਿਲੇ ਸੀਐਮ ਦੀ ਗੱਲ ਕਰੀਏ ਤਾਂ ਬੱਚਾ ਬੱਚਾ ਜਾਂਦਾ ਹੈ ਗਿਆਨ ਸਿੰਘ ਰਾੜੇਵਾਲਾ, ਰਾੜਾ ਤੁਹਾਨੂੰ ਪਤਾ ਪਿੰਡ ਆ ਬੱਚੋ ਪਟਿਆਲਾ ਦਾ। ਸੋ ਗਿਆਨ ਸਿੰਘ ਰਾੜੇਵਾਲਾ ਇਹ ਆਪਣੇ ਬੱਚੋ ਪੈਪਸੂ ਦੇ ਪਹਿਲੇ ਸੀਐਮ ਹੈ। ਵੈਸੇ ਟੋਟਲ 4-5 ਪਰਸਨੈਲਿਟੀਆਂ ਨੇ ਜੋ ਪੈਪਸੂ ਦੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਰਾਜ ਪ੍ਰਮੁੱਖ ਤਾਂ ਪੈਪਸੂ ਜਿੰਨਾ ਚਿਕਰ ਰਹੂਗਾ ਯਾਦਵਿੰਦਰ ਹੀ ਹੈ, ਉਪ ਰਾਜ ਪ੍ਰਮੁੱਖ ਵੀ ਲਗਭਗ ਜਗਤਜੀਤ ਹੀ ਹੈ, ਸੀਐਮ ਬਸ 2-3 ਬਣਨਗੇ, ਪਹਿਲਾ ਸੀਐਮ ਗਿਆਨ ਸਿੰਘ ਰਾੜੇਵਾਲਾ, ਦੂਜਾ ਬੱਚੋ ਸੀਐਮ ਬਣੇਗਾ ਰਘਵੀਰ ਸਿੰਘ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਪੈਪਸੂ ਦੇ ਸਾਰੇ ਆਫੀਸ਼ੀਅਲਸ ਬੱਚੋ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ, ਤੇ ਤੀਜਾ ਬੱਚੋ ਬਣੂਗਾ ਬ੍ਰਿਸ਼ਭਾਨ। ਸੋ ਇਹ ਤਿੰਨੇ ਬੰਦੇ ਪੈਪਸੂ ਦੇ ਸੀਐਮ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਰਾਜ ਪ੍ਰਮੁੱਖ, ਸੀਐਮ, ਉਪ ਰਾਜ ਪ੍ਰਮੁੱਖ, ਇਹ ਸਾਰੇ ਬੰਦੇ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ। ਹਾਂ ਵੈਰੀ ਗੁੱਡ ਸੁਰਿੰਦਰ ਕੁਮਾਰ,
ਬੱਚੋ ਜਗਤਜੀਤ ਸਿੰਘ ਜਿਹੜਾ ਪੈਲੇਸ ਹੈ ਕਪੂਰਥਲਾ ਦੇ ਵਿੱਚ ਉਹ ਇਹਨਾਂ ਦੇ ਹੀ ਹੈ, ਮਤਲਬ ਇਹਨਾਂ ਦੇ ਨਾਂ ਤੇ ਹੀ ਹੈ ਜਗਤਜੀਤ ਪੈਲੇਸ, ਜਿਹੜਾ ਯੂਰਪ ਦੀ ਤਰਜ਼ ਤੇ ਬਣਿਆ ਹੋਇਆ ਹੈ। ਹਾਂਜੀ ਬੱਚੋ, ਦੂਜਾ ਇੱਕ ਪੋਸਟ ਡਿਪਟੀ ਸੀਐਮ ਦੀ ਵੀ ਹੈ। ਤੁਸੀਂ ਮੈਨੂੰ ਦੱਸ ਸਕਦਾ ਵੀ ਪੈਪਸੂ ਦਾ ਇਕਲੌਤਾ ਇੱਕ ਡਿਪਟੀ ਸੀਐਮ ਕੌਣ ਹੈ? ਜਿਹੜੇ ਬੱਚੇ ਨੇ ਆਹ ਸਵਾਲ ਦਾ ਜਵਾਬ ਦੇ ਤਾ ਮੰਨ ਜੂੰਗਾ ਮੈਂ, ਇਹਦਾ ਮਤਲਬ ਪੈਪਸੂ ਦੀ ਜਾਣਕਾਰੀ ਤੁਹਾਨੂੰ ਪੂਰੀ ਹੈ। ਜਿਹੜੇ ਬੱਚੇ ਨੇ ਦੱਸਤਾ ਵੀ ਪੈਪਸੂ ਦਾ ਇੱਕ ਡਿਪਟੀ ਸੀਐਮ ਵੀ ਸੀ। ਹਾਂ ਲਾਈਕ ਸ਼ੇਅਰ, ਵੈਰੀ ਗੁੱਡ ਭੀਮ ਸਿੰਘ। ਹਾਂ 1953 ਦੇ ਵਿੱਚ ਐਮਰਜੈਂਸੀ ਲੱਗੀ ਸੀ ਕਿਰਨਦੀਪ, ਉਹ ਵੀ ਗੱਲ ਕਰਾਂਗੇ ਆਪਾਂ। ਪੈਪਸੂ ਦੇ ਵਿੱਚ ਮਾਰਚ 1953 ਚ ਲੱਗੀ ਹੈ। ਅੱਜ ਤੋਂ ਪੋਲੀਟਿਕਸ ਸ਼ੁਰੂ ਹੈ ਅਗਲੀਆਂ ਤਿੰਨ ਕਲਾਸਾਂ ਦੇ ਵਿੱਚ, ਵੀ ਪਿੱਛੇ ਤਿੰਨ ਕਲਾਸਾਂ ਆਪਾਂ ਮੈਪ ਨੂੰ ਮੁੱਠੀ ਚ ਕਰਿਆ, ਅੱਜ ਆਪਣੀ ਮੈਪ ਵੀ ਆਪਾਂ ਹੌਲੀ ਹੌਲੀ ਦੇਖੋਗੇ ਕਿਵੇਂ ਵਰਤਾਂਗੇ। ਹਾਂ ਕਿਰਨਦੀਪ ਜਮਾ ਸਹੀ ਹੈ। ਜਿਹੜੀ ਇਹਨੇ ਬੱਚੋ ਸਰਕਾਰ ਬਣਾਈ ਹੈ, ਇਸ ਸਰਕਾਰ ਦੇ ਵਿੱਚ ਟੋਟਲ ਮੈਂਬਰ ਕਿੰਨੇ ਸੀ? ਜਿਸ ਨੂੰ ਪੁੱਛਿਆ ਤਾਂ ਆਪਾਂ ਟਿੱਕ ਲਾਵਾਂਗੇ 60। ਟੋਟਲ ਮੈਂਬਰ ਜੇ ਕਿਸੇ ਨੇ ਪੁੱਛਿਆ ਆਪਾਂ ਟਿੱਕ ਲਾਵਾਂਗੇ 60, ਬਟ ਮੈਨੂੰ ਜਵਾਬ ਨਹੀਂ ਮਿਲਿਆ। ਬੱਚੇ ਜਗਤਜੀਤ ਸਿੰਘ ਹੀ ਕਹਿ ਰਹੇ ਹੈ, ਬੱਚੇ ਢਿੱਲੋਂ ਵੀ ਕਹਿ ਰਹੇ ਹੈ, ਢਿੱਲੋਂ ਕਿਹੜਾ? ਵੈਸੇ ਸਵਾਲ ਗਲਤ ਹੈ। ਵੈਰੀ ਗੁੱਡ ਪ੍ਰਦੀਪ, ਦੀਪ ਗਿੱਲ ਜਮਾ ਸਹੀ ਹੈ। ਹਾਂਜੀ ਬੱਚੋ, ਸੰਦੀਪ ਕੁਮਾਰ ਸਾਰਾ ਕੁਛ ਮਿਲ ਜੂਗਾ, ਕੋਰਸ ਰਿਗਾਰਡਿੰਗ, ਨੋਟਸ ਰਿਗਾਰਡਿੰਗ ਹੁਣ ਆਪਾਂ ਡਿਸਕਸ਼ਨ ਐਂਡ ਤੇ ਕਰਾਂਗੇ, ਠੀਕ ਹੈ? ਫਿਰ ਐਂ ਫਲੋ ਸਟੱਡੀ ਦਾ ਸਾਰਾ ਟੁੱਟ ਜਾਂਦਾ। ਬ੍ਰਿਸ਼ ਪਾਂਜਮਾ ਸਹੀ ਹੈ ਬੱਚਿਓ, ਇਹ ਆਪਣੇ ਸੀਗੇ ਇਕਲੌਤੇ ਡਿਪਟੀ ਸੀਐਮ। ਸੋ ਇਹ ਡਿਪਟੀ ਸੀਐਮ ਵੀ ਰਹੇ ਹੈ ਪੈਪਸੂ ਦੇ। ਇਹ ਬਹੁਤ ਹੀ ਗੁੱਡ ਪੁਆਇੰਟ ਤੁਸੀਂ ਰੱਖਣਾ ਯਾਦ। ਰਘਵੀਰ ਸਿੰਘ ਜੀ ਦੀ ਜਦੋਂ ਡੈਥ ਹੋ ਜਾਂਦੀ ਹੈ ਉਦੋਂ ਬਾਅਦ ਹੀ ਫਿਰ ਇਹ ਸੀਐਮ ਬਣ ਜਾਂਦੇ ਹੈ। ਡਿਪਟੀ ਸੀਐਮ ਤਾਂ ਪਹਿਲਾਂ ਇਹ ਸੀਗੇ, ਬਸ ਇਕਲੌਤੇ ਹੈ। ਇਹ ਸਾਰੇ ਆਫੀਸ਼ੀਅਲ ਯਾਦ ਰੱਖਿਓ। ਵੈਸੇ ਪੈਪਸੂ ਜੇਕਰ ਆਪਾਂ ਜਿਹਨਾਂ ਨੇ ਸਰਕਾਰ ਅਸਟੈਬਲਿਸ਼ ਕੀਤੀ ਹੈ ਆਜ਼ਾਦ ਮੁਲਕ ਤੋਂ ਬਾਅਦ, ਨਾਲੇ 47 ਤੋਂ ਬਾਅਦ, 48 ਦੀ ਗੱਲ ਹੈ। ਸੋ ਇਹਦਾ ਮਤਲਬ ਦਮਖਮ ਰੱਖਦੇ ਸੀ ਬੰਦੇ ਆਪਣੇ ਹਿੰਦੁਸਤਾਨ ਦੇ ਵਿੱਚ, ਰਾਜੇ ਦੀਆਂ ਰਿਆਸਤਾਂ ਦਾ ਬੋਲਬਾਲਾ ਸੀਗਾ। ਇਹ ਪਤਾ ਸਰਦਾਰ ਪਟੇਲ ਨੂੰ ਵੀ ਹੈ, ਤਾਂ ਕਰਕੇ ਉਦਘਾਟਨੇ ਆਪ ਹੀ ਕਰੀ ਜਾਂਦੇ ਹੈ, ਕਿਉਂਕਿ ਇਹਨਾਂ ਦੇ ਵਿੱਚੋਂ ਆਪਾਂ ਨੂੰ ਜ਼ਿਆਦਾ ਡਰ ਨਹੀਂ ਸੀ ਵੀ ਇਹ ਬੰਦੇ ਬਗਾਵਤ ਕਰਨਗੇ, ਵੀ ਜਾਂ ਇਹ ਪਾਕਿਸਤਾਨ ਜਾਣ ਦੀ ਮੰਗ ਕਰਨਗੇ। ਬਸ ਇਹ ਚੌਧਰਪਣਾ ਭਾਲਦੇ ਸੀ, ਤਾਂ ਹੀ ਤਾਂ ਵਿੱਚ ਹੌਲੀ ਹੌਲੀ ਉਹਨੂੰ ਵਿੱਚ ਵੜ ਕੇ ਇਹਨਾਂ ਨੂੰ ਕਮਜ਼ੋਰ ਕੀਤਾ ਜਾਊਗਾ। ਸੋ ਕੁੱਲ ਮਿਲਾ ਕੇ ਯਾਦ ਰੱਖਿਓ, ਪੈਪਸੂ ਸਭ ਤੋਂ ਵੈਸੇ ਤਾਂ ਛੋਟੀ ਰਿਆਸਤ ਹੈ, ਸਾਰਾ 26,208 ਕਿਲੋਮੀਟਰ ਸਕੇਅਰ ਇਹਨਾਂ ਦਾ ਏਰੀਆ ਸੀ। ਬਾਕੀ ਮੁਕਾਬਲੇ ਜਿਵੇਂ ਹੈਦਰਾਬਾਦ ਦੀ ਰਿਆਸਤ ਹੈ, ਜੰਮੂ ਐਂਡ ਕਸ਼ਮੀਰ ਦੀ ਹੈ, ਸੌਰਾਸ਼ਟਰਾ ਦੀ ਹੈ, ਫਿਰ ਆਪਣੀ ਮਾਈਸੂਰ ਦੀ ਹੈ, ਟਰੈਵਣ ਕੋਰ ਕੋਚਨ ਦੀ ਹੈ, ਇਹ ਆਜ਼ਾਦੀ ਤੋਂ ਬਾਅਦ ਕੁਛ ਰਿਆਸਤਾਂ ਆਪਣੇ ਦੇਸ਼। ਜ਼ਬਰਦਸਤ, ਵੈਰੀ ਗੁੱਡ ਸਨੀ ਕਟਾਰੀਆ, ਅਪੁਆਇੰਟ ਕੀਤਾ ਸੀ ਬੱਚੇ ਇਹਨਾਂ ਨੂੰ ਸੀ ਰਾਜ ਗੋਪਾਲਚਾਰੀ ਜੀ ਨੇ, ਕਿਉਂਕਿ ਸੀ ਰਾਜ ਗੋਪਾਲਚਾਰੀ ਜੀ ਇੱਥੇ ਆਪਣੇ ਦੇਸ਼ ਦੇ ਕੀ ਹੈ? ਗਵਰਨਰ ਜਨਰਲ। ਤੇ ਗਵਰਨਰ ਜਨਰਲ ਨੂੰ ਆਪਾਂ ਅੱਗੇ ਜਾ ਕੇ ਪੋਲੀਟਿਕਸ ਕੀ ਬੋਲਦੇ ਹਾਂ? ਪ੍ਰੈਜ਼ੀਡੈਂਟ। ਤੇ ਅੱਜ ਗਵਰਨਰ ਨੂੰ ਕੌਣ ਅਪੁਆਇੰਟ ਕਰਦਾ? ਪ੍ਰੈਜ਼ੀਡੈਂਟ ਆਫ ਇੰਡੀਆ, ਕਿਆ ਬਾਤ ਹੈ। ਹਾਂ ਬਾਉਂਡਰੀ ਕਮਿਸ਼ਨ ਵੀ ਕਰਾਂਗੇ। ਵੈਰੀ ਗੁੱਡ ਜੋਤੀ, ਗੁੱਡ ਈਵਨਿੰਗ ਬੱਚੋ, ਗੁੱਡ ਈਵਨਿੰਗ ਰੀਤਿਕਾ, ਵੈਰੀ ਗੁੱਡ। ਹਾਂ ਸਾਰਾ ਕੁਛ ਆਪਾਂ ਉਂਗਲਾਂ ਤੇ ਕਰਾ ਦੇਣਾ। ਵੈਸੇ ਮੈਪ ਅੱਜ ਫੇਰ ਲਾਤਾ, ਵੈਸੇ ਮੈਪ ਅੱਜ ਲੋੜ ਤਾਂ ਮੇਰੇ ਹਿਸਾਬ ਨਾਲ ਹੈ ਨਹੀਂ, ਤਾਂ ਵੈਸੇ ਹੀ ਯਾਦ ਕਰ ਲਓ ਬੱਚੋ। ਪਠਾਨਕੋਟ ਆ ਪਿਆ, ਮਾਨਸਾ ਜਮਾਂ ਸੇਧ ਨੂੰ ਪਿਆ, ਫਾਜ਼ਿਲਕਾ ਪਿਆ, ਫਾਜ਼ਿਲਕਾ 'ਚ ਆਪਾਂ ਅਬੋਹਰ ਦੇਖਿਆ ਸੀ, ਪਟਿਆਲੇ 'ਚ ਆਪਾਂ ਸਮਾਣਾ ਦੇਖਿਆ, ਇੱਧਰ ਮੋਹਾਲੀ ਪਿਆ। ਸੋ ਇਹ ਕੁਛ ਚੀਜ਼ਾਂ ਦੁਬਾਰੇ ਦਿਮਾਗ 'ਚ ਰੀਕਾਲ ਕਰੋ। ਲੁਧਿਆਣਾ, ਮੋਗਾ ਅਤੇ ਬਰਨਾਲਾ, ਇਹਨੂੰ ਬਸ ਜਲੰਧਰ, ਇਹਨੂੰ ਆਪਾਂ ਸੈਂਟਰ ਆਫ ਪੰਜਾਬ ਕਹਿ ਦਿੰਦੇ ਹੈ। ਆਹ ਨੌਰਥ ਈਸਟ ਆ ਗਿਆ, ਆਹ ਆਪਣਾ ਨੌਰਥ ਵੈਸਟ ਹੈ, ਆਹ ਸਾਊਥ ਵੈਸਟ ਹੈ, ਆਹ ਸਾਊਥ ਹੀ, ਇੱਧਰ ਲਾ ਕੀ ਹੁੰਦਾ ਦੇਖ ਲਓ ਯਾਰ, ਹੁਣ ਤੁਸੀਂ ਆਹ ਸਾਊਥ ਹੈ, ਕੰਮ ਨਿਬੜ ਗਿਆ, ਠੀਕ ਹੈ ਨਾ? ਚਲੋ ਵੀ ਕਹਿੰਦੇ ਇਹਦੇ ਵਿੱਚੋਂ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਜਿਹੜੀ ਕਿ ਪੈਪਸੂ ਦੀ ਫੁੱਲ ਫਾਰਮ ਹੈ, ਉਹ 'ਚ ਬੱਚੋ ਰਿਆਸਤ ਨਹੀਂ ਹੈਗੀ। ਅੱਜ ਦੇ ਸਵਾਲ ਬੱਚੋ ਬਹੁਤ ਸਿੰਪਲ ਹੈ, ਬਟ ਅੱਗੇ ਅੱਗੇ ਜਾਊਂਗੇ ਲੈਵਲ ਦੇਖੋ ਕਿਹੜੇ ਹਿਸਾਬ ਨਾਲ ਅੱਪ ਹੁੰਦਾ, ਕਿਉਂਕਿ ਮੈਂ ਤੁਹਾਨੂੰ ਸਟਾਰਟਿੰਗ 'ਚ ਕੀ ਕਹਿਣਾ ਹੁੰਦਾ ਵੀ ਆਪਾਂ ਹਰ ਬੱਚੇ ਨੂੰ ਨਾਲ ਲੈ ਕੇ ਚੱਲਣਾ। ਜੋ ਬੱਚਾ ਫਰੈਸ਼ਰ ਹੈ ਉਹਨੂੰ ਵੀ ਪੁਰਾਣਾ ਕਰਨਾ ਆਪਾਂ, ਸੋ ਆਪਾਂ ਇੱਕ ਕਲਾਸ 'ਚ ਫਰੈਸ਼ਰ ਨੂੰ ਬਿਹਾ ਕਰ ਦਿੰਦੇ ਹਾਂ, ਇਹ ਬੜੀ ਗੱਲ ਹੈ।
ਹਾਂ ਲੇਟ ਲਤੀਫੀ ਵਾਲਾ ਕੰਮ ਨਹੀਂ ਕਰਨਾ, ਰਿਆਸਤ ਕੌਰ ਸਿੱਧੂ ਸਾਹਿਬ ਬੱਚੇ ਟਾਈਮ ਤੇ ਪਹੁੰਚਿਆ ਕਰੋ। ਵੈਰੀ ਗੁੱਡ। 8 ਰਿਆਸਤਾਂ ਵਿੱਚੋਂ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਦੇ ਵਿੱਚ ਟੋਟਲ 8 ਰਿਆਸਤਾਂ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ। ਲੈ ਪਠਾਨਕੋਟ ਹੀ ਹੈ ਨਹੀਂ, ਕੰਮ ਗਿਆ ਨਿਬੜ, ਜਵਾਬ ਗਿਆ ਮਿਲ। ਪਟਿਆਲਾ ਹੋ ਗਈ ਬੱਚੋ, ਪਟਿਆਲੇ ਦੇ ਨਾਲ ਯਾਦ ਰੱਖਿਓ ਨਾਭਾ, ਫਿਰ ਯਾਦ ਰੱਖਿਓ ਜੀਂਦ ਹੈ, ਫਿਰ ਆਪਣੀ ਫਰੀਦਕੋਟ ਹੈ, ਫਿਰ ਮਲੇਰਕੋਟ ਲੈ, ਫਿਰ ਬੱਚੋ ਆਪਣੀ ਆ ਗਈ ਨਾਲਾਗੜ, ਤੇ ਫਿਰ ਬੱਚੋ ਆਪਣੀ ਪਹੁੰਚ ਗਈ ਆਪਣੀ ਭਾਈ 8ਵੇਂ ਨੰਬਰ ਤੇ ਆ ਗਈ ਕਲਸੀਆਂ। ਸੋ ਇਹ ਆਪਣੇ ਬੱਚੋ 8 ਰਾਜੇ ਦੀਆਂ ਰਿਆਸਤਾਂ ਨੇ ਰਲ ਕੇ ਕੀ ਬਣਾਇਆ ਸੀਗਾ, ਪੈਪਸੂ। ਮੈਂ ਰਿਪੀਟ ਕਰਦਾ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਮਲੇਰਕੋਟਲਾ, ਕਪੂਰਥਲਾ ਰਹਿ ਗਿਆ ਓਏ, ਕਪੂਰਥਲਾ, ਨਾਲਾਗੜ ਤੇ ਕਲਸੀਆਂ। ਸੋ ਇਹ ਤੁਹਾਨੂੰ ਬੱਚੋ 8 ਰਾਜੇ ਦੀਆਂ ਰਿਆਸਤਾਂ ਦੇ ਨਾਮ ਪਤਾ ਹੋਣੇ ਚਾਹੀਦੇ ਆ। ਬਹੁਤ ਹੀ ਸਿੰਪਲ ਪੁਆਇੰਟ ਹੈ ਇਹ, ਬਹੁਤ ਜ਼ਿਆਦਾ। ਗੁੱਡ ਈਵਨਿੰਗ, ਗੁੱਡ ਈਵਨਿੰਗ ਗਗਨਦੀਪ ਸਿੰਘ, ਵੈਰੀ ਗੁੱਡ। ਅੱਛਾ, ਇਹਦੇ ਵਿੱਚ ਬਥੇਰੇ ਫਰੀਦਕੋਟ ਵੀ ਕਹਿ ਗਏ, ਉਹ ਫਰੈਸ਼ਰ ਹੁੰਦੇ ਆ, ਕੋਈ ਚੱਕਰ ਵਾਲੀ ਗੱਲ ਨਹੀਂ। ਦੂਜੀ ਗੱਲ, ਇਹ 8 ਰਾਜੇ ਦੀਆਂ ਜੋ ਰਿਆਸਤਾਂ ਨੇ, ਜੇ ਮੰਨ ਲਓ ਪੇਪਰਾਂ ਨੇ ਸਵਾਲ ਪੁੱਛਿਆ, ਹੁਣ ਧਿਆਨ ਨਾਲ ਸੁਣਨਾ ਵੀ 8ਾਂ ਦੇ ਵਿੱਚੋਂ ਸਭ ਤੋਂ ਪੁਰਾਣੀ ਰਿਆਸਤ ਕਿਹੜੀ ਸੀ, 8ਾਂ ਦੇ ਵਿੱਚੋਂ ਸਭ ਤੋਂ ਪੁਰਾਣੀ ਰਿਆਸਤ ਕਿਹੜੀ ਹੈ? ਅਰਪਣ ਸਿੱਧੂ, ਰਮਨ ਭੁੱਲਰ, ਸਨੀ ਕਟਾਰੀਆ। ਹਾਂਜੀ ਸਨੀ ਕਟਾਰੀਆ ਜੀ, ਵੈਰੀ ਗੁੱਡ ਪੁਆਇੰਟ ਹੈ। ਪੈਪਸੂ ਦੀ ਵਿੱਚੋਂ ਰਾਜਧਾਨੀ ਕੈਪੀਟਲ ਸੀਗੀ ਪਟਿਆਲਾ। ਚਲੋ ਮੈਂ ਦੱਸ ਦਿੰਦਾ, ਉਸ ਤੋਂ ਮਤਲਬ ਬੜਾ ਮਗਰ ਮੁਗਰ ਜੇ ਫਿਰਦੇ ਹੋ ਯਾਰ। ਨਾਲਾਗੜ ਵਿੱਚੋਂ ਯਾਦ ਰੱਖਣਾ, ਇਹ ਓਲਡੈਸਟ ਪ੍ਰਿੰਸਲੀ ਸਟੇਟ ਹੈ, ਓਲਡੈਸਟ ਪ੍ਰਿੰਸਲੀ ਸਟੇਟ, ਓਲਡੈਸਟ ਪ੍ਰਿੰਸਲੀ ਸਟੇਟ ਯਾਦ ਰੱਖਿਓ। ਜਿਹੜੀ ਇਹ ਚੋਂ ਮਲੇਰਕੋਟਲਾ, ਕਿੱਥੇ ਮਲੇਰਕੋਟਲਾ, ਲੱਭ ਲਓ ਲੱਭ ਲਓ ਲੱਭ ਲਓ, ਇਹ ਚੋਂ ਮਲੇਰਕੋਟਲਾ ਜਿਹੜੀ ਬੱਚੋ ਇਹ ਸੀਗੀ ਮੁਸਲਿਮ ਪ੍ਰਿੰਸਲੀ ਸਟੇਟ। ਸਮਝ ਗਏ, ਇਹ ਸਾਰੇ ਕੀਮਤੀ ਪੁਆਇੰਟ ਆਪਾਂ ਯਾਦ ਰੱਖਣੇ। ਹਾਂ ਵੈਰੀ ਗੁੱਡ ਅਗਰਵਾਲ ਸਾਹਿਬ, ਵੈਰੀ ਗੁੱਡ। ਹਾਂ ਲਗਭਗ ਸਾਰੇ ਬੱਚੇ ਹੁਣ ਜਵਾਬ ਦੇ ਰਹੇ ਹੈ, ਵੈਰੀ ਗੁੱਡ ਸੁਖਬੀਰ। ਅੱਛਾ ਪੁਰਾਣਾ ਨਾਲਾ, ਠੀਕ ਹੈ, ਮੈਂ ਕਿਹਾ ਕਿਹੜੇ ਹਿਸਾਬ ਨਾਲ ਲਿਖਿਆ। ਇਹ ਸਾਰੇ ਪੁਆਇੰਟ ਰੱਖਿਓ ਯਾਦ। ਬਾਕੀ ਜਿਹੜੀਆਂ 6 ਆ, ਆਹ ਤਾਂ ਹੋ ਗਈ ਮੁਸਲਿਮ ਪ੍ਰਿੰਸਲੀ ਸਟੇਟ, ਜਿਹੜੀਆਂ ਬਾਕੀ ਆਹ ਨਾਲਾਗੜ ਓਲਡੈਸਟ ਹੈ, ਜਿਹੜੀਆਂ ਬਾਕੀ ਵਿੱਚੋਂ 6 ਹੈ ਉਹ ਸਾਰੀਆਂ ਸੀਗੀਆਂ ਸਿੱਖ ਪ੍ਰਿੰਸਲੀ ਸਟੇਟ, ਸਿੱਖ ਪ੍ਰਿੰਸਲੀ ਸਟੇਟ। ਹਾਂ ਵੈਰੀ ਗੁੱਡ ਪ੍ਰੀਤ। ਪੈਪਸੂ ਦਾ ਸੈਕਿੰਡ CM ਰਘਵੀਰ ਸਿੰਘ ਹੈ, ਉਹ ਪਿੱਛੇ ਆਪਾਂ ਦੇਖ ਚੁੱਕੇ ਹਾਂ, ਤੀਜੇ ਨੰਬਰ 'ਤੇ ਆਹ ਹੈ, ਅਤੇ ਇਹ ਆਪਣਾ ਡਿਪਟੀ CM ਵੀ ਰਹੇ। ਚਲੋ ਫਿਰ ਅਗਲਾ ਸਵਾਲ, ਪੈਪਸੂ 15 ਜੁਲਾਈ 1948 ਨੂੰ ਬਣਿਆ, 20 ਅਗਸਤ 1948 ਨੂੰ ਇਹਨਾਂ ਨੇ ਆਪਦੀ ਸਰਕਾਰ ਖੜੀ ਕੀਤੀ ਹੈ, ਤੇ ਪੈਪਸੂ ਫਿਰ ਪੰਜਾਬ 'ਚ ਕਦੋਂ ਰਲ ਗਿਆ? ਪੈਪਸੂ ਵਿੱਚੋਂ ਪੰਜਾਬ 'ਚ ਰਲਿਆ ਸੀਗਾ 1 ਨਵੰਬਰ 1956 ਨੂੰ। ਸੋ ਪੈਪਸੂ ਬਾਹਲਾ ਚਿਰ ਨਹੀਂ ਚੱਲਿਆ, ਪੈਪਸੀ ਛੇਤੀ ਗਈ ਮੁੱਕ। ਸਰ ਜੀ ਮਲੇਰਕੋਟਲਾ ਤਹਿਸੀਲਾਂ ਕਿੰਨੀਆਂ ਨੇ? ਜਗਸੀਰ ਸਿੱਧੂ, ਇੱਥੋਂ ਇਹ ਪਤਾ ਲੱਗਦਾ ਵੀ ਤੁਸੀਂ ਸਿੱਧਾ ਸਾਡੀ 6ਵੀਂ ਕਲਾਸ ਵਿੱਚ ਪਹੁੰਚੇ ਹੋ, ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਅਹਿਮਦਗੜ੍ਹ, ਸਾਰੀਆਂ ਅਮਰਗੜ੍ਹ, ਮਲੇਰਕੋਟਲਾ ਆਪਾਂ ਲਿਖਿਆ ਹੋਇਆ ਹੈ, ਤਹਿਸੀਲਾਂ ਉੱਥੇ ਪੜ੍ਹਿਆ ਕਰੋ। ਮੋਹਨਦੀਪ ਸਿੰਘ, ਹਾਂ ਆਪਣਾ ਬੱਚੋ ਕੋਰਸ ਆਪਣਾ ਇਕੱਲਾ GK ਦਾ ਕੈਸਟ ਵਾਂਗੂ ਹੀ ਵਿਕਦਾ, ਤੁਹਾਡੀ ਗੱਲ ਜਮਾਂ ਸਹੀ ਹੈ, ਕੈਸਟ ਨਾਲ ਕੰਮ ਹੀ ਹੋਇਆ ਪਿਆ। ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਪੜ੍ਹਾਈ ਖੁਸ਼ੀ ਖੁਸ਼ੀ ਕਰਨੀ ਚਾਹੀਦੀ ਹੈ, ਜਿਵੇਂ ਬਾਕੀ ਕੰਮ ਆਪਾਂ ਖੁਸ਼ ਹੋਏ ਕਰਦੇ ਹਾਂ। ਆਪਾਂ ਜਦੋਂ ਫਿਲਮ ਦੇਖਣ ਜਾਂਦੇ ਹਾਂ ਤਾਂ ਪੂਰਾ ਖੁਸ਼ ਹੋ ਕੇ ਜਾਂਦੇ ਹਾਂ, ਪੜ੍ਹਾਈ ਕਰਨ ਵੇਲੇ ਆਪਾਂ ਨੂੰ ਦੌਰਾ ਪੈ ਜਾਂਦਾ, ਕੀ ਗੱਲ ਬਈ, ਪੜ੍ਹਾਈ ਵੀ ਖੁਸ਼ੀ ਨਾ ਕਰੋ। ਹਾਂ ਜਮਾਂ ਸਹੀ, ਵਿੱਚ ਵਿੱਚ ਜਵਾਬ ਦੇ ਰਹੇ ਹੈ, ਕਿਉਂਕਿ ਤੁਹਾਨੂੰ ਹਿੰਟ ਮਿਲ ਹੀ ਗਿਆ
ਜਿਹੜਾ ਬੱਚੇ ਨੂੰ ਮੈਂ ਤਾਂ ਪੋਲਿਟੀ ਪੜ੍ਹੀ ਹੈ, ਹਿੰਟ ਮਿਲ ਗਿਆ, ਕਿਉਂਕਿ 1956 ਦੇ ਵਿੱਚ ਬੱਚੋ ਆਪਣੇ ਦੇਸ਼ 'ਚ ਕੀ ਬਣਿਆ ਸੀ, ਬਹੁਤ ਧਿਆਨ ਨਾਲ ਸੁਣਨਾ ਹੈ। ਇੱਥੇ 5-10 ਮਿੰਟ ਮੈਂ ਵਧੀਆ ਤਰੀਕੇ ਨਾਲ ਸਾਰੇ ਬੱਚਿਆਂ ਨੂੰ ਐਕਸਪਲੇਨ ਕਰਨ ਜਾ ਰਹੇ ਹਾਂ, ਬਹੁਤ ਧਿਆਨ ਨਾਲ ਸੁਣਨਾ ਹੈ, ਕਮੈਂਟ ਸੈਕਸ਼ਨ ਵੱਲ ਧਿਆਨ ਹੁਣ ਨਹੀਂ ਦੇਣਾ। ਜਿਹੜਾ ਬੱਚੋ ਇਹ ਸਟੇਟ ਰੀਓਰਗਨਾਈਜੇਸ਼ਨ ਕਮਿਸ਼ਨ ਹੈ, ਪਹਿਲੀ ਗੱਲ ਤਾਂ ਇਹਦੇ ਬ੍ਰੈਕਟ 'ਚ ਲਿਖ ਲਓ, ਇਸੇ ਨੂੰ ਬੱਚੋ ਆਪਾਂ ਕਹਿ ਦਿੰਦੇ ਹਾਂ ਫੈਜ਼ਲ ਅਲੀ ਕਮਿਸ਼ਨ। ਕੀ ਕਹਿ ਦਿੰਦੇ ਆਪਾਂ? ਫੈਜ਼ਲ ਅਲੀ ਕਮਿਸ਼ਨ। ਇਹ ਜਿਹੜਾ ਬੱਚੋ ਆਪਣਾ ਕਮਿਸ਼ਨ ਹੈ, ਇਹ ਬਿਠਾਇਆ ਗਿਆ ਸੀ 1953 ਦੇ ਵਿੱਚ। ਬਹੁਤ ਧਿਆਨ ਨਾਲ ਸੁਣਨਾ, ਬੱਚਾ ਪਾਰਟੀ ਉੱਥੇ 56 ਭੜਕਾਊਗੀ, ਉਹਨੇ ਕਰ ਜਾਣਾ ਕਾਲੀ। ਤੁਸੀਂ ਧਿਆਨ ਨਾਲ ਸੁਣਨਾ, ਕਰੀਅਰ ਬਰਬਾਦ ਹੋ ਜਾਂਦਾ ਕੁਸ਼ਚਨ ਗਲਤ ਕਰਨ ਦੇ ਨਾਲ। ਪੜਾਕੂ ਤੋਂ ਪੜਾਕੂ ਬੱਚੇ ਮੈਂ ਹੁਣ ਦੇਖਿਆ ਵੀ ਹੁਣ ਤੱਕ ਬੈਡ ਫੀਲ ਕਰੀ ਜਾਂਦੇ, ਮੇਰਾ ਪਟਵਾਰੀ 1 ਨੰਬਰ 'ਤੇ ਰਹਿ ਗਿਆ, ਮੇਰਾ ਫਲਾਨਾ ਅੱਧੇ 'ਤੇ ਰਹਿ ਗਿਆ। ਆਹ ਚੀਜ਼ਾਂ ਦਾ ਗੌਰ ਨਹੀਂ ਕਰਦੇ ਹੁੰਦੇ ਆਪਾਂ। ਸੋ ਇਹ ਕਮਿਸ਼ਨ ਬਣਿਆ 1953 ਦੇ ਵਿੱਚ। ਇਹ ਕਮਿਸ਼ਨ ਦੇ ਬੱਚੋ ਮੈਂਬਰ ਸੀਗੇ ਟੋਟਲ 3। ਇੱਕ ਤਾਂ ਫੈਜ਼ਲ ਅਲੀ ਹੈ, ਉਹ ਤਾਂ ਚੇਅਰਮੈਨ ਹੈ, ਤਾਂ ਹੀ ਆਪਾਂ ਕਮਿਸ਼ਨ ਦਾ ਨਾਮ ਉਹਦੇ ਰੱਖੀ ਬੈਠੇ ਹਾਂ। ਇੱਕ ਸੀ ਬੱਚੋ ਐਚ ਐਨ ਕੁੰਜਰੂ, ਅਤੇ ਇੱਕ ਸੀ ਆਪਣਾ ਪਾਨੀਕਰ। ਹੁਣ ਪਹਿਲੀ ਗੱਲ ਤਾਂ ਇਹ ਕਮਿਸ਼ਨ ਆਪਾਂ 1953 ਦੇ ਵਿੱਚ ਬਿਠਾਇਆ ਕਿਉਂ ਸੀ? ਕਿਉਂਕਿ ਮੁਲਕ ਦੇ ਵਿੱਚ ਮੱਚੀ ਪਈ ਸੀ ਤਬਾਹੀ। 1947 ਤੋਂ ਬਾਅਦ ਸਾਰੇ ਹਿੰਦੁਸਤਾਨ ਦੇ ਵਿੱਚ ਮੰਗ ਉੱਠੀ ਪਈ ਸੀ ਵੀ ਆੜੀ ਸਾਨੂੰ ਤਾਂ ਪ੍ਰੋਪਰ ਸਟੇਟਾਂ ਦਾ ਦਰਜਾ ਦਿੱਤਾ ਜਾਵੇ ਭਾਸ਼ਾ ਦੇ ਆਧਾਰ 'ਤੇ। ਮੁੱਦਾ ਸਭ ਤੋਂ ਵੱਡਾ ਬਣ ਗਿਆ ਸੀ ਲੈਂਗੁਏਜ, ਅਤੇ ਇਹਦੇ ਵਾਸਤੇ ਆਪਣੇ ਸਾਰੇ ਦੇਸ਼ 'ਚ ਮਤਲਬ ਅੱਗਾਂ ਲੱਗਣੀਆਂ, ਅਨਸਟੇਬਿਲਟੀ ਵਗੈਰਾ, ਮਤਲਬ ਲਾਅ ਐਂਡ ਆਰਡਰ ਨਾਮ ਦੀ ਹਿੰਦੁਸਤਾਨ ਚੀਜ਼ ਹੀ ਨਹੀਂ ਸੀ ਯਾਰ। ਸਾਊਥ ਇੰਡੀਆ ਦੇ ਵਿੱਚ ਕੋਈ ਦਿਨ ਖਾਲੀ ਟੱਪ ਨਹੀਂ ਰਿਹਾ ਸੀ ਜਿਹਦੇ 8-10 ਬੰਦੇ ਨਾ ਮਰਨ। ਐਡੀ ਤਬਾਹੀ ਮੱਚੀ ਪਈ ਸੀ ਆਪਣੇ ਸਾਊਥ ਇੰਡੀਆ ਦੇ ਵਿੱਚ। ਉੱਥੇ ਫਿਰ ਧਰਨਾ ਪ੍ਰਦਰਸ਼ਨ ਹੁੰਦਾ, ਪੂਰਾ ਘਸਮਾਣ ਪੈਂਦਾ, ਮੁੱਕਦੀ ਗੱਲ ਵਿੜੋ ਸਰਕਾਰ ਇਸ ਮੁੱਦੇ ਦਾ ਹੱਲ ਕੱਢਣ ਵਾਸਤੇ, ਵੀ ਲੋਕੋ ਘਰੋ ਘਰੀ ਬੈਠੋ, ਮਿਹਨਤ ਵਾਲੀ ਗੱਲ ਐਂ ਕਾਹਤੋਂ ਕਰਦੇ ਹੋ। ਸਰਕਾਰ ਨੇ SK ਧਾਰ ਕਮਿਸ਼ਨ ਬਿਠਾਇਆ ਸੀ ਵੀ ਆਪਾਂ ਲੈਂਗੁਏਜ ਦੇ ਆਧਾਰ 'ਤੇ ਸਟੇਟਾਂ ਬਣਾਵਾਂਗੇ। ਇਹ ਬਣਾਇਆ ਸੀ ਬੱਚੋ SK ਧਾਰ ਕਮਿਸ਼ਨ June 1948 ਦੇ ਵਿੱਚ। ਫਿਰ ਸਰਕਾਰ ਨੇ ਇੱਕ ਕਮਿਸ਼ਨ ਹੋਰ ਬਣਾਇਆ ਸੀਗਾ, JVP ਕਮੇਟੀ, December 1948 ਦੇ ਵਿੱਚ। ਕਾਹਦਾ ਮੁੱਦਾ? ਵੀ ਆਪਾਂ ਆਪਣੇ ਦੇਸ਼ ਦੇ ਵਿੱਚ ਰੀਓਰਗਨਾਈਜੇਸ਼ਨ ਆਫ ਸਟੇਟਾਂ ਕਰਾਂਗੇ, ਵੀ ਦੇਖਦੇ ਹਾਂ ਆਪਾਂ ਦਰਜੇ ਦੇਵਾਂਗੇ ਸਾਰਿਆਂ ਨੂੰ। ਪਰ ਇਹਨਾਂ ਨੇ ਮਤਲਬ 3-4 ਸਾਲ ਫੇਰ ਲਾਤੇ, ਫਿਰ ਘਸਮਾਉਣ ਪਈ ਗਿਆ। ਫਿਰ ਫਾਈਨਲੀ ਇੱਥੇ ਤੇਲਗੂ ਸਪੀਕਿੰਗ ਪੀਪਲ ਵਾਸਤੇ ਬੱਚੋ 1953 ਦੇ ਵਿੱਚ ਇੱਕ ਪਹਿਲੀ ਸਟੇਟ ਬਣਦੀ ਹੈ ਲੈਂਗੁਏਜ ਦੇ ਆਧਾਰ 'ਤੇ, ਜਿਹਨੂੰ ਆਪਾਂ ਕਹਿੰਦੇ ਹਾਂ ਆਂਧਰਾ ਸਟੇਟ। ਕੀ ਕਹਿੰਦੇ ਆਪਾਂ? ਆਂਧਰਾ ਸਟੇਟ। ਲੈਂਗੁਏਜ ਦੇ ਆਧਾਰ 'ਤੇ ਪਹਿਲੀ ਸਟੇਟ ਆਂਧਰਾ, ਜਿਹਦੀ ਵਿੱਚ ਰਾਜਧਾਨੀ ਹੁੰਦੀ ਹੈ ਕਰਨੂਲ। ਇਸ ਨੂੰ ਪਤਾ ਹੋਣਾ ਚਾਹੀਦਾ ਹੈ। ਸੋ ਇੰਨਾ ਵੱਡਾ ਸਟੈਪ ਜਦੋਂ ਪਾਰਲੀਮੈਂਟ ਨੇ ਚੱਕਿਆ, ਸਾਰਾ ਮੁਲਕੀ ਪੱਬਾਂ ਭਾਰ ਹੋ ਗਿਆ ਵੀ ਹਾਂ, ਜੇ ਤੇਲਗੂ ਸਪੀਕਿੰਗ ਵਾਸਤੇ ਅੱਡ ਸਟੇਟ ਬਣ ਸਕਦੀ ਹੈ, ਸਾਡੀ ਭਾਸ਼ਾ 'ਚ ਕੀ ਨੁਕਸ ਹੈ, ਸਾਨੂੰ ਕਿਹੜਾ ਗ੍ਰਾਮਰ ਆਉਂਦੀ ਨਹੀਂ, ਸਾਡੀ ਭਾਸ਼ਾ ਕਿਹੜਾ ਸਪੈਲਿੰਗ ਗਲਤ ਹੈ, ਸਾਨੂੰ ਵੀ ਕਹਿੰਦੇ ਭਾਸ਼ਾ ਦੇ ਆਧਾਰ 'ਤੇ ਅੱਡ ਸੂਬਾ ਮਿਲਣਾ ਚਾਹੀਦਾ, ਲਾਈਕ ਪੰਜਾਬੀ ਸੂਬਾ ਮੂਵਮੈਂਟ ਆਪਾਂ ਦੇਖਦੇ ਹੁੰਦੇ ਹਾਂ। ਸੋ ਸਾਰੇ ਦੇਸ਼ ਤਬਾਹੀ ਜਦੋਂ ਮੱਚ ਗਈ, ਫਿਰ ਸਰਕਾਰ ਨੇ ਕੀ ਕਰਿਆ? ਆਹ ਸਵਾਲ ਕੀਤਾ। ਫਿਰ ਸਰਕਾਰ ਨੇ 1953 ਦੇ ਵਿੱਚ ਇੱਕ ਕਮਿਸ਼ਨ ਬਿਠਾਇਆ ਵੀ ਆਪਾਂ ਸਾਰਾ ਮੁਲਕ ਢਾ ਕੇ ਆਪਾਂ ਦੁਬਾਰੇ ਬਣਾਉਣੇ ਹੈ। ਇਸੇ ਕਮਿਸ਼ਨ ਨੂੰ ਆਪਾਂ ਫੈਜ਼ਲ ਅਲੀ ਕਮਿਸ਼ਨ ਕਹਿਣੀ ਹੈ। ਕਿਸੇ ਬੱਚੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਸਕਦਾ, ਨਹੀਂ ਮੈਂ ਦੁਬਾਰੇ ਇੱਕ ਵਾਰੀ ਫਿਰ ਮਾੜਾ ਥੋੜ੍ਹਾ ਮੈਂ ਅੱਗੇ ਚੱਲਦਾ। ਹਾਂਜੀ ਬੱਚੋ, ਮੈਥ ਸਾਇੰਸ ਕੰਬੀਨੇਸ਼ਨ ਦਾ PS ਟੈਟ ਬੈਚ ਦੇ ਰਿਗਾਰਡਿੰਗ ਤੁਹਾਨੂੰ ਇਨਫੋਰਮੇਸ਼ਨ ਮੈਂ ਹਨਾਸ ਕੌਰ ਦੇ ਦਾਂਗੇ। ਫਿਲਹਾਲ ਹਜੇ ਨਹੀਂ ਚੱਲ ਰਿਹਾ ਆਪਣੇ ਕੋਲ SST ਪੰਜਾਬੀ ਵਾਲਾ, ਠੀਕ ਹੈ ਨਾ। ਚਲੋ ਹੁਣ ਧਿਆਨ ਦਿਓ ਸਾਰੇ ਅਗਲੇ ਬੱਚੇ, ਸਵਾਲ ਕੀ ਹੈ ਇੱਥੇ ਮੇਨ? ਵੀ ਇੱਕ ਤਾਂ ਤੁਹਾਨੂੰ ਪੁੱਛਿਆ ਵੀ ਕਮਿਸ਼ਨ ਕਦੋਂ ਬਣਿਆ, ਜੇ ਤੁਹਾਨੂੰ ਪੁੱਛਿਆ ਵੀ ਆਪਣਾ ਜਿਹੜਾ ਐਕਟ ਹੈ, ਆਪਣਾ ਬੱਚੋ ਜਿਹੜਾ ਐਕਟ ਹੈ
ਸਟੇਟ ਰੀਆਰਗਨਾਈਜੇਸ਼ਨ ਐਕਟ ਕਦੋਂ ਪਾਸ ਹੋਇਆ? ਫਿਰ ਆਪਾਂ ਟਿੱਕ ਲਾਵਾਂਗੇ 56। ਆਹ ਪੇਪਰ ਚ ਕਾਹਲੀ ਨਾ ਕਰਿਓ। ਫਿਰ ਇਸ ਐਕਟ ਦੇ ਤਹਿਤ ਆਪਣੇ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਕਿੰਨੀਆਂ ਸਟੇਟਾਂ ਬਣ ਗਈਆਂ? 14। ਕਿੰਨੀਆਂ ਯੂਟੀਸ ਬਣ ਗਈਆਂ? 6। ਸਮਝ ਗਏ? ਇਦੂ ਬਾਅਦ ਆਪਾਂ ਕੰਮ ਚੱਲ ਪੈਣਾ। ਅੱਜ ਆਪਣੇ ਹਿੰਦੁਸਤਾਨ 'ਚ 28 ਸਟੇਟਾਂ ਨੇ ਅਤੇ 8 ਯੂਨੀਅਨ ਟੈਰੀਟਰੀਜ਼ ਹੈ। ਕਿਆ ਬਾਤਾਂ ਹੀ ਹੈ! ਇਹ ਸਾਰੇ ਪੁਆਇੰਟ ਆਪਾਂ ਯਾਦ ਰੱਖਣੇ ਹੈ। ਗੀਤ ਰਹੀਲਾ ਐਸ, ਹਾਂ ਐਸ ਕੇ ਦਾਰ ਕਮਿਸ਼ਨ ਕੀ ਹੈ? ਆਜ਼ਾਦੀ ਤੋਂ ਬਾਅਦ ਬੱਚਿਓ ਆਪਣੇ ਹਿੰਦੁਸਤਾਨ ਦੇ ਵਿੱਚ ਮੰਗ ਉੱਠਣ ਲੱਗ ਗਈ ਵੀ ਸਾਨੂੰ ਭਾਸ਼ਾ ਦੇ ਆਧਾਰ 'ਤੇ ਅਲੱਗ ਸਟੇਟ ਦਾ ਦਰਜਾ ਦਿੱਤਾ ਜਾਵੇ। ਵੀ ਨਹੀਂ, ਅਸੀਂ ਤਾਂ ਅੱਗ ਪ੍ਰਦਰਸ਼ਨ, ਆਗਜਨੀ, ਵਾਇਲੈਂਸ ਵਗੈਰਾ ਲਾਰਜ ਸਕੇਲ 'ਤੇ ਹਿੰਦੁਸਤਾਨ 'ਚ ਪਹੁੰਚ ਗਿਆ ਸੀ। ਫਿਰ ਸਰਕਾਰ ਕਹਿੰਦੀ ਕੋਈ ਗੱਲ ਨਹੀਂ, ਤੁਸੀਂ ਘਰੋ ਘਰੀ ਬੈਠੋ। ਉਸ ਮੁੱਦੇ ਦਾ ਹੱਲ ਕੱਢਣ ਵਾਸਤੇ ਸਰਕਾਰ ਨੇ ਆਹ ਕਮਿਸ਼ਨ ਬਿਠਾਇਆ ਸੀ, ਐਸ ਕੇ ਧਾਰ ਕਮਿਸ਼ਨ, June 1948 ਦੇ ਵਿੱਚ। ਬਟ ਇਹ ਵੀ ਮੈਂ ਦੱਸ ਦਿੰਦਾ, ਇਹਨੂੰ ਤਾਂ ਕੰਮ ਲੋਟ ਨਹੀਂ ਆਇਆ। ਫਿਰ ਸਰਕਾਰ ਨੇ ਫਟਾਫਟ ਇੱਕ ਕਮਿਸ਼ਨ ਹੋਰ ਬਿਠਾਇਆ। ਟਾਈਮਿੰਗ ਦੇਖੋ, ਆਹ ਤਾਂ ਬਿਠਾ ਤਾ ਪਿਓਰ ਕਿਹਦੇ 'ਚ, ਅੱਗ ਲੱਗੀ ਜਾਂਦੀ ਜੂਨ, ਪਿੰਡਾਂ ਮੱਚ ਗਿਆ, ਆਹ ਉਂਕੂੰਗੜ ਗਏ, ਆਹ ਦਸੰਬਰ 'ਚ ਬਿਠਾ ਤਾ। ਕਿਹੜਾ? JVP ਕਮੇਟੀ। ਆਹ ਹੁੰਦਾ ਦੋਨੇ ਕਮਿਸ਼ਨ। ਹਾਂ ਪੰਜਾਬ ਤਾਂ ਬਾਉਂਡਰੀ ਕਮਿਸ਼ਨ ਆਪਾਂ ਦੇਖ ਹੀ ਚੁੱਕੇ ਆਲਰੇਡੀ, ਇਹ ਤਾਂ ਪਿਛਲੇ 4-5 ਕਲਾਸਾਂ ਦੇ ਵਿੱਚ ਆਪਾਂ ਦੇਖ ਚੁੱਕੇ ਹਾਂ। JVP ਸਟੈਂਡ ਫੋਰ ਸਰ। ਅੱਛਾ ਮਨੀਸ਼ਾ, JVP ਦਾ ਮਤਲਬ ਬੰਦੇ ਹੈ, JVP ਇੱਥੇ ਵਿੱਚੋਂ ਬੰਦੇ ਹੈ। ਜਿਵੇਂ J 'ਤੇ ਕੀ ਹੈ? ਜਵਾਹਰ ਲਾਲ ਨਹਿਰੂ ਹੈ, V 'ਤੇ ਸਰਦਾਰ ਵੱਲਭ ਭਾਈ ਪਟੇਲ ਹੈ, ਅਤੇ P 'ਤੇ ਪ੍ਰਤਾਪੀ ਸੀਤਾ ਰਮਈ ਹੈ। ਠੀਕ ਹੈ, ਹਾਂ ਜੈ ਹਿੰਦ ਨਾ ਕਿਤੇ ਕੱਢ ਦਿਓ। ਜੈ ਹਿੰਦ ਸਾਹਿਬ ਜੀ, ਮਹਾਵੀਰ ਸਿੰਘ, ਵੈਰੀ ਗੁੱਡ। ਚਲੋ ਫਿਰ ਮੇਰੇ ਹਿਸਾਬ ਨਾਲ ਆਪਾਂ ਹੁਣ ਗਾਹਾਂ ਚੱਲੋ। ਲੈ ਕਿੱਡਾ ਸਿਰੇ ਦਾ, ਬਾਕੀ ਆਪਸ਼ਨ ਤਾਂ ਹੋਰ ਲੋੜ ਨਹੀਂ ਸੱਚ। ਹਾਂ ਆਪਸ਼ਨ ਤਾਂ ਬਾਕੀ ਵੀ ਘੈਂਟ ਹੈ, ਜਿਵੇਂ ਰਾਜੀਵ ਲੌਂਗੋਵਾਲ ਅਕੋਰਡ। ਇਹ ਕਿਸੇ ਨੂੰ ਪਤਾ ਕਦੋਂ ਹੋਇਆ? ਪੇਪਰ ਦੇ ਵਿੱਚ ਸਿੱਧਾ ਪੁੱਛਣਗੇ, ਇਹ ਤਾਂ 85 ਦਾ ਯਾਰ। ਅਨੰਦਪੁਰ ਸਾਹਿਬ ਰੈਜੋਲੂਸ਼ਨ ਉਦੋਂ ਹੀ ਪੁਰਾਣਾ, ਇਹ ਹੈਗਾ 1973 ਦਾ। ਇਸ ਨੂੰ ਸਿੱਧਾ ਅੱਜ ਵਾਸਤੇ ਸਾਲ ਪਤਾ ਹੋਣੇ ਚਾਹੀਦੇ ਹੈ। ਇਹਦੀਆਂ ਸਾਰੀਆਂ ਪ੍ਰੋਵੀਜ਼ਨਾਂ, ਸਾਰੀ ਡਿਟੇਲ ਅੱਗੇ ਆਪਾਂ ਦੇਖਾਂਗੇ, ਠੀਕ ਹੈ ਨਾ? ਵੈਰੀ ਗੁੱਡ। ਅੱਛਾ ਅੱਜ ਕਾਫੀ ਬੱਚੇ ਫਸਟ ਟਾਈਮ ਉਹ ਆ ਰਹੇ ਹੈ ਜਿਹੜੇ ਹਮੇਸ਼ਾ ਬਾਅਦ ਵਿੱਚ ਰਿਕਾਰਡਿੰਗਸ ਦੇਖਦੇ ਹੁੰਦੇ ਹੈ, ਅੱਜ ਲਾਈਵ ਦਾ ਸਵਾਦ ਲੈ ਰਹੇ ਹੋ ਫਿਰ, ਵੈਰੀ ਗੁੱਡ। ਹਾਂ ਕਦੇ ਕਦੇ ਲਾਈਵ ਵੀ ਕਲਾਸਾਂ ਲਾਉਣੀਆਂ ਚਾਹੀਦੀਆਂ, ਇਹਦੇ ਨਾਲ ਵਧੀਆ ਇੰਟਰੈਕਸ਼ਨ ਜੀ ਹੋ ਜਾਂਦੀ ਹੈ, ਗਿਲੇ ਸ਼ਿਕਵੇ ਭਾਈ ਦੂਰ ਹੋ ਜਾਂਦੀ ਹੈ। ਕਹਿੰਦੇ ਪੰਜਾਬ ਦਾ ਪਹਿਲਾ CM, ਆਹ ਦੇਖੋ ਹੀ ਆ ਗਿਆ ਨਾ ਵੀ ਜਦੋਂ 1956 ਦੇ ਵਿੱਚ। ਮੈਂ ਤਾਂ ਪਿੱਛੇ ਇੰਨਾ ਮੱਥਾ ਮਾਰਿਆ ਵੀ ਵਾਰੀ ਵਾਰੀ ਬੱਚਾ ਪਾਰਟੀ ਉਲਝੇ ਨਾ, ਵੀ ਆਹ ਕੀ ਹੋਈ ਜਾਂਦਾ ਯਾਰ, ਕਿਹੜਾ ਰੀਆਰਗਨਾਈਜੇਸ਼ਨ ਆਫ ਸਟੇਟ। ਹੁਣ ਤਾਂ ਪਤਾ ਲੱਗ ਗਿਆ ਨਾ ਵੀ ਆਜ਼ਾਦੀ ਦੇ 9 ਸਾਲਾਂ ਬਾਅਦ ਆਪਾਂ ਸਾਰਾ ਦੇਸ਼ ਢਾਹ ਕੇ ਦੁਬਾਰੇ ਬਣਾਇਆ ਸੀ, ਅਤੇ ਕਦੋਂ ਬਣਾਇਆ ਸੀ? ਆ 56 ਦੇ ਵਿੱਚ, ਜਦ 14 ਸਟੇਟਾਂ 6 ਯੂਟੀਆਂ। ਕਹਿੰਦੇ ਉਦੋਂ ਪੰਜਾਬ ਦਾ ਪਹਿਲਾ CM ਕੌਣ ਹੈ? ਲੈ ਵੀ ਮੁੰਡਿਆ ਜਮਾਂ ਸਹੀ ਹੈ। ਹਾਂ ਪੇਪਰ ਸਾਰਾ ਕੁਛ ਹੀ ਆਊਗਾ, ਵੈਰੀ ਗੁੱਡ। ਇਹ ਵੀ ਆਇਆ ਸੀ ਪੇਪਰ ਦੇ ਵਿੱਚ, ਜਾਲੀ ਤੋਂ ਜਾਲੀ ਸਵਾਲ ਆਊਗਾ, ਬਟ ਮੈਂ ਤੁਹਾਡਾ ਬੇਸ ਤੋਂ ਕੰਮ ਚੱਕੂੰਗਾ, ਬੇਸ ਤੋਂ, ਵੀ ਤਾਂ ਤੁਹਾਨੂੰ ਸਾਰੀ ਉਮਰ ਅੱਗੇ ਦਿੱਕਤ ਨਾ ਆਵੇ। ਵੈਰੀ ਗੁੱਡ ਅੰਮ੍ਰਿਤ ਸਰਾਂ। ਪੌਟੀ ਸ਼ਰੀਰਾ ਮੁੱਲੂ, ਉਹ ਬੰਦੇ ਸਾਊਥ ਵਿੱਚ ਧਰਨਿਆਂ 'ਤੇ ਬੈਠ ਗਏ ਜਿਹੜੇ ਹੱਕ ਮੰਗਣਗੇ ਵੀ ਸਾਨੂੰ ਭਾਸ਼ਾ ਦੇ ਆਧਾਰ 'ਤੇ ਅੱਡ ਸੂਬੇ ਦਾ ਦਰਜਾ ਦਿੱਤਾ ਜਾਵੇ। ਪ੍ਰਤਾਪ ਸਿੰਘ ਕੈਰੋਂ ਜੀ ਬੱਚੋ, ਇਹ ਆਪਣੇ ਬਣਨਗੇ ਪਹਿਲੇ CM। ਕੀ ਬਣਨਗੇ? ਪਹਿਲੇ। ਇੱਥੇ ਆਪਸ਼ਨ ਦੇ ਵਿੱਚ ਨਾ ਸਾਨੂੰ ਹਜੇ ਗੋਪੀ ਚੰਦ ਭਾਰਗਵ ਨਹੀਂ ਦਿੱਤਾ, ਜਿਹੜੇ ਬੱਚੇ ਫਰੈਸ਼ਰ ਆ ਉਹ ਤਾਂ ਗੋਪੀ ਚੰਦ ਭਾਰਗਵ ਭੜਕਾ ਆਉਂਦੇ, ਉਹਨਾਂ ਨੇ ਬੜਾ ਪੜ੍ਹਨਾ ਸੀ ਵੀ 56 ਦੀ ਗੱਲ ਕਰੀ ਜਾਂਦੇ ਹੈ। ਪਹਿਲਾ ਸਾਨੂੰ ਇਹ ਬਤਾਉਣਾ ਚਾਹੀਦਾ ਬੱਚੋ ਵੀ ਪ੍ਰਤਾਪ ਸਿੰਘ ਕੈਰੋਂ ਆਪਣੇ ਪਹਿਲੇ ਕੀ ਹੈ? ਸਿੱਖ CM। ਇਹ ਆਪਣੇ ਬੱਚੋ ਪਹਿਲੇ ਕੀ ਹੈ? ਸਿੱਖ CM। ਇਹ ਆਪਣੇ
ਪਹਿਲੇ ਸੀਐਮ ਹੈ ਜਿਨ੍ਹਾਂ ਨੇ ਆਪਦੀ ਟਰਮ 5 ਸਾਲ ਪੂਰੀ ਕੀਤੀ ਹੈ। ਸੋ ਇਹ ਨਾਲ 2 ਖਾਸ ਪੁਆਇੰਟ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ। ਵੈਸੇ ਨੂੰ ਸਾਰੀ ਹਿਸਟਰੀ, ਜਿਵੇਂ ਤੁਸੀਂ ਮੈਪ ਕਦੇ ਜ਼ਿੰਦਗੀ ਸੋਚਿਆ ਸੀ ਪੰਜਾਬ ਦਾ, ਤੁਸੀਂ ਮੈਪ ਯਾਦ ਕਰ ਲਓਗੇ, ਤੂੰ ਸੋਚਿਆ ਨਹੀਂ ਹੋਣਾ, ਤੂੰ ਸੋਚਿਆ ਨਹੀਂ ਹੋਣਾ ਤੁਸੀਂ ਸੀਐਮ ਪੰਜਾਬ ਦੇ ਮੁੱਠੀ 'ਚ ਕਿਵੇਂ ਕਰੋਗੇ। ਤੂੰ ਦੇਖੋ ਗਾਹਾਂ ਤੈਨੂੰ ਕਹਿੰਦਾ ਸੀਐਮ ਦਾ ਕਿਵੇਂ ਗਰਦ ਕੱਢਦੇ ਆਪਾਂ। ਪ੍ਰਤਾਪ ਸਿੰਘ ਕੈਰੋਂ ਤੋਂ ਪਹਿਲਾਂ ਤੁਹਾਨੂੰ ਪਤਾ, ਪਹਿਲਾਂ ਗੋਪੀ ਚੰਦ ਭਾਰਗਵ ਹੈ, ਪਹਿਲਾਂ ਗੋਪੀ ਭੀਮ ਸਿੰਘ, ਗੋਪੀ ਭੀਮ, ਗੋਪੀ ਭੀਮ, ਗੋਪੀ ਭੀਮ, ਗੋਪੀ ਭੀਮ, ਗੋਪੀ ਭੀਮ ਹੋਈ ਜਾਣੀ ਹੈ। ਪਹਿਲਾਂ ਆਪਣਾ ਸੀਐਮ ਗੋਪੀ ਚੰਦ ਹੈ, ਫਿਰ ਭੀਮ ਸਿੰਘ ਸੱਚਰ ਹੈ, ਉਹ ਦੋਨੇ ਬਣ ਗਏ 3-3 ਵਾਰੀ ਸੀਐਮ। ਉਹ ਵਿਚਾਰੇ ਕੋਈ ਸਾਲ ਰਹਿੰਦਾ ਸੀ, ਕੋਈ 6 ਮਹੀਨੇ, ਕੋਈ ਸਾਲ, ਕੋਈ 6 ਮਹੀਨੇ, ਐਂ ਟਾਈਮ ਪਾਸ ਚੱਕ ਕਰੀ ਗਏ। ਸੋ ਪ੍ਰਤਾਪ ਸਿੰਘ ਕੈਰੋਂ ਪਹਿਲਾਂ ਸੀਐਮ ਹੈ ਜਿਹਨਾਂ ਨੇ 5 ਸਾਲ ਪੂਰੇ ਕੀਤੇ। ਇਨਕਲਾਬੀ ਬੰਦਾ ਸੀ, ਬਹੁਤ ਤਕੜਾ, ਇਹ ਬਹੁਤ ਇਨਕਲਾਬੀ ਬੰਦਾ ਨਹੀਂ, ਗ੍ਰੀਨ ਰੈਵੋਲਿਊਸ਼ਨ ਨਹੀਂ ਬੱਚੋ, ਗ੍ਰੀਨ ਰੈਵੋਲਿਊਸ਼ਨ ਆਪਾਂ 66 ਵੇਲੇ ਪੜ੍ਹਾਂਗੇ, ਕਾਹਲੀ ਕਰਕੇ ਤੁਸੀਂ, ਉਹ ਜਸਟਿਸ ਗੁਰਨਾਮ ਸਿੰਘ ਦੇ ਟਾਈਮ 'ਤੇ ਪੜ੍ਹਾਂਗੇ, ਕਾਹਲੀ ਨਾ ਕਰਿਆ ਕਰੋ। ਸੋ ਯਾਦ ਰੱਖਿਓ, ਇਹ ਬੜਾ ਇਨਕਲਾਬੀ ਬੰਦਾ ਹੈ। ਸੋ ਗੋਰਿਆਂ ਦੇ, ਕਿਉਂਕਿ ਕਿਸੇ ਵੀ ਰਾਜਨੇਤਾ ਦਾ ਜਿਹੜਾ ਕਰੀਅਰ ਹੈ ਉਹ ਜੇਲ੍ਹਾਂ ਤੋਂ ਸਟਾਰਟ ਹੁੰਦਾ ਹੈ। ਗੋਰਿਆਂ ਨੇ 2 ਵਾਰ ਇਹਨਾਂ ਨੂੰ ਜੇਲ੍ਹ 'ਚ ਸੁੱਟਿਆ ਹੋਇਆ, ਕਿਉਂਕਿ ਪ੍ਰਤਾਪ ਸਿੰਘ ਕੈਰੋਂ ਦਾ ਬਹੁਤ ਖਾਸ ਪੁਆਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜਿਹੜਾ ਹਿੰਦੁਸਤਾਨ ਦੀਆਂ 2 ਜ਼ਬਰਦਸਤ ਮੂਵਮੈਂਟਾਂ ਹੁੰਦੀਆਂ, ਇੱਕ ਤਾਂ ਗਾਂਧੀ ਡਾਂਡੀ ਮਾਰਚ ਵਾਲਾ, ਪੜ੍ਹਦੇ ਨਹੀਂ ਆਪਾਂ ਸਿਵਲ ਡਿਸਓਬੀਡੀਅੰਸ ਮੂਵਮੈਂਟ 1930 ਵਾਲਾ, ਇਹਦੇ 'ਚ ਪਾਰਟੀਸਪੇਟ ਕੀਤਾ ਹੋਇਆ ਪ੍ਰਤਾਪ ਸਿੰਘ ਕੈਰੋਂ ਨੇ, ਐਵੇਂ ਨਾ ਜਾਣਿਓ ਕੈਰੋਂ ਨੂੰ। ਦੂਜੀ ਗੱਲ, ਜਿਹੜਾ ਆਪਣਾ ਹੋਇਆ ਸੀ ਭਾਰਤ ਛੱਡੋ ਅੰਦੋਲਨ, ਜਿਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ ਕੁਇਟ ਇੰਡੀਆ ਮੂਵਮੈਂਟ, ਸੋ ਇਹਨਾਂ ਦੋਨਾਂ ਦੇ ਵਿੱਚ ਵੀ ਪਾਰਟੀਸਪੇਟ ਕੀਤਾ ਹੋਇਆ ਪ੍ਰਤਾਪ ਸਿੰਘ ਕੈਰੋਂ ਜੀ ਨੇ। ਸਮਝ ਗਏ ਮੇਰੀ ਗੱਲ? ਚਲੋ ਫਿਰ ਅਗਲਾ ਪੁਆਇੰਟ ਆਪਾਂ ਇਹ ਦੇਖਦੇ ਹਾਂ। ਅਗਲਾ ਪੁਆਇੰਟ ਇਦੂ ਵੀ ਖਾਸ ਹੈ, ਇੱਕ ਇਹਨਾਂ ਨੇ ਬੱਚੋ ਇੰਗਲਿਸ਼ ਵੀਕਲੀ ਪੇਪਰ ਸਟਾਰਟ ਕੀਤਾ ਸੀਗਾ। ਕਿਆ ਬਾਤ ਹੈ, ਪੁਰਾਣੇ ਸਮਿਆਂ ਦੇ ਵਿੱਚ ਨਾ ਜਿਹੜੇ ਅਖਬਾਰ ਹੁੰਦੇ ਸੀਗੇ ਉਹ ਬੱਚੋ ਵੀਕਲੀ ਜਾਂ 10 ਦਿਨਾਂ ਬਾਅਦ ਜਾਂ 15 ਜਾਂ ਮਹੀਨੇ ਬਾਅਦ ਹੀ ਛਾਪਦੇ ਹੁੰਦੇ ਸੀ, ਕਿਉਂਕਿ ਉਦੋਂ ਅੱਜ ਇੰਨੀਆਂ ਖਬਰਾਂ ਨਹੀਂ ਸੀ ਹੁੰਦੀਆਂ। ਹੁਣ ਤਾਂ ਇੱਥੇ ਸਾਡੇ ਬਠਿੰਡੇ ਦੀਆਂ ਹੱਥ ਨੂੰ 20 ਖਬਰਾਂ ਬਣ ਜਾਂਦੀਆਂ। ਹੁਣ ਤਾਂ ਖਬਰਾਂ ਲਾਉਣ ਵਾਸਤੇ ਪੈਸੇ ਲਾਉਣੇ ਪੈਂਦੇ ਆਪਾਂ ਨੂੰ, ਪਹਿਲਾਂ ਖਬਰਾਂ ਇਕੱਠੀਆਂ ਕਰਦੇ ਮਸਾਂ 10-20 ਦਿਨਾਂ 'ਚ ਫਿਰ ਛਾਪਦੇ ਹੁੰਦੇ ਸੀ, ਤਾਂ ਪਹਿਲਾਂ ਬੱਚੋ ਜ਼ਿਆਦਾਤਰ ਕੀ ਹੁੰਦੇ ਸੀਗੇ ਵੀਕਲੀ ਪੇਪਰ ਹੀ ਆਉਂਦੇ ਹੁੰਦੇ ਸੀ। ਸੋ ਇਹਨਾਂ ਨੇ ਇੱਕ 1932 ਦੇ ਵਿੱਚ ਬਹੁਤ ਹੀ ਖਾਸ ਪੁਆਇੰਟ ਹੈ, ਬਹੁਤ ਜ਼ਿਆਦਾ ਖਾਸ ਪੁਆਇੰਟ ਹੈ ਵੀ 1932 ਦੇ ਵਿੱਚ ਬੱਚੇ ਇਹਨਾਂ ਨੇ ਇੱਕ ਇੰਗਲਿਸ਼ ਵੀਕਲੀ ਸਟਾਰਟ ਕੀਤਾ ਸੀ ਜਿਹਦਾ ਨਾਮ ਸੀਗਾ ਨਿਊ ਐਰਾ, ਜਿਹਦਾ ਬੱਚੋ ਨਾਮ ਕੀ ਹੈ, ਨਵਾਂ ਯੁੱਗ, ਜਿਹੜਾ ਆਪਾਂ ਅੱਜ ਹੁਣ ਆਪਾਂ ਸ਼ੁਰੂ ਕੀਤਾ ਹੋਇਆ, 6ਵੀਂ ਕਲਾਸ 'ਤੇ ਪਹੁੰਚ ਚੁੱਕੇ ਹਾਂ ਆਪਾਂ। ਹਾਂ, ਗੁਰਨਾਮ ਸਿੰਘ ਬੱਚੋ ਉਹਦੀ ਡੈਥ ਹੋ ਜਾਣੀ ਹੈ ਡਾਲ 'ਚ ਪਲੇਨ ਕ੍ਰੈਸ਼ ਦੇ ਵਿੱਚ। ਸੋ ਇਹ ਸਾਰੇ ਪੁਆਇੰਟ ਯਾਦ ਰੱਖ ਆ ਪਿਆ। ਜਿਹੜਾ ਆਪਣਾ ਗੁਰਮੁਖ ਸਿੰਘ ਮੁਸਾਫਰ ਜੀ ਹੈ, ਇਹ ਆਪਣੇ ਪੰਜਾਬ ਦੇ ਵਿੱਚੋਂ ਪਹਿਲੇ ਸੀਐਮ ਹੋਣਗੇ ਜਦੋਂ ਆਪਣਾ ਪੰਜਾਬ 'ਚੋਂ ਹਰਿਆਣਾ ਹਿਮਾਚਲ ਨੂੰ ਕੁਛ ਇਲਾਕਾ ਦੇ ਤਾ, ਚੰਡੀਗੜ੍ਹ ਬਣਾਇਆ, ਜਿਹੜਾ ਆਪਾਂ ਕਹਿੰਦੇ ਨੇ ਨਿਊ ਪੰਜਾਬ। ਜਦੋਂ ਵੀ ਆਪਾਂ ਕਹਿਣੀ ਹੈ ਨਿਊ ਪੰਜਾਬ ਤਾਂ ਸਮਝ ਲਓ ਕਿਹੜੇ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਬੱਚੋ, 1966 ਦੀ ਗੱਲ ਕੀਤੀ ਜਾ ਰਹੀ ਹੈ। ਉਦੋਂ ਪਹਿਲੇ ਸੀਐਮ ਹੁੰਦੇ ਆ ਗੁਰਮੁਖ ਸਿੰਘ ਮੁਸਾਫਿਰ ਜੀ, ਜਿਨ੍ਹਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਵੀ ਮਿਲਿਆ ਹੋਇਆ ਹੈ। ਸਾਨੂੰ ਇਹਦਾ ਜ਼ਿਕਰ ਮੈਂ ਲਿਟਰੇਚਰ ਦੇ ਵਿੱਚ ਵੀ ਕਰੂੰਗਾ, ਸਮਝ ਗਏ, ਇਹ ਯਾਦ ਰੱਖਿਓ ਵੇ, ਉੱਥੇ ਕਰਾਂਗੇ। ਭੀਮ ਸਿੰਘ ਸੱਚਰ ਪਹਿਲਾਂ ਹੀ ਬਹੁਤ ਵਾਰ ਦੇਖ ਚੁੱਕੇ ਹੈ, ਇਹ ਬੱਚਾ ਆਪਣੇ ਪੰਜਾਬ ਦੇ ਦੂਜੇ ਸੀਐਮ ਹੈ। ਪਹਿਲਾ ਸੀਐਮ ਆਪਣਾ ਗੋਪੀ ਚੰਦ ਭਾਰਗਵ ਹੈ, ਜਿਹੜੇ ਬੱਚੇ ਨੂੰ ਨਹੀਂ ਪਤਾ ਉਹ ਵੀ ਲਿਖ ਲਓ, ਜਿਹੜਾ ਪੰਜਾਬ ਦਾ ਬੱਚੋ ਜਮਾਂ ਪਹਿਲਾ ਸੀਐਮ ਆਜ਼ਾਦੀ ਤੋਂ ਬਾਅਦ, ਉਹ ਆਪਣਾ ਕਿਹੜਾ ਹੁੰਦਾ ਹੈ, ਗੋਪੀ ਚੰਦ ਭਾਰਗਵ, ਗੋਪੀ ਚੰਦ, ਗੋਪੀ ਚੰਦ, ਇਹ ਪੰਜਾਬ ਦਾ ਪਹਿਲਾ ਸੀਐਮ ਹੈ। ਦੂਜਾ ਕੌਣ ਹੈ, ਭੀਮ ਸਿੰਘ ਸੱਚਰ,
ਬਸ ਇਹੀ ਬਣੀ ਗਏ, ਕਿਉਂਕਿ ਗੋਪੀ ਚੰਦ ਭਾਰਗਵ ਵੀ ਆਪਣੇ ਪੰਜਾਬ ਦਾ ਸੀਐਮ 3 ਵਾਰੀ ਬਣਿਆ, ਭੀਮ ਸੇਨ ਸੱਚਰ ਵੀ 3 ਵਾਰੀ ਬਣੇ। ਵੈਸੇ ਆਪਣੇ ਪੰਜਾਬ ਦੇ ਸੀਐਮ 3 ਵਾਰੀ 3 ਹੀ ਬਣੇ ਹੈ, ਤੁਹਾਨੂੰ ਪਤਾ ਜੀ ਇਹ ਕਿ ਹੋਰ ਵੀ ਹੋਣਗੇ ਯਾਰ, 3 ਹੀ ਹੋਣਗੇ, ਕਿਉਂਕਿ ਜਿਹੜਾ ਆਪਣਾ ਕੈਪਟਨ ਅਮਰਿੰਦਰ ਸਿੰਘ ਹੈ ਉਹ ਵੀ 2 ਵਾਰੀ ਬਣਿਆ, ਪ੍ਰਕਾਸ਼ ਸਿੰਘ ਬਾਦਲ ਹੈ ਉਹ 5 ਵਾਰੀ ਬਣਿਆ, ਬਸ ਆਹ 3-3 ਵਾਰੀ ਬਣੇ ਹੈ, ਬਾਕੀ 2-2 ਵਾਲੇ ਹੈ, ਬਾਕੀ ਸਾਰੇ ਕਹਿ ਰਹੇ ਹੀ ਹੈ। ਸੋ 3 ਸੀਐਮ ਹੈ, 3 ਵਾਰੀ ਬਣੇ ਹੈ, ਕੰਮ ਗਿਆ ਨਿਬੜ। ਆਹ ਵੀ ਸੀਐਮ ਹੈ ਰਾਮ ਕਿਸ਼ਨ, ਪਰ ਉਹ ਗੱਲ ਵੱਖਰੀ ਹੈ। ਤੁਹਾਡੇ ਚੋਂ 99.9% ਬੱਚੇ ਇਹਨੂੰ ਜਾਣਦੇ ਨਹੀਂ, ਕਾਮਰੇਡ ਹੈ, ਕਾਮਰੇਡ ਇਹਦਾ ਨਿੱਕਨੇਮ ਹੀ ਕਾਮਰੇਡ ਸੀਗਾ। ਇਹ ਚੌਥਾ ਸੀਐਮ ਹੈ, ਸੱਚ ਲੈ ਇਹ ਪੰਜਾਬ ਦਾ ਚੌਥਾ ਸੀਐਮ ਹੈ। ਸੋ ਸਿੰਪਲ ਯਾਰ, ਕੁਛ ਵੀ ਨਹੀਂ ਹੈ। ਹਾਂ ਭੀਮ ਸੇਨ, ਆਪਾਂ ਇਹਨਾਂ ਦਾ ਫਾਰਮੂਲੇ ਟਾਈਮ ਦੇਖਿਆ ਸੀਗਾ, ਜ਼ਿਕਰ ਭੀਮ ਸੇਨ ਗਿਆਨੀ ਕਰਤਾਰ ਸਿੰਘ ਵਾਲਾ, ਠੀਕ ਹੈ ਨਾ। ਹਾਂ ਜਦੋਂ ਬੱਚੋ ਯਾਦ ਰੱਖਿਓ, ਮੈਂ ਇੱਥੇ ਇੱਕ ਪੁਆਇੰਟ ਦੱਸਣ ਜਾ ਰਿਹਾ, ਜਦੋਂ ਪੰਜਾਬ ਦੇ ਆਹ ਦੇਖੋ ਜਦੋਂ ਮਰਜ ਹੋਇਆ ਸੀ ਪੈਪਸੂ ਪੰਜਾਬ ਦੇ ਵਿੱਚ, ਤਾਂ ਜਿਹੜੀ ਪੰਜਾਬ ਦੀ ਫਿਰ ਆਪਾਂ ਵਿਧਾਨ ਸਭਾ ਆਪਣਾ ਜਿਹੜੀ ਪੈਪਸੂ ਦੀ ਅਲੱਗ ਆਈਡੈਂਟੀ ਸੀ, ਉਹ ਪੈਪਸੂ ਖਤਮ ਕਿਹਨੇ ਕੀਤਾ? ਤਾਂ ਆਪਾਂ ਟਿੱਕ ਲਾਵਾਂਗੇ ਰਜਿੰਦਰ ਪ੍ਰਸਾਦ। ਪੈਪਸੂ ਦਾ ਉਦਘਾਟਨ ਕਿਹਨੇ ਕੀਤਾ ਸੀ? ਸਰਦਾਰ ਪਟੇਲ ਨੇ। ਤੇ ਜੇ ਪੁੱਛਿਆ ਵੀ ਪੈਪਸੂ ਦਾ ਜਿਹੜਾ ਹਾਊਸ ਹੈ 60 ਬੰਦਿਆਂ ਦਾ, ਜਿਹਨੂੰ ਆਪਾਂ ਅਸੈਂਬਲੀ ਕਹਿ ਦਿੰਦੇ ਹਾਂ ਬੱਚੋ, ਉਹ ਡਿਸੋਲਵ ਕਿਹਨੇ ਕਰਤੀ, ਭੰਗ ਕਰਤੀ, ਖਤਮ ਕਰਤੀ ਸੀ? ਤਾਂ ਉਹ ਆਪਾਂ ਟਿੱਕ ਲਾਵਾਂਗੇ ਕਿਆ? ਰਜਿੰਦਰ ਪ੍ਰਸਾਦ, ਰਜਿੰਦਰ ਪ੍ਰਸਾਦ, ਵੈਰੀ ਗੁੱਡ। ਹਾਂ ਬੱਚੋ, ਸਿਰਫ 3 ਸੀਐਮ ਹੀ ਹੈ, ਕਿਉਂਕਿ ਮੇਰੇ ਲਗਭਗ ਸਾਰੇ ਸੀਐਮ ਮੇਰੇ ਅੱਖਾਂ ਤੋਂ ਹੀ ਟੱਪ ਚੁੱਕੇ ਹੈ, ਸਾਰੇ ਸੀਐਮ ਦੇਖ ਲਏ, ਲਗਭਗ 3 ਸੀਐਮ ਜਿਹੜੇ 3 ਵਾਰੀ ਬਣੇ ਹੈ। ਪਹਿਲੇ ਦੋਨੇ ਹੈ ਪ੍ਰਕਾਸ਼ ਸਿੰਘ ਬਾਦਲ ਹੈ, ਕੈਪਟਨ ਅਮਰਿੰਦਰ ਸਿੰਘ 2 ਵਾਰੀ ਬਣਿਆ, ਕੰਮ ਨਿਬੜ ਗਿਆ ਯਾਰ। ਹਾਂ ਚਲੋ ਫਿਰ, ਕਹਿੰਦੇ ਪੰਜਾਬ ਦੇ ਵਿੱਚ ਕਿੰਨੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਨੇ, ਉਹ ਚਲੋ ਤੁਹਾਨੂੰ ਮੈਂ ਦੱਸ ਦੇਣਾ। ਟੋਟਲ ਭਾਈ ਕਾਰਪੋਰੇਸ਼ਨਾਂ, ਮਿਊਨਿਸਪਲ ਕਾਰਪੋਰੇਸ਼ਨਾਂ ਹੈਗੀਆਂ ਆਪਣੀਆਂ 13, ਟੋਟਲ ਪੰਜਾਬ 'ਚ ਕਿੰਨੀਆਂ? 13। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ, ਤੁਸੀਂ ਪਹਿਲਾਂ ਇਹ ਚੀਜ਼ ਕਦੇ ਦਿਮਾਗ 'ਚ ਸੋਚ ਹੀ ਨਹੀਂ ਸਕਦੇ ਵੀ ਤੁਸੀਂ ਵੀ ਯਾਦ ਕਰ ਸਕਦੇ ਹੋ। ਹੁਣ ਮੈਪ ਪੰਜਾਬ ਦਾ ਆਪਣੇ ਯਾਦ ਹੈ, ਹੁਣ ਤੁਸੀਂ ਦੇਖੋ ਵੀ 13 ਕਿਵੇਂ ਬੁੜਕਦੀਆਂ ਇਹ, ਤੁਸੀਂ ਕਹੋਗੇ ਕਿਆ ਬਾਤ ਹੈ ਯਾਰ, ਮੈਨੂੰ ਵੀ ਮੂੰਹ ਯਾਦ ਹੋ ਗਈਆਂ, ਪਹਿਲਾਂ ਵੀ ਕਾਪੀ ਦੇ ਬਿਨਾਂ ਬੁੱਕ ਮਤਲਬ ਰੱਟੇ ਲਾਈਏ, ਅਤੇ ਨਾ ਡਰੀ ਗਏ ਵੀ ਪਤਾ ਨਹੀਂ ਪੇਪਰ ਯਾਦ ਆਊ, ਪਤਾ ਨਹੀਂ ਨਹੀਂ ਆਊ, ਨਾ ਦੱਸੋ ਇਹਦਾ ਜਵਾਬ ਕੀ ਹੈ। ਕਹਿੰਦੇ 67 ਹੈ, ਨਾ ਮਿਊਨਿਸਪਲ ਕਾਰਪੋਰੇਸ਼ਨ 67 ਹੈ, ਮੇਰੀ ਬੰਦੂਕ ਫੜਾਓ ਕਿੱਥੇ ਹੈ, 13 ਨੇ। ਹਾਂ ਗੁਰਵਿੰਦਰ ਸਿੰਘ, ਉਹ ਵੀ ਆਪਾਂ ਦੇਖਾਂਗੇ। ਇਹ ਜੋ ਸੀ ਕਹਿ ਰਹੇ ਆ ਬੱਚੇ ਬਟਾਲਾ, ਅੱਛਾ ਬਟਾਲਾ ਇਹਦੇ ਵਿੱਚੋਂ ਮਿਊਨਿਸਪਲ ਕਾਰਪੋਰੇਸ਼ਨ ਹੈ, ਬਰਨਾਲਾ ਮੁਕਤਸਰ ਤੇ ਫਾਜ਼ਿਲਕਾ ਨਹੀਂ ਸਾਨੂੰ ਦਿੰਦਾ, ਦੇਖ ਲਓ ਹਜੇ ਵੀ ਠੀਕ ਠੀਕ ਲਾ ਲਓ। ਪ੍ਰੈਜੀਡੈਂਟ ਰੂਲ ਵੀ ਪੜਾਂਗੇ ਪ੍ਰਦੀਪ ਵਿਰਕ, ਜਦੋਂ ਆਪਾਂ ਐਮਰਜੈਂਸੀ ਦੀ ਗੱਲ ਕਰਾਂਗੇ। ਬਾ ਹੁਣ ਤਾਂ ਅੰਗੂਠੇ ਲਾਲਾ ਭੇਜਣ ਲੱਗ ਗਏ, ਮਹਿਨਾਸ ਕੌਰ ਜਮਾ ਸਹੀ ਹੈ, ਬਟਾ ਯਾਦ ਹੈ, ਬਟਾਲਾ ਕਿਹਦੀ ਤਹਿਸੀਲ ਹੈ? ਲੈ ਅੱਜ ਆਪਾਂ ਉਹਦੇ ਪਰ ਨੌਲੇਜ ਚੈੱਕ ਕਰ ਹੀ ਲੈਂਦੇ ਹਾਂ। ਬਟਾਲਾ ਦੱਸੋ ਮੈਨੂੰ ਕਿਹੜੇ ਜ਼ਿਲ੍ਹੇ ਦੀ ਤਹਿਸੀਲ ਹੈ, ਤੁਹਾਨੂੰ ਪਿਛਲੀ ਕਲਾਸ 'ਚ ਕਰਾ ਕੇ ਆਇਆ ਮੈਂ, ਅਤੇ ਮੈਂ ਵੇਟ ਵੀ ਕਰਦਾ, ਨਾਲੇ ਥੋੜ੍ਹਾ ਜਿਹਾ ਮੇਰੇ ਦਮ ਲੈ ਲੂੰਗਾ ਮੈਂ, ਨਾਲੇ ਮੈਂ ਵੇਟ ਕਰਦਾ। ਦੱਸੋ ਫਿਰ ਬਟਾਲਾ ਕਿਹਦੀ ਤਹਿਸੀਲ ਹੈ? ਸੁਖਵੀਰ ਹੁਣ ਬੀ 'ਤੇ ਆ ਗਿਆ ਨਾ ਮੁਕਤਸਰ ਸਾਹਿਬ 'ਤੇ, ਇਹ ਤਾਂ ਮੈਂ 2-4 ਮਿੰਟ ਲਾਉਂਦਾ ਨਹੀਂ, ਤੁਸੀਂ ਤਾਂ ਫਾਜ਼ਿਲਕਾ ਵੀ ਕਹੋਗੇ, ਤੁਸੀਂ ਤਾਂ ਬਰਨਾਲਾ ਵੀ, ਤੁਸੀਂ ਤਾਂ ਰਾਮਪੁਰਾ ਕਿਹੜਾ ਨਾ ਬਣਾ ਦਊ। ਹਾਂ ਮਿਊਨਸਿਪਲ ਕਮੇਟੀਆਂ ਨੇ, ਉਹ ਵੀ ਪੜ੍ਹਾਂਗੇ, ਠੀਕ ਹੈ ਨਾ। ਰੁਪਿੰਦਰ, ਗੁਰਵਿੰਦਰ, ਵੈਰੀ ਗੁੱਡ। ਗੁਰਦਾਸਪੁਰ, ਕਿਆ ਬਾਤ ਆ ਬਈ, ਤੇ ਸਾਨੂੰ ਮੈਂ ਲਾਸਟ ਕਲਾਸ ਦੇ ਵਿੱਚ ਗੁਰਦਾਸਪੁਰ ਦੀ ਇੱਕ ਤਹਿਸੀਲ ਹੋਰ ਦੱਸੀ ਸੀ, ਤਹਿਸੀਲ ਉਹ ਕੌਣ ਸੀ ਤੁਸੀਂ ਬਤਾ ਸਕਦਾ ਹੈ ਮੁਝੇ? ਮੈਂ ਹੀ ਬਤਾਤਾ ਹੂੰ ਫਿਰ, ਆਪ ਤੋਂ ਨਾ ਹਨੇਰਾ ਕਰਾ ਦੋਗੇ,
ਕਲਾਨੌਰ। ਕਲਾਨੌਰ ਕਿਉਂ ਖਾਸ ਆ ਬੱਚੋ? ਕਿਉਂਕਿ ਇੱਥੇ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ ਸੀ, ਬਹਿਰਾਮ ਖਾਨ ਨੇ ਕੀਤੀ ਸੀ, ਇਹ ਆਪਾਂ ਦੇਖਿਆ ਸੀ ਓਏ। ਤੇ ਟੋਟਲ ਕਿੰਨੀਆਂ ਕਾਰਪੋਰੇਸ਼ਨਾਂ ਨੇ? 13। ਹੁਣ 13 ਕਾਰਪੋਰੇਸ਼ਨਾਂ ਖੜ ਜਾਓ, ਕੋਈ ਜ਼ਰੂਰੀ ਥੋੜ੍ਹੀ ਹੈ ਵੀ ਜਦੋਂ ਮੈਂ ਆਹ ਆਪਸ਼ਨ ਦਿੱਤੇ ਆ ਤੁਹਾਨੂੰ ਪੇਪਰ ਵਾਲਾ ਇਹੀ ਦੇਊਗਾ। ਗੱਲ ਹੈ ਇੱਕ, ਉਹ ਤੁਹਾਨੂੰ 13 ਦੇ 13 ਪਤਾ ਹੋਣੇ ਚਾਹੀਦੇ ਹੈ। ਲੈ ਆ ਪਿਆ ਮੈਪ, ਲੈ ਫਾਇਦਾ ਹੋ ਗਿਆ। ਮੈਂ ਕਹਿੰਦਾ ਸੀ ਮੈਪ ਕਿਉਂ ਲਾਇਆ, ਅੱਜ ਲੋੜ ਤਾਂ ਹੈ ਨਹੀਂ। ਲੋੜ ਹੈ, ਹਰ ਚੀਜ਼ ਦੀ ਲੋੜ ਹੈ। ਲੈ ਵੀ ਆੜੀ, ਹੁਣ ਆ ਜਾਓ ਕਰਾਂ ਦੀ ਆਪਾਂ ਤਹਿਸੀਲਾਂ ਗਿਣਦੇ ਹਾਂ ਹੁਣ ਪੰਜਾਬ ਦੀਆਂ। ਤਹਿਸੀਲਾਂ ਆਖੀ ਜਾਂਦਾ, ਮਿਊਨਸੀਪਲ ਕਾਰਪੋਰੇਸ਼ਨਾਂ 13 ਕਿਹੜੀਆਂ ਨੇ? ਹਾਂ ਉੱਪਰਲਾ ਪਠਾਨਕੋਟ ਹੈਗੀ ਹੈ, ਵੈਰੀ ਗੁੱਡ ਹੈਗੀ ਹੈ, ਇੱਕ ਵੈਰੀ ਗੁੱਡ। ਗੁਰਦਾਸਪੁਰ ਚ ਤਹਿਸੀਲ ਹੈਗੀ ਹੈ ਬਟਾਲਾ, ਵੈਰੀ ਗੁੱਡ, ਦੋ। ਮੇਰੇ ਮੂੰਹ ਚੋਂ ਨਾ ਤਹਿਸੀਲ ਨਿਕਲ ਰਿਹਾ ਬੱਚੋ, ਪਤਾ ਨਹੀਂ ਕੀ ਗੱਲ ਹੈ। ਮਿਊਨਿਸਪਲ ਕਾਰਪੋਰੇਸ਼ਨ ਕਹਿ ਰਹੇ ਹਾਂ, ਮਿਊਨਿਸਪਲ ਕਾਰਪੋਰੇਸ਼ਨ 13 ਨੇ, ਆਈ ਰਿਪੀਟ, ਮਿਊਨਿਸਪਲ ਕਾਰਪੋਰੇਸ਼ਨ 13 ਨੇ, ਨਾਓ ਆਈ ਵਿਲ ਨੋਟ ਰਿਪੀਟ। ਪਠਾਨਕੋਟ ਪਹਿਲੀ ਹੈ, ਗੁਰਦਾਸਪੁਰ ਚ ਬਟਾਲਾ ਦੂਜੀ ਹੈ, ਤੀਜੀ ਅੰਮ੍ਰਿਤਸਰ ਆ ਗਈ, ਲਓ ਵੀ 3 ਹੋ ਗਈਆਂ ਮਿਊਨਿਸਪਲ ਕਾਰਪੋਰੇਸ਼ਨਾਂ। ਤਰਨ ਤਾਰਨ ਚ ਕੋਈ ਨਹੀਂ, ਫਿਰੋਜ਼ਪੁਰ ਚ ਕੋਈ ਨਹੀਂ, ਫਰੀਦਕੋਟ ਚ ਕੋਈ ਨਹੀਂ। ਇੱਥੇ ਫਿਰ ਆਪਣੀ ਆ ਗਈ ਅਬੋਹਰ, ਅਬੋਹਰ ਵੀ ਆਪਣੀ ਇੱਕ ਮਿਊਨਿਸਪਲ ਕਾਰਪੋਰੇਸ਼ਨ ਹੈ। ਲਓ ਵੀ ਕਿੰਨੀਆਂ ਹੋ ਗਈਆਂ? 4, ਵੈਰੀ ਗੁੱਡ। ਫਿਰ ਆ ਗਈ ਬਠਿੰਡਾ, ਟੈਂਟਾ ਟੈਂ, ਇੱਧਰ ਹੈ ਬਠਿੰਡਾ, ਨਾ ਕੋਈ ਮਾਨਸਾ, ਨਾ ਬਰਨਾਲਾ, ਨਾ ਸੰਗਰੂਰ, ਨਾ ਮਲੇਰਕੋਟਲਾ। ਫਿਰ ਆ ਗਿਆ ਬੱਚਾ ਆਪਣੀ ਮੋਗਾ, ਵੈਰੀ ਗੁੱਡ, ਮੋਗਾ ਯਾਦ ਹੋ ਰਿਹਾ ਨਾ ਮੈਪ ਸਰ। ਲੁਧਿਆਣਾ ਇਹ ਆਪਣੇ ਬੱਚੋ ਕਿਹੜੀ ਹੈ? 7ਵੀਂ ਹੈ। 8ਵੀਂ ਬੱਚੋ ਆਪਣੀ ਕਿਹੜੀ ਹੈ? ਪਟਿਆਲਾ। 9ਵੀਂ ਆਪਣੀ ਕਿਹੜੀ ਹੈ ਬੱਚੋ? ਮੋਹਾਲੀ, ਐਸ ਏ ਐਸ ਨਗਰ। ਰੋਪੜ ਚ ਕੋਈ ਨਹੀਂ ਹੈ ਸ਼ਹਿਰ, ਮਿਊਨਿਸਪਲ ਕਾਰਪੋਰੇਸ਼ਨ, ਨੋ ਨਵਾਸ਼। ਜਲੰਧਰ 10ਵੀਂ ਬੱਚੋ ਆਪਣੀ, ਜਲੰਧਰ। 11ਵੀਂ ਬੱਚੋ ਆਪਣੀ ਕਿਹੜੀ ਹੈ? ਕਪੂਰਥਲਾ, ਤੇ ਕਪੂਰਥਲਾ ਇੱਧਰਲੇ ਪਾਸੇ ਵੀ ਹੈ, ਇੱਧਰਲੇ ਪਾਸੇ ਕਿਹੜਾ? ਫਗਵਾੜਾ। ਬਾਕੀ ਤਾਂ ਲਗਭਗ ਸਾਰੇ ਜ਼ਿਲ੍ਹਿਆਂ ਦੇ ਨਾਮ ਤੇ ਜਿਹੜੇ ਸ਼ਹਿਰ ਹੈ, ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ? ਬਾਕੀ ਲਗਭਗ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਨਾਮ ਹੈ ਉਹ ਸ਼ਹਿਰਾਂ ਉਹੀ ਹੈ। ਪਠਾਨਕੋਟ ਜ਼ਿਲ੍ਹਾ ਨਾਮ ਹੈ, ਸ਼ਹਿਰ ਵੀ ਉਹੀ ਹੈ। ਇਕੱਲਾ ਗੁਰਦਾਸਪੁਰ ਦਾ ਜਿਹੜਾ ਜ਼ਿਲ੍ਹਾ ਹੈ ਉੱਥੇ ਬਟਾਲਾ ਹੈ, ਇੱਥੇ ਅਬੋਹਰ ਹੈ, ਇੱਥੇ ਫਗਵਾੜਾ। ਬਾਕੀ ਸਾਰੇ ਲਗਭਗ ਕੀ ਹੈ? ਜ਼ਿਲ੍ਹਿਆਂ ਦੇ ਨਾਂ ਹੀ ਹੈ। ਹੁਸ਼ਿਆਰਪੁਰ ਰਹਿ ਗਿਆ ਲੈ। ਆਹ 12ਵੀਂ ਆ ਗਈ ਤੇ ਆਹ ਬੱਚਾ ਆਪਣੀ 13ਵੀਂ ਆ ਗਈ। ਸੋ ਸਾਰੀਆਂ ਵੀਰ ਬਣ ਕੇ ਕਾਰਪੋਰੇਸ਼ਨਾਂ ਰੱਟ ਲਓ, ਆਹ ਫਾਇਦਾ ਹੁੰਦਾ ਪੰਜਾਬ ਦਾ ਮੈਪ ਕਰਨ ਦਾ, ਆਹ ਫਾਇਦਾ ਪਹਿਲੀਆਂ 5 ਕਲਾਸਾਂ ਲਾਉਣ ਦਾ। ਜੋ ਬੱਚਾ ਸੈਸ਼ਨ 'ਚ 6ਵੀਂ ਕਲਾਸ 'ਚ ਆਇਆ ਸਿੱਧਾ, ਇਹ ਛੱਕਾ ਬਿੱਲੂ ਐਂ ਨਹੀਂ ਲੱਗਦਾ, ਪਹਿਲਾਂ ਟਿਪ ਟਿਪ ਖੇਡਣਾ ਪੈਣਾ, ਇੱਕ ਇੱਕ ਦੋ ਦੋ ਲੈਣੇ ਪੈਣਗੇ, ਐਂ ਨਹੀਂ ਪਹਿਲੀ ਵਾਰ ਤੱਕ ਛੱਕਾ ਮਾਰੋਗੇ ਤੁਸੀਂ, 6ਵੀਂ ਕਲਾਸ ਆਏ। ਹੁਣ ਦੱਸੋ ਕਿਸੇ ਵਿੱਚ ਡਾਊਟ ਹੈ? ਕਿਉਂਕਿ ਆਪਾਂ 13 ਨੇ 13 ਦਿੱਤੀਆਂ, ਗਣਾ ਸਾਡਾ ਅਬੋਹਰ ਹੋਈ ਪਈ ਹੈ। ਹਾਂ ਤੁਹਾਡਾ ਅਬੋਹਰ ਹੈ ਤੇ ਸਾਡਾ ਬਠਿੰਡਾ ਵੀ ਹੈ, ਆ ਜਾਓ ਕਿੱਥੇ ਮਰਜ਼ੀ, ਚੱਕਰੀ ਕੋਈ ਨਹੀਂ। ਬਠਿੰਡਾ ਅਬੋਹਰ, ਬਠਿੰਡਾ ਅਬੋਹਰ ਹੋਈ ਪਈ ਹੈ। ਹਾਂਜੀ ਹੁਸ਼ਿਆਰਪੁਰ ਵੀ ਹੈਗਾ, ਵੈਰੀ ਗੁੱਡ। ਚਲੋ ਵੀ ਹੁਣ ਲਗਭਗ ਸਾਰੇ ਬੱਚੇ ਕਹਿੰਦੇ ਯਾਦ ਹੈ, ਬਟ ਐਤਕੀ ਮੈਂ ਇਹ ਸੋਚਿਆ ਘੱਟੋ ਘੱਟ ਮੈਂ ਤੁਹਾਡਾ 50 ਕੁਐਸਚਨਸ ਦਾ ਪੰਜਾਬ ਜੀ ਕੇ ਦਾ ਟੈਸਟ ਲਊਂਗਾ, ਇੱਕ ਓਪਨ ਟੈਸਟ ਹੋਊਗਾ ਸਾਰੇ ਪੰਜਾਬ ਦਾ, ਆਪਣੀ ਐਪ 'ਤੇ ਲਵਾਂਗੇ ਉਹ। ਤੋ ਪਹਿਲੀਆਂ 6 ਕਲਾਸਾਂ ਦਾ ਕਰਕਸ ਹੋਊਗਾ ਤੇ ਦੇਖਾਂਗੇ ਫਿਰ ਕਿਹੜਾ ਬੱਚਾ ਪੰਜਾਬ 'ਚੋਂ ਟੌਪ ਕਰੇਗਾ। ਪੰਜਾਬ 'ਚੋਂ ਟੌਪ ਓਬਵੀਅਸ ਆ ਵੀ ਆਪਣੇ ਕੋਲ ਉਹ ਬੱਚਾ ਹੀ ਪੜ੍ਹਦਾ ਜਿਹੜਾ ਬੱਚਾ ਬਹੁਤ ਜ਼ਿਆਦਾ ਸੀਰੀਅਸ ਹੈ ਪੰਜਾਬ 'ਚ ਆਪਦੇ ਕਰੀਅਰ ਨੂੰ ਲੈ ਕੇ। ਤੇ ਜੇਕਰ ਤੁਸੀਂ ਉੱਥੇ ਕੰਪੀਟ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਨੂੰ ਪਤਾ ਲੱਗੂ ਵੀ ਤੁਸੀਂ ਕਿੱਥੇ ਕੁ ਸਟੈਂਡ ਕਰਦੇ ਹੋ। ਉਹ ਸਾਰੇ ਕੁਐਸਚਨ ਬਣਾਵਾਂਗੇ ਆਪਾਂ, ਜਿਵੇਂ ਆਹ ਮੈਂ ਕੱਜ ਹੀ ਬਣਾਇਆ, ਲੈ ਹੁਣ ਹੀ ਸੋਲਵ ਕਰ ਲਓ। ਇਹਦੇ ਵਿੱਚੋਂ ਕਿਹੜਾ ਮਿਊਨਿਸਪਲ ਕਾਰਪੋਰੇਸ਼ਨ ਪੰਜਾਬ ਦਾ ਨਹੀਂ ਹੈ, ਹੁਣ ਹੀ ਸੋਲਵ ਕਰ ਲਓ ਬੱਚਿਓ। ਸਾਡਾ ਕਹਿੰਦੇ ਮੁਕਤਸਰ, ਉਹ ਮੁਕਤਸਰ ਨੂੰ ਕਾਰਪੋਰੇਸ਼ਨ ਬਣਨ ਦੀ ਲੋੜ ਹੀ ਨਹੀਂ ਯਾਰ,
ਨੰਬਰ 1 ਜ਼ਿਲ੍ਹਾ ਆਪਣਾ ਮੁਕਤਸਰ ਸਾਹਿਬ, ਕਿਆ ਗੱਲ ਕਰਦਾ, ਲਿਖੋ ਤੁਸੀਂ ਇੱਧਰ ਉਹ ਵੈਰੀ ਗੁੱਡ ਅੰਕੁਸ਼ ਬਿਸ਼ਨੋਈ, ਤੁਹਾਡੀ ਫੋਟੋ ਥੋੜ੍ਹੀ ਜ਼ਿਆਦਾ ਬਰੀਕ ਲਾਈ ਹੈ। ਵੈਸੇ ਮੈਂ ਹਿੰਟ ਮੈਨੂੰ ਮਿਲ ਗਿਆ, ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਬਸ ਇੱਕ ਵਾਰੀ ਗਿਆ ਅਤੇ ਮੈਂ ਹਿਸਾਬ ਲੈ ਲਿਆ ਵੀ ਬਸ ਤੁਸੀਂ ਉਹੀ ਹੋ। ਬਟਾਲਾ ਇਹਦੇ ਵਿੱਚੋਂ ਕਹਿੰਦੇ ਨੋਟ ਹਾਇਓ ਰੱਬਾ, ਕਹਿੰਦੇ ਬਟਾਲਾ ਹੋਏ ਮੈਨੂੰ ਮੈਨੂੰ ਉਹ ਮੇਰੇ ਕਿਉਂ ਤੁਸੀਂ ਦਿਮਾਗ 'ਚ ਸੌਂ ਲੱਗੇ ਹੋਏ। ਜੇ ਤੁਸੀਂ ਇੱਥੇ ਆਫਲਾਈਨ ਹੋਵੋ ਨਾ, ਮੇਰੇ ਮੂਹਰੇ ਹੋਵੋ ਹੁਣ, ਤੈਨੂੰ ਮੁੱਦਾ ਪਾਪਾ ਕੁੱਟਾਂ ਮੈਂ। ਉਸਨੂੰ ਹੁਣ ਤਾਂ ਪੜ੍ਹਾ ਕੇ ਆਇਆ ਯਾਰ ਮੈਂ ਬਟਾਲਾ, ਯਾਰ ਉਸਨੂੰ ਮੁਹਾਲੀ ਪੜ੍ਹਾ ਕੇ ਆਇਆ ਯਾਰ, ਕੀ ਕਰੀਏ ਨਾ ਗੁਰਦਾਸਪੁਰ ਆਂਸਰ ਆਊਗਾ। ਹਾਏ ਹੋਰ ਬਾਬਾ ਵਿੱਚ ਇੰਨੇ ਬਟਾਲੇ ਦੱਸੀ ਜਾਂਦੇ ਆ, ਉਹ ਮੈਂ ਕਿਹਨੂੰ ਪੜ੍ਹਾਈ ਜਾਂਦਾ? ਉਹ ਡੈਡ ਬੋਡੀਜ਼, ਡੈਡ ਆਲ ਡੈਡ, 233 ਡੈਡ ਬੋਡੀਜ਼ ਕਲਾਸਾਂ ਲਾ ਰਹੀਆਂ ਨੇ, ਅਤੇ ਆਹ ਮੈਂ ਤੁਹਾਨੂੰ ਪਿੱਛੇ ਕੀ ਦੱਸ ਕੇ ਆਇਆ, ਆਹ ਕੀ ਦੱਸ ਕੇ ਆਇਆ, 13 ਤਹਿਸੀਲਾਂ ਨੇ। ਮੈਂ ਤੁਹਾਨੂੰ ਕਿਹਾ ਨੀ ਗੁਰਦਾਸਪੁਰ 'ਚ ਬਟਾਲਾ ਗੀ, ਵੀ ਗੁਰਦਾਸਪੁਰ, ਫਗਵਾੜਾ ਅਤੇ ਅਬੋਹਰ ਇਹ ਇਕਲੌਤੇ ਹੈ ਜਿਹੜੇ ਕਿ ਜ਼ਿਲ੍ਹਿਆਂ ਦੇ ਨਾਮ ਨਹੀਂ। ਜਮੀ ਮਾਰਤਾ ਹੋਏ ਤੁਸੀਂ ਤਾਂ, ਮੈਂ ਤੋਂ ਅਸਤੀਫਾ ਦਵਾਓਗੇ ਨੀ, ਮੈਨੂੰ ਅਸਤੀਫਾ ਦੇਣਾ ਪਊ, ਮੈਂ ਦੱਸੀ ਜਾਂਦਾ ਇਹਦਾ ਜਵਾਬ ਗੁਰਦਾਸਪੁਰ ਆਉਣਾ। ਜਿਹੜੀ ਉਲਝਣ ਪੈਦਾ ਹੋਣੀ ਸੀ ਉਹ ਤਾਂ ਹੋ ਗਈ, ਤਾਂ ਹੀ ਤਾਂ ਆਲ ਪੰਜਾਬ ਟੈਸਟ ਰੱਖਾਂਗੇ ਆਪਾਂ, 50 ਕੁਸ਼ਚਨਸ ਦਾ, ਉਹਦੇ ਦੇਖਾਂਗੇ ਫਿਰ ਝੱਟ। ਆਹ ਜਾਲੀ ਸਵਾਲ ਆ ਗਿਆ ਹੁਣ, ਇਹਨੂੰ ਦੇਖੀ ਚੁੰਬੜ ਦੇ ਵੀ, ਰਾਜਾ ਸਭਾ ਦੀਆਂ ਪੰਜਾਬ 'ਚ ਕਿੰਨੀਆਂ ਸੀਟਾਂ ਦੱਸੋ ਹੁਣ ਮੈਨੂੰ। ਨਹੀਂ ਨਹੀਂ ਜਮਾ ਜਮਾਂ ਪਿਛਲੇ ਕੁਸ਼ਚਨ ਦਾ ਜਵਾਬ ਨਹੀਂ ਸੀ, ਜਮਾਂ ਇਸ ਕੁਸ਼ਚਨ ਦਾ ਜਵਾਬ ਸੀ, ਹੁਣ ਮੁੱਕਰ ਨਹੀਂ ਦਿੰਦਾ ਮੈਂ, ਕਿਉਂਕਿ ਉਹ ਤਾਂ ਬਹੁਤ ਟਾਈਮ ਪਹਿਲਾਂ ਦੱਸ ਚੁੱਕਿਆ ਮੈਂ, ਉਹ ਤਾਂ ਜਵਾਬ ਤਾਂ ਘੱਟੋ ਘੱਟ 5 ਮਿੰਟ ਹੋ ਗਏ ਉਸ ਚੀਜ਼ ਨੂੰ। ਚਲੋ ਹੁਣ ਆਹ ਮੈਂ ਹੀ ਦੱਸਦਾ, ਹਾਂ ਜਿਹਨਾਂ ਦਾ ਰਾਈਟ ਹੈ ਚੰਗੀ ਗੱਲ ਹੈ, ਉਹਨੂੰ ਸਵਾਲ ਇੰਨਾ ਔਖਾ ਵੀ ਨਹੀਂ ਸੀਗਾ ਉਹ। ਹਾਂਜੀ 6 ਸੀਟਾਂ ਕਹਿੰਦੇ, 7 ਹੈ, 13 ਅਤੇ 9 ਹੈ, ਰਾਜ ਸਭਾ ਦੀਆਂ ਵਿੱਚੋਂ 7 ਸੀਟਾਂ ਨੇ। ਜੇ ਪੁੱਛਿਆ ਪੰਜਾਬ 'ਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ, ਜਿਹਨੂੰ ਲੋਕ ਸਭਾ ਅਤੇ ਰਾਜ ਸਭਾ ਵੀ ਨਹੀਂ ਪਤਾ ਉਹ ਵੀ ਘਬਰਾਇਆ, ਉਹਨਾਂ ਆਉਣ ਵਾਲੇ ਟਾਈਮ 'ਚ ਦੇਖਾਂਗੇ ਆਪਾਂ, ਜਿਹੜੇ ਬੱਚੇ ਫਰੈਸ਼ਰ ਹੈ। ਲੋਕ ਸਭਾ ਦੀਆਂ ਵਿੱਚੋਂ 13 ਸੀਟਾਂ ਨੇ ਪੰਜਾਬ 'ਚ, ਰਾਜ ਸਭਾ ਦੀਆਂ ਵਿੱਚੋਂ 7 ਸੀਟਾਂ ਨੇ ਪੰਜਾਬ 'ਚ, ਕਿਉਂਕਿ ਦੋ ਹਾਊਸ ਨੇ। ਜੇ ਪੁੱਛਿਆ ਦੋ ਹਾਊਸ ਕਿਵੇਂ ਨੇ, ਜੇ ਮੁੱਲਿਆ ਪੁੱਛਿਆ ਪੰਜਾਬ 'ਚ ਟੋਟਲ MP ਕਿੰਨੇ ਹੈ, ਜੇ ਪੁੱਛਿਆ ਪੰਜਾਬ 'ਚ ਟੋਟਲ MP ਕਿੰਨੇ ਹੈ, ਕੀ ਟਿਕ ਲਾਓਗੇ? 13 ਅਤੇ 7 20, 13 ਅਤੇ 7 20, ਕਿਉਂਕਿ ਜਿਹੜੀ ਆਪਣੇ ਮੁਲਕ ਦੀ ਵਿੱਚੋਂ ਪਾਰਲੀਮੈਂਟ ਆ ਨਾ, ਉਹ ਹੈਗੀ ਹੈ ਕੀ, ਆਹ ਵਰਡ ਅੱਗੇ ਵਰਤਿਆ ਕਰਾਂਗੇ ਆਪਾਂ, ਬਾਈਕੈਮਰਲ। ਬਾਈਕੈਮਰਲ ਦਾ ਵਿੱਚੋਂ ਮਤਲਬ ਕੀ ਹੁੰਦਾ ਹੈ, ਦੋ ਹਾਊਸ, ਅਤੇ ਆਪਣੀ ਪਾਰਲੀਮੈਂਟ ਦੇ ਦੋ ਹਾਊਸ ਹੈ, ਰਾਜ ਸਭਾ ਅਤੇ ਲੋਕ ਸਭਾ। ਸੋ ਜੇ ਪੁੱਛਿਆ ਰਾਜ ਸਭਾ ਦੇ ਕਿੰਨੀਆਂ ਸੀਟਾਂ, 7, ਲੋਕ ਸਭਾ ਦੀਆਂ ਕਿੰਨੀਆਂ, 13, ਜੇ ਪੁੱਛਿਆ ਟੋਟਲ ਮੈਂਬਰ ਆਫ ਪਾਰਲੀਮੈਂਟ ਪੰਜਾਬ ਦੇ ਕਿੰਨੇ ਹੈ, ਟਿਕ ਲਾਵਾਂਗੇ 20, ਟੋਟਲ MLA ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਸੈਂਬਲੀ ਸੀਟਸ, ਵਿਧਾਨ ਸਭਾ, ਲੈਜਿਸਲੇਟਿਵ ਅਸੈਂਬਲੀ ਸੀਟਾਂ ਵਿੱਚੋਂ ਪੰਜਾਬ 'ਚ ਕਿੰਨੀਆਂ ਨੇ, ਅਸੈਂਬਲੀ ਸੀਟਸ ਨੇ 117, 100 ਵਿੱਚੋਂ, ਹਾਂ 100 ਤੇ 17, ਹਾਂ ਵੈਰੀ ਗੁੱਡ ਬੱਚੋ ਦੀਪ। ਉਹ ਤਾਂ ਆਪਾਂ ਆਰਟੀਕਲ ਦੇਖਾਂਗੇ ਆਪਾਂ, ਸੰਵਿਧਾਨ ਦੇ ਆਰਟੀਕਲ ਨੰਬਰ 79 'ਚ ਲਿਖਿਆ ਹੋਇਆ, ਦੇਅਰ ਸ਼ੈਲ ਬੀ ਪਾਰਲੀਮੈਂਟ ਆਫ ਇੰਡੀਆ, ਵੀ ਪਾਰਲੀਮੈਂਟ ਆਫ ਇੰਡੀਆ ਕੰਸਿਸਟ ਆਫ ਰਾਜ ਸਭਾ, ਲੋਕ ਸਭਾ, ਪ੍ਰੈਜ਼ੀਡੈਂਟ, ਉਹ ਤਾਂ ਚੀਜ਼ਾਂ ਆਪਾਂ ਇੱਥੇ ਨਾ ਉਲਝਾਓ ਹਜੇ। ਹਾਂ ਹਾਂ ਜਿਹੜੇ ਹੁਣ ਸੀਟਾਂ ਦੇਖ ਲਓ, ਹੁਣ ਜਿਵੇਂ ਆਪਾਂ ਲਿਖਿਆ 100 ਤੇ 17, ਇਹਦੇ ਵਿੱਚੋਂ ਬੱਚੋ ਤੁਸੀਂ ਪੁੱਛਿਆ ਟੋਟਲ ਰਿਜ਼ਰਵ ਸੀਟਸ ਕਿੰਨੀਆਂ ਨੇ, ਟੋਟਲ ਰਿਜ਼ਰਵ ਸੀਟਸ SC ਭਾਈਚਾਰੇ ਵਾਸਤੇ ਟੋਟਲ ਸੀਟਾਂ ਰਿਜ਼ਰਵ ਕਿੰਨੀਆਂ ਨੇ ਬੱਚੋ, 34, ਲੋਕ ਸਭਾ ਦੀਆਂ
13 ਸੀਟਾਂ ਵਿੱਚੋਂ ਟੋਟਲ ਰਿਜ਼ਰਵ ਸੀਟਾਂ ਕਿੰਨੀਆਂ ਨੇ ਤਾਂ ਆਪਾਂ ਟਿਕ ਲਾਵਾਂਗੇ 4। ਤੇ ਇਹ ਵੀ ਯਾਦ ਰੱਖਿਓ, ਪੇਪਰ ਵਾਲਾ ਤੁਹਾਨੂੰ ਕਿਤੇ ਗੁੰਮਰਾਹ ਨਾ ਕਰ ਜਾਵੇ, ਗੇਮ ਨਾ ਪਾ ਜੇ। ਰਾਜ ਸਭਾ ਦੇ ਵਿੱਚ ਕੋਈ ਵੀ ਰੈਜ਼ਰਵੇਸ਼ਨ ਨਹੀਂ ਹੁੰਦੀ, ਕੋਈ ਵੀ ਰੈਜ਼ਰਵੇਸ਼ਨ ਰਾਜ ਸਭਾ ਦੇ ਵਿੱਚ ਬੱਚੋ ਨਹੀਂ ਹੁੰਦੀ। ਸਭ ਤੋਂ ਵੱਧ MLA ਯੂਪੀ ਦੇ ਵਿੱਚ 404, ਵੈਰੀ ਗੁੱਡ। ਪੰਜਾਬ ਵਿੱਚ ਸਰ ਲੈਜਿਸਲੇਟਿਵ ਕੌਂਸਲ ਕਦੋਂ ਖਾਰਜ ਕੀਤੀ ਸੀ? ਬੜਾ ਤੇਜ਼ ਅੰਮ੍ਰਿਤਪਾਲ, ਅਗਲਾ ਸਵਾਲ ਫਿਰ ਇਹੀ ਹੈ, ਦੱਸ ਦਾਂਗੇ। ਮਤਲਬ ਪੰਜਾਬ ਦੀ ਆਪਾਂ ਪੋਲੀਟਿਕਸ ਹੀ ਕਰਨੀ ਹੈ, ਪੋਲੀਟੀ ਚੱਲੂ ਪੰਜਾਬ ਦੀ, ਅੱਜ ਦੀ ਕਲਾਸ ਬੇਸ ਸਟਰੋਂਗ ਕਰ ਰਹੇ ਹਾਂ, ਸਮਝ ਗਏ ਮੇਰੀ ਗੱਲ? ਬਾਕੀ ਹਰਮਨ ਗਿੱਲ ਨੇ ਦੇਖੋ ਕਿੰਨੀ ਪਿਆਰੀ ਲੈਣ ਕਹੀ ਹੈ, ਇਹ ਕਹਿੰਦਾ ਸਾਰੇ ਬੱਚੇ ਸ਼ੇਅਰ। ਤੁਹਾਨੂੰ ਮੈਂ ਕੱਲ੍ਹ ਨੂੰ ਇੱਕ ਯੂਟਿਊਬ ਦਾ ਇੱਕ ਅੰਕੜਾ ਵੀ ਲੈ ਕੇ ਆਊਂਗਾ। ਮੈਂ ਤੁਹਾਨੂੰ ਕਹਿਣਾ ਹੁੰਦਾ ਨਾ ਵੀ ਯੂਟਿਊਬ ਦੀ ਰਿਕਮੈਂਡੇਸ਼ਨ ਵੱਧਦੀ ਹੈ ਜੇਕਰ ਆਪਾਂ ਲਾਈਕ ਸ਼ੇਅਰ ਕਰਾਂਗੇ। ਤੁਸੀਂ ਪਿਛਲੀਆਂ 6 ਕਲਾਸਾਂ ਨੂੰ ਘੱਟੋ ਘੱਟ ਆਪਣੇ 1400-1500 ਬੱਚਿਆਂ ਨੇ ਕਲਾਸਾਂ ਸ਼ੇਅਰ ਕੀਤੀਆਂ, ਉਹ ਯੂਟਿਊਬ ਸਟੂਡੀਓ ਸਾਰੀ ਇਨਫੋਰਮੇਸ਼ਨ ਨਿਕਲ ਆਉਂਦੀ ਹੈ। ਸੋ ਬਹੁਤ ਤੋਂ ਬਹੁਤ ਤੁਹਾਡਾ ਧੰਨਵਾਦ, ਬਹੁਤ ਚੰਗੀ ਗੱਲ, ਤੁਸੀਂ ਸ਼ੇਅਰ ਵੀ ਕਰ ਦਿੰਦੇ ਹੋ, ਮਤਲਬ ਕਹੇ ਦਾ ਫਾਇਦਾ ਹੁੰਦਾ, ਕਮੈਂਟ ਕਰਿਆ ਕਰੋ ਜੇ ਵੀਡੀਓ ਪੂਰੀ ਹੋ ਜਾਂਦੀ ਹੈ। ਚਲੋ ਹੁਣ ਆਪਾਂ ਅਗਲਾ ਸਵਾਲ ਦੇਖਦੇ ਹਾਂ। ਹੁਣ ਆਹ ਚੀਜ਼ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ, ਖਾਸ ਕਰਕੇ ਫਰੈਸ਼ਰ ਬੱਚੇ ਵਾਸਤੇ, ਜਿਹੜੀਆਂ ਬੱਚੋ ਆਪਣੀਆਂ ਸਟੇਟਾਂ ਹੁੰਦੀਆਂ ਨੇ, ਬਹੁਤ ਧਿਆਨ ਨਾਲ ਸੁਣੋ। ਜਿਹੜੇ ਆਪਣੇ ਸੂਬੇ ਹੁੰਦੇ ਹੈ, ਆਪਣੇ ਸੂਬਿਆਂ ਦੇ ਵਿੱਚ ਵੀ ਦੋ ਦੋ ਹਾਊਸ ਹੁੰਦੇ ਹੈ। ਇੱਕ ਤਾਂ ਬੱਚੋ ਹੁੰਦਾ ਹੈ, ਬਹੁਤ ਧਿਆਨ ਨਾਲ ਸੁਣਨਾ, ਬਾਰ ਬਾਰ ਕਹਿ ਰਿਹਾ ਮੈਂ, ਇੱਕ ਤਾਂ ਹੁੰਦਾ ਬੱਚੋ ਲੈਜਿਸਲੇਟਿਵ ਅਸੈਂਬਲੀ, ਦੂਜਾ ਬੱਚੋ ਹੁੰਦਾ ਹੈ ਲੈਜਿਸਲੇਟਿਵ ਕੌਂਸਲ। ਬਹੁਤ ਧਿਆਨ ਨਾਲ ਸੁਣਨਾ, ਬਹੁਤ ਧਿਆਨ ਨਾਲ, ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਵਿਧਾਨ ਸਭਾ, ਇਹਨੂੰ ਆਪਾਂ ਸਭਾ ਕਹਿੰਦੇ ਹਾਂ, ਕਿਉਂਕਿ ਇਹਦੇ ਪਿੱਛੇ ਕੀ ਲੱਗ ਗਿਆ ਅਸੈਂਬਲੀ, ਇਹਦੇ ਪਿੱਛੇ ਲੱਗ ਗਿਆ ਕੌਂਸਲ, ਇਹਨੂੰ ਆਪਾਂ ਕਹਿੰਦੇ ਹਾਂ ਵਿਧਾਨ ਪਰਿਸ਼ਦ, ਇਹਨੂੰ ਪੰਜਾਬੀ 'ਚ ਕੀ ਕਹਿੰਦੇ ਹੈ? ਵਿਧਾਨ ਪਰਿਸ਼ਦ। ਸੋ ਆਪਣੇ ਮੁਲਕ ਦੇ ਵਿੱਚ ਕੁਛ ਸਟੇਟਾਂ ਵੀ ਇਹੋ ਜਿਹੀਆਂ ਨੇ ਜਿੱਥੇ ਦੋ ਦੋ ਹਾਊਸ ਹੈ, ਅਤੇ ਦੋ ਹਾਊਸ ਦੀ ਪਿੱਛੇ ਮੈਂ ਤੁਹਾਨੂੰ ਅੰਗਰੇਜ਼ੀ ਕੀ ਦੱਸ ਕੇ ਆਇਆ ਬੱਚਿਓ? ਬਾਈ ਕੈਮਰਲ। ਕੀ ਦੱਸ ਕੇ ਆਇਆ? ਵੈਰੀ ਗੁੱਡ, ਬਾਈ ਕੈਮਰਲ। ਪਰ ਆਪਣੇ ਮੁਲਕ ਦੀਆਂ ਸਿਰਫ 6 ਸਟੇਟਾਂ ਹੀ ਬਾਈ ਕੈਮਰਲ ਹੈ। ਹੁਣ ਇਹ ਲੈਣ ਦਾ ਮਤਲਬ ਕੀ ਹੈ? ਵੀ ਆਪਣੇ ਦੇਸ਼ ਦੇ ਵਿੱਚ ਸਿਰਫ 6 ਸੂਬੇ ਹੀ ਬਾਈ ਕੈਮਰਲ ਹੈ, ਮਤਲਬ ਆਪਣੇ ਮੁਲਕ ਦੇ ਵਿੱਚ ਸਿਰਫ 6 ਸਟੇਟਾਂ ਦੇ ਵਿੱਚ ਦੋਨੇ ਹਾਊਸ ਹੈ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ। ਇਸ ਨੂੰ 4 ਆਪਸ਼ਨ ਦੇ ਕੇ ਭਾਈ ਪੁੱਛ ਸਕਦੇ ਹੈ ਵੀ ਉਹ ਇਹੋ ਜਿਹੀਆਂ 6 ਸਟੇਟਾਂ ਕਿਹੜੀਆਂ ਨੇ ਸਰ ਜੀ? ਇੱਕ ਤਾਂ ਹੈਗੀ ਹੈ ਬੱਚੋ ਬਿਹਾਰ, ਇੱਕ ਆਪਣੀ UP ਹੈ, ਇੱਕ ਆਪਣੀ ਬੱਚੋ ਮਹਾਰਾਸ਼ਟਰ ਹੈ, ਇੱਕ ਆਪਣੀ ਬੱਚੋ ਕਰਨਾਟਕ ਹੈ, ਇੱਕ ਆਪਣੀ ਆਂਧਰਾ ਪ੍ਰਦੇਸ਼ ਹੈ, ਅਤੇ ਇੱਕ ਆਪਣੀ ਤੇਲੰਗਾਨਾ। ਇਹ 6 ਸਟੇਟਾਂ ਦੇ ਵਿੱਚ ਦੋ ਦੋ ਹਾਊਸ ਹੈ। ਅਤੇ ਹੁਣ ਮੈਂ ਆਉਣਾ ਸਵਾਲ 'ਤੇ, ਆਪਣੇ ਪੰਜਾਬ ਦੇ ਵਿੱਚ ਵੀ ਦੋ ਦੋ ਹਾਊਸ ਹੁੰਦੇ ਸੀ, ਅੱਜ ਪਰ ਆਪਣੇ ਪੰਜਾਬ 'ਚ ਇਕੱਲੀ ਅਸੈਂਬਲੀ ਹੈ, ਵਿਧਾਨ ਪਰਿਸ਼ਦ ਨਹੀਂ, ਇਹਨੂੰ ਆਪਾਂ ਅਪਰ ਹਾਊਸ ਕਹਿੰਦੇ ਹਾਂ। ਦੇਖੋ ਦ ਅਪਰ ਹਾਊਸ ਡੈਟ ਇਜ਼ ਲੈਜਿਸਲੇਟਿਵ ਕੌਂਸਲ ਆਫ ਪੰਜਾਬ, ਅਬੋਲਿਸ਼ ਦਾ ਮਤਲਬ ਖਤਮ ਕਰਤੀ ਸੀ 1 ਜਨਵਰੀ 1970, ਸਮਝ ਗਏ? ਸੋ ਇਹ ਪੁਆਇੰਟ ਆਪਾਂ ਬੱਚਿਓ ਰੱਖਣਾ ਯਾਦ। ਹਾਂ ਵੈਰੀ ਗੁੱਡ, ਬਹੁਤ ਬਹੁਤ ਅੱਛੇ, ਕੋਈ ਵੀ ਕਿਸੇ ਵੀ ਬੱਚੇ ਨੇ ਗਲਤ ਕਮੈਂਟ ਨਹੀਂ ਕੀਤਾ ਹੋਇਆ, ਸਾਰਿਆਂ ਦਾ ਲਗਭਗ ਜਵਾਬ ਸਹੀ ਹੈ। ਹਾਂ ਸੀਟਾਂ ਰਿਜ਼ਰਵ ਵੀ ਜਮ੍ਹਾਂ ਸਹੀ ਹੈ। ਇੱਥੇ ਤੁਹਾਨੂੰ ਵੈਸੇ ਭੋਲਾ ਆ ਗਿਆ, ਵੈਲਕਮ ਭੋਲਾ ਜੀ, ਵੈਲਕਮ। ਅੱਜ ਭੋਲਾ ਲਾਈਵ 6ਵੀਂ, ਅੱਜ ਵੈਸੇ ਗੱਲ ਤਾਂ ਹੈ ਨਾ, ਅੱਜ ਲਾਈਵ ਉਹ ਬੱਚੇ ਆ ਰਹੇ ਆ ਜਿਹੜੇ ਆਮ ਤੌਰ 'ਤੇ ਰਿਕਾਰਡਡ ਕਲਾਸ ਦੇਖਦੇ ਹੁੰਦੇ ਆ।
ਸਰ ਜੀ ਮੈਂ 50,000 ਰੁਪਈਆ ਲਗਾ ਦਿੱਤਾ ਜੀ, 50,000 ਰੁਪਈਏ ਦੇ ਵਿੱਚ ਤਾਂ ਮੈਂ ਕਹਿੰਦਾ ਬੰਦਾ UPSC ਦੀ ਤਿਆਰੀ ਕਰ ਲਏ, ਕੋਈ ਗੱਲ ਨਹੀਂ ਆਪਾਂ ਇਹ ਪੜਾ ਸਾ ਪਿੰਡ ਤੇ ਕੱਢਾਂਗੇ, ਇੱਧਰ ਮਾੜਾ ਵਾਪਸ ਆਓ। ਸੋ ਕੁੱਲ ਮਿਲਾ ਕੇ ਬੱਚਿਓ ਯਾਦ ਰੱਖਿਓ, ਇੱਥੇ ਕਾਹਲੀ ਨਾ ਕਰਿਓ, ਇਹ ਤਾਂ ਪੁੱਛ ਰਿਹਾ ਵੀ ਕਦੋਂ ਤੋਂ, ਜੇ ਪੁੱਛਿਆ ਵੀ ਪੰਜਾਬ ਲੈਜਿਸਲੇਟਿਵ ਕੌਂਸਲ ਅਬੋਲਿਸ਼ਨ ਐਕਟ ਕਦੋਂ ਆਇਆ ਸੀ, ਐਕਟ ਕਦੋਂ ਆਇਆ ਸੀ ਤਾਂ ਆਪਾਂ ਟਿਕ ਲਾਵਾਂਗੇ 1973 ਦੇ ਵਿੱਚ। ਵੀਰ ਬਣ ਕੇ ਮਿਹਨਤ ਵਾਲੀ ਗੱਲ ਹੈ, ਆਹ ਫਰਕ ਆ। ਹਾਂ ਵੈਰੀ ਗੁੱਡ ਅੰਮ੍ਰਿਤਸਰ, ਇਹ ਤਾਂ ਕਰੰਟ ਅਫੇਅਰ 'ਚ ਅਜੇ ਕੁਛ ਕਵਰ ਹੋ ਜਾ ਕਰੂਗਾ, ਠੀਕ ਹੈ ਨਾ। ਵੀ ਕਿਹਨੂੰ ਕਿਹਨੂੰ ਨੋਮੀਨੇਟ ਕੀਤਾ ਗਿਆ ਰਾਜ ਸਭਾ ਦੇ ਵਿੱਚ, ਇਸ ਨੂੰ ਸਾਰਾ ਆਪਾਂ ਕਰਵਾ ਦਾਂਗੇ। ਹਾਂ ਬੱਚੋ, ਉਹਦੇ ਲਈ ਆਪਣਾ SMS ਤੁਸੀਂ ਨਹੀਂ ਇਹੋ ਜਿਹਾ ਹੁਣ ਆਪਦੀ ID ਦਾ ਭਰ ਰੱਖਿਆ, ਬੋਲੇ ਨਹੀਂ ਜਾ ਰਿਹਾ, ਉਸ ਨੂੰ ਕੋਰਸ ਨੈਬ ਤੁਸੀਂ ਦੱਸ ਰਿਗਾਰਡਿੰਗ ਆਪਣੀ ਐਪ 'ਤੇ ਹੀ ਦੱਸਾਂਗੇ। ਹਾਂ ਭੀਮ ਸਿੰਘ ਵੀ ਰਿਕਾਰਡਿੰਗ ਵੇਖ ਲੈਂਦਾ, ਬਿਲਕੁਲ ਸਹੀ ਰਿਕਾਰਡਿੰਗ। ਸੋ ਇਹ ਐਕਟ ਯਾਦ ਰੱਖਿਓ, ਇਹ ਵਿਧਾਨ ਪਰਿਸ਼ਦ ਯਾਦ ਰੱਖਿਓ, ਕੁੱਲ ਮਿਲਾ ਕੇ ਜਿਹੜੀ ਵਿਧਾਨ ਪਰਿਸ਼ਦ ਬਣਾਉਣੀ ਜਾਂ ਇਹ ਖਤਮ ਕਰਨੀ, ਇਹ ਪਾਵਰ ਜਿਸ ਨੂੰ ਪੁੱਛਿਆ ਕਿਹਦੇ ਕੋਲ ਹੈ ਤਾਂ ਆਪਾਂ ਟਿੱਕ ਲਾਵਾਂਗੇ ਪਾਰਲੀਮੈਂਟ ਕੋਲ ਹੈ। ਇਸ ਨੂੰ ਸਿੱਧਾ 4 ਆਪਸ਼ਨ ਦੇ ਕੇ ਬੱਚਿਓ ਪੁੱਛ ਸਕਦੇ ਹੈ। ਮੈਂ ਇਹ ਪੁਆਇੰਟ ਰਿਪੀਟ ਕਰ ਦਿੰਦਾ, ਜੋ ਕਾਪੀ ਪੈਨ ਲੈ ਕੇ ਬੈਠਾ ਉਹਦੇ ਵਾਸਤੇ ਰਿਪੀਟ ਕਰ ਰਹੇ ਹਾਂ, ਜਿਹੜੇ ਵਿੱਚ ਬੈਠੇ ਛੋਟੇ ਛੋਟੀਆਂ ਉਹਨਾਂ ਵਾਸਤੇ ਕੋਈ ਨਹੀਂ ਮੈਂ ਰਿਪੀਟ ਕਰਦਾ। ਸੋ ਜਿਹੜੇ ਪੁੱਛਿਆ ਵੀ ਆਹ ਹਾਊਸ ਬਣਾਉਣਾ ਜਾਂ ਇਸ ਹਾਊਸ ਨੂੰ ਖਤਮ ਕਰਨਾ, ਇਹ ਪਾਵਰ ਕਿਹਦੇ ਕੋਲ ਹੈ, ਪਾਰਲੀਮੈਂਟ। ਬਕਾਇਦਾ ਸੰਵਿਧਾਨ ਦਾ ਕਿਹੜਾ ਆਰਟੀਕਲ ਹੈ, 163, ਇਹ ਸੰਵਿਧਾਨ ਦੇ ਆਰਟੀਕਲ ਨੰਬਰ 100 ਵਿੱਚੋਂ 69 ਦੇ ਵਿੱਚ ਲਿਖਿਆ ਹੋਇਆ। ਸੰਨੀ ਜੌਹਲ ਦੀ ਵੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਫਿਰ, ਹੈ ਕਿੰਨੇ ਵੱਜ ਗਏ, 7:40 ਤੇ। ਤੋ ਮੈਂ ਕਹਿੰਦਾ ਲਾਈਵ ਆਇਆ ਕਰੋ 7 ਵਜੇ। ਹਾਂ ਲਓ ਵੀ ਕਹਿੰਦੇ ਗਵਰਨਰ ਆਫ ਪੰਜਾਬ, ਸਾਰਾ ਕੁਛ ਦੇਖਾਂਗੇ ਯਾਰ। ਚੰਦੂ ਲਾਲ ਤ੍ਰਿਵੇਦੀ ਜਾਣਦੇ ਹੋ ਚੰਦੂ ਲਾਲ ਨੂੰ, ਚੰਦੂ ਲਾਲ ਕੌਣ ਹੈ? ਅੱਜ ਦੀ ਕਲਾਸ ਤਾਂ ਬਹੁਤ ਜ਼ਿਆਦਾ ਬੇਸਿਕ ਹੈ, ਬਟ ਸਵਾਲ ਪੇਪਰ 'ਚ ਆਉਣਾ, ਪੰਜਾਬ GK ਦਾ ਐਗਜ਼ਾਮ 'ਚ ਕੋਈ ਲੈਵਲ ਹੀ ਨਹੀਂ ਯਾਰ। ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਦੇ ਵਿੱਚ ਵੀ ਜਮਾਂ ਹੀ ਸਿੰਪਲ ਤੋਂ ਸਿੰਪਲ ਸਵਾਲ ਆਇਆ ਹੋਇਆ, ਇੱਦੂ ਵੱਡਾ ਪੇਪਰ ਤਾਂ ਹੁਣ ਆਪਣੇ 4 ਮਹੀਨੇ 'ਚ ਕੋਈ ਨਹੀਂ ਆਉਣਾ। ਤਾਂ ਕਹਿੰਦਾ ਪੰਜਾਬ GK ਦਾ ਕੋਈ ਲੈਵਲ ਨਹੀਂ ਹੁੰਦਾ, ਕਿਤੇ ਆਪਦਾ ਲੈਵਲ ਬੜਾ ਹਾਈ ਕਰੀ ਬੈਠੇ ਹੋਵੋ, ਇਕੱਲੀਆਂ ਹਾਈ ਲੈਵਲ ਦੀਆਂ ਗੱਲਾਂ ਹੀ ਕਰਨ ਬਹਿ ਜਾਓ। ਉੱਥੇ ਤੁਹਾਨੂੰ ਫਿਰ ਐਂ ਨਹੀਂ ਪਤਾ ਲੱਗਦਾ ਵੀ ਪੰਜਾਬ ਕਿਹੜੀ ਭਾਸ਼ਾ ਦਾ ਅੱਖਰ ਹੈ, ਉੱਥੇ ਅਰਬੀ ਭੜਕਾ ਦਿੰਦੇ ਹੁੰਦੇ ਆ, ਫਾਰਸੀ ਆ ਉਹ। ਸੋ ਚੰਦੂ ਲਾਲ ਤ੍ਰਿਵੇਦੀ ਬੱਚੋ ਆਪਣੇ ਪੰਜਾਬ ਦਾ ਹੈਗਾ ਜੀ ਪਹਿਲਾ ਗਵਰਨਰ, ਬਹੁਤ ਧਿਆਨ ਨਾਲ ਸੁਣਦਾ, ਪਹਿਲਾ ਗਵਰਨਰ, ਸਭ ਤੋਂ ਘੱਟ ਸਮੇਂ ਵਾਸਤੇ ਆਪਣਾ ਸੇਮਾ ਸਾਹਿਬ। ਇਹ ਵੈਸੇ ਸੇਮਾ ਆਪਣਾ ਪਿੰਡ ਵੀ ਹੈ ਨਾ, I think ਭੋਲਾ ਕਹਿੰਦਾ I think 1986 ਭੋਲਿਆ, ਥਿੰਕ ਤਾਂ ਵਧੀਆ ਕਰਿਆ, ਜਮੀਨ ਨੇੜੇ ਡਿੱਗਿਆ, 1985 ਦੀ ਗੱਲ ਹੈ। 1985 ਦੇ ਵਿੱਚ ਹੋਕੀ ਛੇ ਸੇਮਾ, ਇਹ ਬਣਿਆ ਬੱਚੋ 14 ਤੋਂ ਲੈ ਕੇ 26 ਨਵੰਬਰ 1985, 14 ਤੋਂ ਲੈ ਕੇ। ਇਹ ਅਸਲ ਦੇ ਵਿੱਚ ਨਾ ਤੁਹਾਨੂੰ ਦੱਸ ਦਿੰਦਾ, ਅਸਲ ਦੇ ਵਿੱਚ ਬੱਚੋ ਇਹਨਾਂ ਨੂੰ ਇਹ 10-12 ਦਿਨਾਂ ਵਾਸਤੇ ਨਾ ਨਾਲ ਆਪਾਂ ਅਡੀਸ਼ਨਲ ਚਾਰਜ ਦੇਤਾ ਸੀਗਾ ਜਦੋਂ ਇਹ ਹਿਮਾਚਲ ਪ੍ਰਦੇਸ਼ ਦੇ ਗਵਰਨਰ ਸੀ, ਵੀ ਚੱਲ ਹਾਲੇ ਪੰਜਾਬ ਦਾ ਆਪਾਂ ਲਾਵਾਂਗੇ ਉਹਨਾਂ ਚਿਰ ਤੁਸੀਂ ਅਡੀਸ਼ਨਲ ਚਾਰਜ ਸਾਂਭਲੋ, ਬਸ ਇੰਨੇ 'ਚ ਰਿਕਾਰਡ ਕਾਇਮ ਹੋ ਗਿਆ। ਪਰ ਥੋੜ੍ਹੀ ਮੈਂ ਹੁਣ ਨੌਲੇਜ ਚੈੱਕ ਕਰਨ ਜਾ ਰਿਹਾ, ਬਹੁਤ ਹੀ ਖਤਰਨਾਕ ਪੁਆਇੰਟ ਆ ਰਿਹਾ, ਬਹੁਤ ਜ਼ਿਆਦਾ ਦੇਵੀ ਔਰ ਸੱਜਣੋ, ਇਹ ਕਰੋੜ ਕਾ ਸਵਾਲ ਆ ਰਿਹਾ। ਆਹ ਤਰੀਕ ਤੁਹਾਨੂੰ ਪਹਿਲਾਂ ਮੈਂ ਕਿਤੇ GK 'ਚ ਕਿੱਥੇ ਲਿਖਾਈ ਹੈ, 14 ਤੋਂ 26 ਨਵੰਬਰ, ਕੋਈ ਬੱਚਾ ਦੱਸ ਸਕਦਾ? ਕਰਨਾ ਕੁਰਨਾ ਤਾਂ ਇਹਨਾਂ ਨੇ ਇੰਨੇ ਦਿਨਾਂ 'ਚ ਕੀ ਹੁੰਦਾ, ਇਹ ਤਾਂ ਨਾਲ ਇਹਨੂੰ ਅਡੀਸ਼ਨਲ ਚਾਰਜ ਦੇਤਾ,
ਇਹ ਆਪਣੇ ਐਂ ਇਹ ਬੁਰਜ ਸੇਮੇ ਦਾ ਨਹੀਂ ਹੈਗਾ, ਇਹ ਨਾਗਾਲੈਂਡ ਦਾ, ਇਹ ਕਿੱਥੋਂ ਦਾ ਹੈ? ਨਾਗਾਲੈਂਡ ਦਾ ਬੱਚੋ, ਸੀਐਮਬੀ ਰਹੇ, ਇਹ ਨਾਗਾਲੈਂਡ ਦਾ ਸੀਐਮਬੀ ਰਹੇ। ਪਰ ਤੁਸੀਂ ਮੈਨੂੰ ਐਂ ਦੱਸੋ, ਉਹ ਵੈਰੀ ਗੁੱਡ, ਮੈਨੂੰ ਪਤਾ ਸੀ ਭੋਲਾ ਬੰਦਾ ਖਤਰਨਾਕ ਹੈ, ਲਾਈਵ ਅੱਜ ਹੀ ਆਇਆ, ਇਹਨੇ ਤੁਹਾਡੇ ਪੈਰ ਲੱਗਣ ਨਹੀਂ ਦਿਆ ਕਰਨੇ, ਦੱਸਤਾ ਬੈਲੀ ਨੇ ਪਹਿਲੀਆਂ 'ਚ ਹੀ। ਇਹ ਕਹਿੰਦਾ ਜੀ 11ਵਾਂ ਸੈਸ਼ਨ ਹੋਇਆ, ਇਹ ਹੁਣ ਗੱਲ ਮੈਨੂੰ ਤੇ ਭੋਲੇ ਨੂੰ ਪਤਾ ਲੱਗ ਗਈ ਵੀ 11ਵਾਂ ਸੈਸ਼ਨ ਕੀ ਹੈ, ਕਿਉਂਕਿ ਆਪਣਾ ਸੰਵਿਧਾਨ ਕਿਹਨੇ ਲਿਖਿਆ ਬੱਚੋ? ਸੀਏ ਨੇ। ਪੜ੍ਹਦੇ ਨੂੰ ਆਪਾਂ ਸੰਵਿਧਾਨਿਕ ਸਭਾ, ਕੋਨਸਟੀਟੂਐਂਟ ਅਸੈਂਬਲੀ, ਜਿਹੜਾ ਆਪਣਾ ਇਹਦਾ ਪਹਿਲਾ ਸੈਸ਼ਨ ਹੁੰਦਾ, ਇਹ ਹੋਇਆ ਸੀ 9 ਤੋਂ 30 ਦਸੰਬਰ 1940। ਜਿਹੜਾ 11ਵਾਂ ਸੈਸ਼ਨ ਹੋਇਆ ਸੀ ਉਹ 14 ਤੋਂ 26 ਨਵੰਬਰ 1949 ਦੇ ਵਿੱਚ ਹੀ ਹੋਇਆ ਸੀ। ਵੈਰੀ ਗੁੱਡ, ਇਹ ਚੀਜ਼ ਆਪਾਂ ਯਾਦ ਰੱਖਣੀ ਹੈ, ਸਮਝ ਗਏ? ਹਾਂ, ਇਹ ਬਹੁਤ ਬਹੁਤ ਗੁੱਡ ਪੁਆਇੰਟ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਆਪਣਾ ਬੱਚੋ ਮੌਜੂਦਾ ਗਵਰਨਰ ਸੀ ਉਹਨੇ ਅਸਤੀਫਾ ਦੇ ਚੁੱਕਿਆ, ਉਹ ਬਨਵਾਰੀ ਲਾਲ ਪੁਰੋਹਿਤ, ਤੇ ਪੇਪਰ 'ਚ ਪੂਰਾ ਚਾਂਸ ਤੁਹਾਨੂੰ ਪੁੱਛਣਗੇ ਵੀ ਦੱਸੋ ਇਹ ਕਿੰਨਵਾਂ ਗਵਰਨਰ ਸੀ, ਦੱਸੋ ਇਹ ਕਿੰਨਵਾਂ ਗਵਰਨਰ ਸੀ ਬਨਵਾਰੀ ਲਾਲ ਪੁਰੋਹਿਤ। ਵੈਸੇ ਜਿਹੜੇ ਬੱਚੇ ਨੇ ਅੱਜ ਦੀ ਮੇਰੀ ਕਲਾਸ ਲਾਈ ਹੈ, ਮੈਂ ਕਿਤੇ ਨਾ ਕਿਤੇ ਤਾਂ ਬੋਲ ਹੀ ਗਿਆ ਹੋਊਂਗਾ, ਹੁਣ ਦੇਖਦੇ ਹਾਂ ਮੇਰੀ ਫਿਰ ਤਿਆਰੀ ਛੱਡਤੀ ਹੈ। ਤੁਹਾਡੀ ਜੁਆਇਨਿੰਗ ਕਿੱਥੇ ਹੋਈ ਵੀ ਹੈ ਕਮੈਂਟ ਕਰਕੇ ਦੱਸੋ ਮੈਨੂੰ ਇੱਕ ਵਾਰ। ਸੋ ਬਨਵਾਰੀ ਲਾਲ ਬੱਚੋ ਪੁਰੋਹਿਤ, ਇਹ ਆਪਣੇ ਪੰਜਾਬ ਦੇ ਗਵਰਨਰ ਸੀਗੇ 29th। ਇਹ ਬਹੁਤ ਬੱਚੇ ਪੁਆਇੰਟ ਛੱਡ ਕੇ ਜਾਣਗੇ, ਇਹ ਪੁਆਇੰਟ ਯਾਦ ਰੱਖਣਾ। ਤੇ ਇੱਥੇ ਮੇਰੇ ਇੱਕ ਬਹੁਤ ਗੁੱਡ ਪੁਆਇੰਟ ਯਾਦ ਆਇਆ, 1985 ਬੱਚੋ ਇਹੋ ਜਿਹਾ ਸਾਲ ਹੈ, ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿਹੋ ਜਿਹਾ। 1985 ਇਹੋ ਜਿਹਾ ਸਾਲ ਹੈ ਵੀ ਜਿਹੜਾ, ਥਾਂ ਘੱਟ ਹੈ ਤੁਸੀਂ ਆਪੇ ਲਿਖ ਲਿਓ, ਵੀ ਜਿਹੜਾ ਪੰਜਾਬ ਦਾ ਗਵਰਨਰ ਹੋਵੇਗਾ, ਬਹੁਤ ਧਿਆਨ ਨਾਲ ਸੁਣਨਾ, 1985 ਤੋਂ ਕੀ ਫਾਈਨਲ ਹੋਇਆ, ਜਿਹੜਾ ਪੰਜਾਬ ਦਾ ਗਵਰਨਰ ਹੋਵੇਗਾ ਉਹੀ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੋਵੇਗਾ, ਉਹੀ ਚੰਡੀਗੜ੍ਹ ਦਾ ਬੱਚੋ ਐਡਮਿਨਿਸਟ੍ਰੇਟਰ ਹੋਵੇਗਾ, ਸੇਮ ਬੰਦਾ ਹੁੰਦਾ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਇਹ ਵੀ ਕਦੋਂ ਤੋਂ ਫਿਕਸ ਹੋਇਆ? 1985। ਸਰ ਜੇਲ੍ਹ ਬਾਰਡਰ 'ਚ ਹੋ ਗਿਆ ਸੀ, ਹੁਣ ਕੋਂਸਟੇਬਲ 'ਚ 85 ਨੰਬਰ ਕਲੀਅਰ ਹੈ ਜੀ, ਤਿਆਰੀ ਹੁੰਦੀ ਨੇ। ਅੱਛਾ, ਤੁਹਾਡੇ ਪੇਪਰ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ, ਮੈਂ ਤਾਂ ਤੁਹਾਨੂੰ ਵੈਸੇ ਭਵਿੱਖਬਾਣੀ ਭੋਲੇ ਦੀ ਪਿਛਲੇ ਸਾਲ ਹੀ ਕਰਤੀ ਸੀ, ਵੀ ਇਹਦੇ ਪੇਪਰ ਦੇਖਿਓ ਟੱਪਦੇ, ਆ ਗਿਆ, ਟੱਪਣਗੇ। ਤੁਸੀਂ ਤਿਆਰੀ ਨਾ ਛੱਡੋ, ਇਸ ਵਾਰ ਤੁਸੀਂ ਚੰਗੇ ਲੈਵਲ ਦੀ ਨੌਕਰੀ ਹਾਸਲ ਕਰੋਗੇ, ਚੰਗੇ ਲੈਵਲ ਦੀ, ਜਿਵੇਂ ਕਹਿੰਦੇ ਸਟਾਮ 'ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਮੈਂ। ਜੋ ਬੱਚਾ ਲਾਈਨ 'ਚ ਲੱਗਿਆ ਹੋਇਆ ਸਾਲ ਤੋਂ, 2 ਸਾਲ ਤੋਂ 2.5 ਸਾਲ ਤੋਂ 3 ਸਾਲ ਤੋਂ, ਹੱਥ ਬੰਨ ਕੇ ਬੇਨਤੀ ਹੈ ਬੇਸ਼ੱਕ ਦੀ, ਪੈਰੀ ਹੱਥ ਲਵਾਲੋ, ਹੁਣ ਨਾ ਛੱਡੋ, ਕਿਉਂਕਿ ਜ਼ਿੰਦਗੀ ਇੰਨੀ ਕੁ ਤਪੱਸਿਆ ਤਾਂ ਭਾਲਦੀ ਹੈ, ਇੰਨਾ ਕੁ ਤਾਂ ਹਾਰਡਵਰਕ ਭਾਲਦੀ ਹੈ, ਜੇਕਰ ਤੁਸੀਂ ਗਾਹਾਂ 40 ਸਾਲ ਬਹਿ ਕੇ ਖਾਣਾ, 40 ਸਾਲ ਲਈ ਤੁਸੀਂ ਆਪਦੀ ਮਤਲਬ ਇੱਕ ਹਿਸਾਬ ਨਾਲ ਸਿਕਿਓਰ ਲਾਈਫ ਨੂੰ ਸਿਕਿਓਰ ਕਰਨਾ, ਆਪਾਂ 3 ਸਾਲ ਨਹੀਂ ਮਿਹਨਤ ਕਰ ਸਕਦੇ, 2.5 ਸਾਲ ਨਹੀਂ ਕਰ ਸਕਦੇ, 2 ਸਾਲ ਨਹੀਂ ਕਰ ਸਕਦੇ, ਤਿਆਰੀ ਕਿਸੇ ਬੱਚੇ ਨੇ ਨਹੀਂ ਛੱਡਣੀ, ਅਤੇ ਛੱਡੀ ਬੈਠੇ ਸੀ ਹੁਣੇ ਇਸੇ ਟਾਈਮ ਅੱਜ ਹੀ ਸਟਾਰਟ ਕਰੋ ਦੁਬਾਰੇ, ਕੋਈ 1 ਨੰਬਰ 'ਤੇ ਰਿਹਾ ਹੋਇਆ, ਕੋਈ 1.5 'ਤੇ, ਕੋਈ 2 'ਤੇ, ਅਗਲਾ ਪਤਾ ਕੀ ਕਹਿੰਦਾ, ਮੈਂ ਹੁਣ ਬਾਹਰ ਦੀ ਫਾਈਲ ਲੱਗਦਾ ਜੀ, ਅਤੇ ਬਾਹਰ ਕਿਹੜਾ ਜਾਣ ਸਾਰ ਫਿਰ ਡਾਲਰ ਡਿੱਗਣ ਲੱਗ ਜਾਣਗੇ, ਉਦੋਂ ਵੀ 2-3 ਸਾਲ ਧੱਕੇ ਖਾਓਗੇ, ਉਦੋਂ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਗੇ, ਅਤੇ ਇੱਧਰ 2-3 ਸਾਲ ਤੋਂ ਘਰੇ ਬਹਿ ਕੇ ਲਾਈ ਨਹੀਂ ਜਾਂਦੇ, ਹੁਣ ਤੁਸੀਂ ਫਰੰਟ ਲਾਈਨ ਦੇ ਵਿੱਚੋਂ ਤੁਸੀਂ ਦਾਅਵੇਦਾਰੀ ਠੋਕੋਗੇ, ਇਸਨੂੰ ਬਾਰ ਬਾਰ ਦੱਸ ਰਿਹਾ ਹੁਣ ਮੈਂ,
ਹਾਂ ਜਿਵੇਂ ਹੁਣ ਗੀਤ ਰੋਹਿਲਾ ਨੇ ਵੀ ਕਿਹਾ, ਬਾਕੀ ਸਾਨੂੰ ਵਾਰ ਵਾਰ ਮੈਂ ਦੱਸੀ ਵੀ ਜਾਂਦਾ ਯਾਰ ਵੀ ਮੈਂ ਕਹਿੰਦਾ ਤੁਸੀਂ ਪੜ੍ਹਨ ਵਾਲੇ ਬਣੋ, ਆਪਾਂ ਆਪਣੇ ਕੋਲ ਐਪ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਆਪ ਮਿਹਨਤ ਕਰਦੇ ਹਾਂ, ਆਪਣਾ ਕਿਹੜਾ ਕੰਟੈਂਟ ਕੋਈ ਕੱਟ ਪੇਸਟ ਕਾਪੀ ਵਾਲਾ ਕੰਮ ਹੈ, ਅਸੀਂ ਆਪ ਮਿਹਨਤ ਕਰੀ ਦੀ ਹੈ, ਕਿਤਾਬਾਂ ਪੜ੍ਹੀ ਦੀਆਂ, 10 ਸਾਲਾਂ ਤਜਰਬਾ, ਉਸਨੂੰ ਸਾਰਾ ਇੱਕ ਬੈਚ ਦੇ ਰਹੇ ਹਾਂ। ਤੁਸੀਂ ਥੱਕੇ ਹਾਰੇ ਹੰਬੇ ਇੱਕ ਵਾਰ ਕਲਾਸਾਂ ਲਾ ਕੇ ਤਾਂ ਦੇਖੋ, ਥੋੜਾ ਮਾਇੰਡ ਦੇਖਿਓ ਫਰੈਸ਼ ਹੁੰਦਾ, ਜੇ ਨਾ ਤੁਸੀਂ ਗਲੀ ਮਹੱਲੇ 'ਚ ਆ ਆਪਦੇ ਪਿੰਡ 'ਚ ਜਵਾਕਾਂ ਨੂੰ ਪੜ੍ਹਾਉਣ ਲੱਗ ਗਏ, ਬਹੁਤ ਰਸਤੇ ਖੁੱਲ੍ਹਣਗੇ, ਇੱਕ ਵਾਰੀ ਨਾਲ ਜੁੜੋ। ਹਾਂ ਬੱਚੋ, ਆਫਲਾਈਨ ਬੈਚ ਆਪਣਾ ਬਠਿੰਡਾ ਦੇ ਵਿੱਚ ਹੁੰਦਾ, ਕਲਾਸ ਮੇਰੀ ਸਮਾਪਤ ਹੋ ਚੁੱਕੀ ਹੈ, ਮਤਲਬ ਪੜ੍ਹਾਈ ਪੂਰੀ ਹੋ ਚੁੱਕੀ ਹੈ, ਜਿਹਨਾਂ ਬੱਚਿਆਂ ਨੇ ਸੈਸ਼ਨ ਨੂੰ ਲੀਵ ਕਰਨਾ ਕਰ ਸਕਦੇ ਹੋ, ਅਤੇ ਜਦੋਂ ਵੀਡੀਓ ਪੂਰੀ ਹੋ ਜੇ ਉਦੋਂ ਬਾਅਦ ਕਮੈਂਟ ਜ਼ਰੂਰ ਕਰਿਆ ਕਰੋ, ਕਿਉਂਕਿ ਉਹਦੇ ਨਾਲ ਰਿਕਮੈਂਡੇਸ਼ਨ ਵੱਧਦੀ ਹੈ। ਮੈਂ ਵਾਰ ਵਾਰ ਕਹਿ ਰਿਹਾ, ਕਮੈਂਟ ਵਿੱਚ ਅੱਖਦੀ ਮਾੜੀ ਕਰਦਿਆ ਕਰੋ, ਚੱਕਰ ਵਾਲੀ ਗੱਲ ਨਹੀਂ, ਕਰਦਿਆ ਕਰੋ। ਯੂਟਿਊਬ ਵਾਲ ਨੂੰ ਕਿਹੜਾ ਪਤਾ ਵੀ ਇਹ ਮਾੜਾ ਲਿਖੀ ਜਾਂਦਾ ਕਿ ਚੰਗਾ ਲਿਖੀ ਜਾਂਦਾ। ਹਾਂ ਉਹ ਤਾਂ ਡੇ ਵਗੈਰਾ, ਅੰਮ੍ਰਿਤ ਸਰਾਂ ਡੇ ਵਗੈਰਾ ਵੀ ਹੋ ਜਾਣਗੇ। ਹਾਂ ਜਿਵੇਂ 0.75 ਤੋਂ ਰਹਿ ਗਿਆ ਸੀ, ਪੰਜਾਬ ਭਰਤੀ, ਆਈ ਐਮ ਲੇਟ ਸਰ। ਤੁਸੀਂ ਤਾਂ ਵੈਸੇ ਬਹੁਤ ਜ਼ਿਆਦਾ ਲੇਟ ਹੋ ਗਏ, ਕਿਉਂਕਿ ਹੁਣ ਤਾਂ ਸੈਸ਼ਨ ਮੇਰਾ ਪੂਰਾ ਹੋ ਚੁੱਕਿਆ। 56 ਬੰਦਿਆਂ ਨੇ ਸਰ ਲਾਈਕ ਨਹੀਂ ਕੀਤਾ, ਮਾੜੀ ਗੱਲ ਹੈ ਵੈਸੇ, ਚਲੋ ਕੋਈ ਗੱਲ ਨਹੀਂ, ਨਾਲ ਲਾਈਕ ਕਰਨ ਦਿਓ। ਕੀ ਪਤਾ ਇਹਨਾਂ ਦਾ ਅੰਗੂਠਾ, ਇਹਨਾਂ ਦੇ ਅੰਗੂਠੇ ਹੋਣੇ ਨਹੀਂ ਮੈਨੂੰ ਲੱਗਦੀ, ਕਿਉਂਕਿ ਆਪਾਂ ਲਾਈਕ ਕਰਦੇ ਹਾਂ ਅੰਗੂਠੇ ਨਾਲ, ਇਹਨਾਂ ਦੇ ਅੰਗੂਠੇ ਹੈ ਨਹੀਂ। ਹਾਂ ਅਜੀਤ ਰੋਡ ਦੇ ਵਿੱਚ ਆਪਣੀ ਕਲਾਸ ਹੁੰਦੀ ਹੈ। ਪ੍ਰਦੀਪ ਵਿਰਕ, ਹਾਂ ਦੂਜਿਆਂ ਨੂੰ ਕਹਿੰਦੇ ਦੱਸਣ 'ਤੇ ਬਹੁਤ ਮਜ਼ਾ ਆਉਂਦਾ, ਜਦੋਂ ਤੁਸੀਂ ਬੱਚਾ ਸਿੱਖ ਜਾਂਦਾ ਕਹਾਣੀਆਂ ਸਟੋਰੀਆਂ, ਜਦੋਂ ਫਿਰ ਦੂਜਿਆਂ ਨੂੰ ਦੱਸਦਾ ਤਾਂ ਮਨ ਨੂੰ ਸੰਤੁਸ਼ਟੀ ਬਹੁਤ ਮਿਲਦੀ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ। ਸੋ ਕਿਸੇ ਬੱਚੇ ਨੇ ਕੋਈ ਕੋਰਸ ਰਿਗਾਰਡਿੰਗ ਜਾਂ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਲਵੇ, ਨਹੀਂ ਫਿਰ ਆਪਾਂ ਸੈਸ਼ਨ ਬੱਚੋ ਕਰੀਏ ਫਿਰ ਸਮਾਪਤ। ਕਟਾਰੀਆ ਸਾਹਿਬ, ਸੰਦੀਪ ਕੌਰ, ਰਿਆਸਤ, ਬਾਏ ਬਾਏ, ਵੈਰੀ ਗੁੱਡ ਬੱਚੋ। ਮਨਪ੍ਰੀਤ ਕੌਰ ਚਹਿਲ, ਸੰਦੀਪ ਹੰਸ, ਵੈਰੀ ਗੁੱਡ। 2-3 ਪੇਪਰ ਸਰ ਤੁਹਾਡੇ ਕਲਾਸਾਂ ਲਾ ਕੇ, ਸੀਰੀਜ਼ ਲਾ ਕੇ ਕਲੀਅਰ ਕਰ ਚੁੱਕੇ ਹਾਂ, ਬਸ ਇਹੀ ਚੀਜ਼ ਚਾਹੀਦੀ ਹੈ। ਇਹ ਸਾਰੇ ਪੰਜਾਬ 'ਚ ਫਿਰ ਪਤਾ ਹੋਣਾ ਚਾਹੀਦਾ ਨਾ, ਪੰਜਾਬ 'ਚ ਹਰ ਬੱਚੇ ਤੱਕ ਕਿਉਂ ਨਹੀਂ ਪਹੁੰਚ ਰਹੀ ਫਿਰ ਖਬਰ? ਕੀ ਨੁਕਸ ਆਪਣੇ 'ਚ, ਵਟ ਇਜ਼ ਦਾ ਨੁਕਸ? ਹਾਂ ਜੀ ਕੇ ਲਈ ਬੱਚੋ ਸਪੈਸ਼ਲ ਬੈਚ ਹੈ, ਉਹ ਵੀ ਤੁਸੀਂ ਆਪਣੀ ਐਪ 'ਤੇ ਉਹ ਕਰਨਾ ਸਰ। ਕੱਲ੍ਹ 500 ਹਾਂ ਟਾਰਗੇਟ ਰੱਖਾਂਗੇ, ਕੱਲ੍ਹ ਸਾਰੇ ਬੱਚਿਆਂ ਨੇ 7 ਵਜੇ ਲਾਈਵ ਆਉਣਾ, 500+ ਲਾਈਵ ਕਰ ਦੇਣਾ ਹੈ। ਕੱਲ੍ਹ ਦੇ ਕੁਸ਼ਚਨ ਵੀ ਜ਼ਬਰਦਸਤ ਹੋਣਗੇ, ਅੱਜ ਵਾਲੇ ਸਵਾਲ ਤਾਂ ਤੁਹਾਡੇ ਹਜ਼ਮ ਹੋ ਗਏ, ਕੱਲ੍ਹ ਨੂੰ ਤੁਹਾਨੂੰ ਉਹ ਬੰਦੇ ਸੁਣਾਉਣੇ ਹੈ ਜਿਹੜਾ ਤੁਹਾਨੂੰ ਕਿਤੇ ਨਾ ਕਿਤੇ ਸਿੱਧਾ ਪੇਪਰ 'ਚ ਹੀ ਸੁਣੂਗਾ। ਅੱਜ ਮੈਂ, ਅੱਜ ਤੁਸੀਂ ਰਾਮ ਕਿਸ਼ਨ ਸੁਣਿਆ ਨਾ, ਅਸਲੀ ਕਾਮਰੇਡ ਤਾਂ ਫਿਰ ਕੱਲ੍ਹ ਨੂੰ ਆਉਣਗੇ, ਦੇਖ ਕੇ ਉੱਪਰ ਗਾਹ ਪੈਂਦਾ। ਜਸਪਾਲ ਸਿੰਘ, 51,000 ਡੁੱਬ ਗਿਆ ਬੱਚੋ, 51,000, 10,000, 15,000 ਸਾਰੇ ਪੰਜਾਬ ਦੇ ਡੁੱਬਿਆ, ਤਾਂ ਹੀ ਮੈਂ ਕਹਿ ਰਿਹਾ ਵੀ ਕਿੰਨਾ ਚਿਰ ਡੁੱਬੇ ਰਹੋਗੇ, ਅਕਸਰ ਤਾਂ ਕਿਤੇ ਨਾ ਕਿਤੇ ਚੰਗੀ ਚੀਜ਼ ਨੂੰ ਫੋਲੋ ਕਰਨੀ ਪੈਣੀ ਹੈ। ਤੁਸੀਂ ਬੱਚਾ ਪਾਰਟੀ ਪੰਜਾਬ 'ਚ ਸ਼ਿਕਾਰ ਹੋ ਰਹੀ ਹੈ ਜ਼ਬਰਦਸਤ ਮਾਰਕੀਟਿੰਗ ਦਾ, ਜ਼ਬਰਦਸਤ ਮਾਰਕੀਟਿੰਗ, ਸ਼ੋਸ਼ੇਬਾਜ਼ੀ, ਡਰਾਮੇਬਾਜ਼ੀ ਲਾਰਜ ਸਕੇਲ 'ਤੇ ਹੁੰਦੀ ਹੈ ਆਪਣੇ ਪੰਜਾਬ 'ਚ। ਪੰਜਾਬ 'ਚ ਕਿਉਂ, ਐਜੂਕੇਸ਼ਨ ਫੀਲਡ 'ਚ ਹੁੰਦੀ ਹੈ, ਆਲ ਓਵਰ ਇੰਡੀਆ ਬਹੁਤ ਤਕੜਾ ਬਿਜ਼ਨਸ ਹੈ ਇਹ, ਜੋ ਵੱਡੇ ਵੱਡੇ ਗੱਪ ਮਾਰਨਾ ਸਿੱਖਣਾ ਪੈਂਦਾ, ਇਹ ਲੀਡਰਾਂ ਤੋਂ ਵੀ ਇਹ ਫੀਲਡ ਕਰਪਟ ਹੋ ਚੁੱਕੀ ਹੈ। ਆਪਾਂ ਕਹਿ ਦਿੰਦੇ ਹਾਂ ਵੀ ਡੈਮੋਕ੍ਰੇਸੀ ਹਿੰਦੁਸਤਾਨ 'ਚ ਗੰਦੀ ਹੋ ਰਹੀ ਹੈ, ਹਿੰਦੁਸਤਾਨ ਦੇ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਵੀ ਲੋਕਤੰਤਰ ਦਾ ਕਤਲ ਹੋ ਗਿਆ ਚੰਡੀਗੜ੍ਹ ਦੇ ਵਿੱਚ। ਮੈਂ ਕਹਿੰਦਾ ਆਪਣੇ ਪੜ੍ਹਾਈਆਂ ਦਾ ਤਾਂ ਆਲਰੇਡੀ ਬਹੁਤ ਸਾਲ ਪਹਿਲਾਂ ਹੋ ਚੁੱਕਿਆ, ਕਿਉਂਕਿ ਬੰਦੇ ਨੂੰ ਬਹੁਤ ਹੀ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਆ ਪਹਿਲੀਆਂ ਕਲਾਸਾਂ ਦੇ ਵਿੱਚ, 15-20, ਕਿਤੇ ਵੀ ਜੁਆਇਨ ਕਰੋ, ਕਿਤੇ ਵੀ ਕਰੋ, ਕਿਉਂਕਿ ਮੈਨੂੰ ਇਸ ਫੀਲਡ 10 ਸਾਲਾਂ ਦਾ, ਪਰ ਮਹੀਨੇ ਬਾਅਦ ਪਤਾ ਲੱਗਦਾ ਵੀ ਮੈਂ ਜੇ ਇੱਥੇ ਹੀ ਲੱਗਿਆ ਰਿਹਾ ਮੈਂ ਤਾਂ ਪੀਅਨ ਵੀ ਨਹੀਂ ਲੱਗਦਾ,
ਇਹ ਮੈਨੂੰ ਜੱਜ ਬਣਾਉਣ ਨੂੰ ਫੜਦੇ ਸੀ। ਇਹ ਮਾਰਕੀਟਿੰਗ ਦਾ ਸ਼ਿਕਾਰ ਹੈ ਬੱਚੋ, ਬਹੁਤ ਵੱਡਾ ਬਿਜ਼ਨਸ ਮਾਡਲ ਹੈ, ਇਹ ਤਾਂ ਤੁਹਾਨੂੰ ਬਚ ਕੇ ਰਹਿਣਾ ਪਊਗਾ। ਮੈਂ ਤਾਂ ਕਹਿਣਾ ਹੁੰਦਾ ਵੀ ਤੁਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਆਪ ਅਵੇਅਰ ਕਰੋ। ਹੁਣ 190 ਬੱਚੇ ਜਾਂ ਕਿੰਨੇ ਬੱਚੇ ਹੈਗੇ ਹੈ, ਐਟਲੀਸਟ ਤੁਸੀਂ ਤਾਂ ਆਪਦਾ ਫਰਜ਼ ਨਿਭਾਓ, ਦੱਸੋ ਅੱਗੇ ਦੇ ਅੱਗੇ, ਸ਼ੇਅਰ ਵਗੈਰਾ ਕਰਿਆ ਕਰੋ। ਅਤੇ ਮੇਰੇ ਹਿਸਾਬ ਨਾਲ ਫਿਰ ਆਪਾਂ ਅੱਜ ਬੱਚੋ ਸਮਾਪਤ ਕਰ ਦਈਏ। ਹਾਂ ਬੱਚੋ, ਅੰਮ੍ਰਿਤਪਾਲ, ਉਹ ਆਪਾਂ ਕਰੰਟ ਅਫੇਅਰ ਦੇ ਰਿਲੇਟਡ ਨਵੰਬਰ ਦਸੰਬਰ ਜਿਹੜੇ ਮੰਥ ਆਪਣੇ ਡੇ ਰਹਿ ਗਏ ਨਾ, ਉਹ ਕਰੰਟ ਅਫੇਅਰ ਨਾਲ ਆਪਾਂ ਅਪਡੇਟ ਕਰਾਂਗੇ, ਠੀਕ ਹੈ ਨਾ। ਚਲੋ, ਹਾਂ ਪ੍ਰਦੀਪ ਵਿਰਕ, ਤੁਹਾਡਾ ਕੋਰਸ ਕਿਹੜਾ ਹੈਗਾ? ਸਿਲੈਕਸ਼ਨ ਕਿੱਟ ਵਾਲਾ ਹੀ ਹੈ, ਸੀਗਾ ਸਿਲੈਕਸ਼ਨ ਕਿੱਟ ਵਾਲੀ ਹੈ। ਸਿਲੈਕਸ਼ਨ ਕਿੱਟ ਵਿੱਚ ਸਭ ਤੋਂ ਪਹਿਲਾਂ ਜਿਹੜਾ ਉੱਤੇ ਫੋਲਡਰ ਬਣਿਆ ਹੋਇਆ ਨਾ, ਸੁਪਰ ਡੁਪਰ ਟੈਸਟ ਸੀਰੀਜ਼, ਉਹ 'ਚ ਹੁਣ ਆਪਾਂ ਸਟੈਟਿਕ ਜੀਕੇ 'ਤੇ ਪਹੁੰਚ ਚੁੱਕੇ ਹਾਂ। ਜੋਗ੍ਰਫੀ ਦੇ ਆਪਣੇ 27 ਟੈਸਟ ਪੂਰੇ ਹੋ ਗਏ, ਮਾਡਰਨ ਦੇ ਪੂਰੇ ਹੋ ਗਏ, ਪੰਜਾਬ ਜੀਕੇ ਦਾ ਪੂਰਾ ਹੋ ਗਿਆ, ਸਟੈਟਿਕ ਜੀਕੇ ਦਾ ਫੈਸਟੀਵਲ ਦਾ ਟੈਸਟ ਆਊਗਾ ਅਗਲਾ, ਉਹ ਅਸੀਂ ਰੈਡੀ ਕਰਨਾ ਅੱਜ ਸ਼ੁਰੂ ਕਰਤਾ, ਠੀਕ ਹੈ ਨਾ। ਚਲੋ ਫਿਰ, ਠੀਕ ਹੈ ਫਿਰ ਆਪਾਂ, ਗੁਰਵਿੰਦਰ ਕੌਰ, ਵੈਰੀ ਗੁੱਡ ਬੱਚੋ। ਆਫਲਾਈਨ ਦੀ ਫੀਸ ਬੱਚੋ ਜ਼ਿਆਦਾ ਹੁੰਦੀ ਹੈ, ਆਫਲਾਈਨ ਦੀ ਫੀਸ ਹੁਣ ਜਿਵੇਂ ਆਪਣਾ ਸਿਲੈਕਸ਼ਨ ਕਿੱਟ ਕੋਰਸ ਜਸਟ ਕੰਪਲੀਟ, ਬੰਦਾ ਬਿਲੀਵ ਨਹੀਂ ਕਰ ਸਕਦਾ ਐਡਾ ਕੁਆਲਿਟੀ ਕੰਟੈਂਟ। ਸਾਨੂੰ ਇਹ ਪਤਾ ਵੀ ਜਿਹੜੇ ਬੱਚੇ ਨੇ ਸਾਥੋਂ ਪੜ੍ਹਨਾ, ਚਾਹੇ ਅਸੀਂ ਫੀਸ 4000 ਰੱਖ ਦਈਏ, ਚਾਹੇ 5 ਚਾਹੇ 6, ਜਿਹਨੇ ਪੜ੍ਹਨਾ ਉਹ ਬੰਦਾ ਫਿਰ ਵੀ ਪੈਸੇ ਕਿਵੇਂ ਨਾ ਕਿਵੇਂ ਇਕੱਠੇ ਕਰ ਲਊਗਾ। ਬਟ ਆਪਾਂ ਇਹਦੀ ਫੀਸ ਜਸਟ 1500 ਰੁਪੀਸ, 1500 ਹੀ ਰੱਖੀ ਹੋਈ ਹੈ। ਆਫਲਾਈਨ ਦੀ ਫੀਸ ਆਪਣੀ 12000 ਹੁੰਦੀ ਹੈ, 16000 ਨਹੀਂ ਹੈ ਗੁਲਸ਼ਵਿੰਦਰ, 12000 ਹੈ ਮੇਰੇ ਸਾਹਮਣੇ, 12000 ਹੈ। ਚਲੋ ਫਿਰ ਆਪਾਂ ਬੱਚੇ ਮਿਲਦੇ ਹਾਂ ਕੱਲ੍ਹ ਨੂੰ। ਸੋ ਜੋ ਵੀ ਬੱਚਾ ਹੁਣ ਲਾਈਵ ਬੈਠਾ ਸੀਗਾ, ਮੈਂ ਵੀਡੀਓ ਬੱਚੋ ਔਫ ਕਰਨ ਜਾ ਰਿਹਾ, ਵਿਊ ਪੁਆਇੰਟ ਜ਼ਰੂਰ ਦਿਆ ਕਰੋ, ਵਾਰ ਵਾਰ ਮੈਂ ਕਹਿ ਰਿਹਾ ਤੁਹਾਨੂੰ। ਮੈਂ ਕੱਲ੍ਹ ਨੂੰ ਇੱਕ ਡਾਟਾ ਦਿਖਾਊਂਗਾ ਯੂਟਿਊਬ ਦਾ ਵੀ ਪਤਾ ਲੱਗਦਾ ਵੀ ਕਿੰਨੇ ਬੱਚਿਆਂ ਨੇ ਸ਼ੇਅਰ ਕੀਤਾ, ਕਿੰਨੇ ਬੱਚਿਆਂ ਨੇ ਕਮੈਂਟ ਕੀਤਾ, ਬੜਾ ਵਧੀਆ ਡਾਟਾ ਸੀ ਉਹ। ਸੋ ਸਾਰੇ ਜ਼ਰੂਰ ਕਰਿਆ ਕਰੋ, ਠੀਕ ਹੈ ਨਾ। ਚਲੋ ਠੀਕ ਹੈ ਫਿਰ, ਬਾਏ ਬਾਏ ਬੱਚੋ, ਟਾਟਾ, ਗੁੱਡ ਨਾਈਟ, ਭੂਤਾਂ ਵਾਲੇ ਡ੍ਰੀਮਸ, ਟੇਕ ਕੇਅਰ।